ਜਿੰਨੀਆਂ ਬਿਮਾਰੀਆਂ ਸਾਨੂੰ ਖਾਣ ਪੀਣ ਜਾਂ ਅਸੀਂ ਘੱਟ ਤੁਰਦੇ ਫਿਰਦੇ ਆ ਉਹਨਾਂ ਕਰਕੇ ਲੱਗਦੀਆਂ ਨੇ ਉਸ ਤੋਂ ਕਈ ਜ਼ਿਆਦਾ ਬਿਮਾਰੀਆਂ ਸਾਨੂੰ ਟੈਨਸ਼ਨ ਸਟ्रेस ਜਿਹਨੂੰ ਕਹਿੰਦੇ ਆ ਉਹਦੇ ਕਰਕੇ ਲੱਗਦੀਆਂ ਨੇ ਇੱਕ ਵਾਰੀ ਜੇ ਤੁਹਾਨੂੰ ਟੈਨਸ਼ਨ ਆ ਗਈ ਤਾਂ ਤੁਸੀਂ ਚਾਹੇ ਜਿੰਨਾ ਮਰਜ਼ੀ ਵਧੀਆ ਭੋਜਨ ਕਰਦੇ ਹੋ ਜਿੰਨੀ ਮਰਜ਼ੀ ਐਕਸਰਸਾਈਜ਼ ਕਰਦੇ ਹੋ ਤੁਹਾਨੂੰ ਹਰ ਨਾਮ ਰਾਜ਼ ਬਿਮਾਰੀ ਲਗਣੀ ਨਿਸ਼ਚਿਤ ਹੈ ਜਿਹਦੇ ਸੋਚੀ ਜਾਂਦਾ ਉਹੇ ਜਿਹਾ ਭਾਵ ਕ੍ਰੀਏਟ ਹੋਈ ਜਾਂਦਾ ਉਹੇ ਜੀ ਤੁਹਾਡੀ ਬਾਡੀ ਕੰਮ ਕਰੀ ਜਾਂਦੀ ਹੈ ਅਨਫਿਨਿਸ਼ਡ ਏਜੰਡਾ ਜਿਹੜਾ ਮੁੱਕਣਾ ਹੀ ਨਹੀਂ ਕਦੇ ਤੁਹਾਨੂੰ ਆਪ ਹੀ ਨਹੀਂ ਪਤਾ ਮੈਨੂੰ ਚਿੰਤਾ ਕਾਦੀ ਹੈ ਪਰ ਉਹ ਚੱਲੀ ਜਾ ਰਿਹਾ ਹੈ ਸਭ ਤੋਂ بڑا ਸਿਆਪਾ ਤੁਸੀਂ ਤੁਹਾਨੂੰ ਲੱਗਦਾ ਮੇਰਾ ਸਰੀਰ ਠੀਕ ਹੈ ਮੇਰਾ ਕੋਈ ਵਜਨ ਵੀ ਜ਼ਿਆਦਾ ਨਹੀਂ ਮੇਰਾ ਵਜਨ ਵੀ ਠੀਕ ਹੈ ਮੈਂ ਖਾਂਦਾ ਪੀਂਦਾ ਵੀ ਠੀਕ ਆ ਮੈਂ ਐਕਸਰਸਾਈਜ਼ ਵੀ ਠੀਕ ਕਰਦਾ ਉਹਦੇ ਨਾਲ ਇਹਦਾ ਕੋਈ ਲੇਗਾ ਦੇਗਾ ਨਹੀਂ ਜਦੋਂ ਤੁਸੀਂ ਕਹਿੰਦੇ ਅੱਜ ਮੇਰਾ ਚਿੱਤ ਨਹੀਂ ਲੱਗ ਰਿਹਾ ਉਦੋਂ ਸਾਰਾ ਸਰੀਰ ਤੁਹਾਡਾ ਵਿਚਲੇਤ ਹੁੰਦਾ ਫਰਕ ਕਿੱਥੇ ਸਿਰਫ ਚਿੱਤ ਇੱਕ ਵਿਚਾਰ ਇੱਕ ਥਾਟ ਐਡੀ ਤਾਕਤ ਹੈ ਇਸ ਵਿਚਾਰ ਦੀ ਕਿਸੇ ਨੇ 5000 ਕਰੋੜ ਦੀਆਂ ਐਂਟਰੀਆਂ ਜੇ ਕਮਾਣੀਆਂ ਨੇ ਕਿਸੇ ਨੇ ਵੱਡੀ 400 ਕਰੋੜ ਦੀ ਫੈਕਟਰੀ ਲਾਣੀ ਹੈ ਕਿਸੇ ਨੇ ਸ਼ਾਮ ਤੱਕ ਰੋਟੀ ਬੱਚਿਆਂ ਨੂੰ ਖਵਾਣੀ ਹੈ ਬਰਾਬਰ ਦਾ ਸਟ्रेस ਹੈ ਇਹ ਪੈਸਿਆਂ ਨਾਲ ਅੰਕਿਆ ਨਹੀਂ ਜਾ ਸਕਦਾ 5000 ਵਾਲੇ ਨੂੰ 6000 ਚਾਹੀਦਾ 5000 ਕਰੋੜ ਵਾਲੇ ਨੂੰ 6000 ਕਰੋੜ ਥੋੜੀ ਥੋੜੀ ਇਹ ਲੋੜ ਹੈ ਪਰ ਇਹ ਕੁੱਤਾ ਝਾਕ ਮੁੱਕਦੀ ਨਹੀਂ ਹੈ ਜੇ ਅਸੀਂ ਇਹ ਮਜ਼ੇ ਜ਼ਿਆਦਾ ਲੈਨੇ ਆ ਤਾਂ ਉਹ ਲਤ ਬਣਦੀ ਹੈ ਐਡਿਕਸ਼ਨ ਬਣਦੀ ਹੈ ਦੁੱਖ ਦਾ ਕਾਰਨ ਬਣਦੀ ਹੈ ਇਹ ਕੋਈ ਫਿਲਾਸਫੀ ਦੀ ਗੱਲ ਨਹੀਂ ਹੋ ਰਹੀ ਇਹ ਵਿਗਿਆਨ ਦੀ ਗੱਲ ਹੋ ਰਹੀ ਹੈ ਡੋਪਾਮਾਈਨ ਬੇਸਲਾਈਨ ਕਹਿੰਦੇ ਨੇ ਇਹਨੂੰ ਔਰ ਡੋਪਾਮਾਈਨ ਕਰਵ ਕਹਿੰਦੇ ਨੇ ਇਹ ਜਦ ਤੱਕ ਤੁਸੀਂ ਆਪਣੇ ਹੱਡ ਨਹੀਂ ਤੋੜਦੇ ਉਦੋਂ ਤੱਕ ਉਦੋਂ ਤੱਕ ਐਂਡੋਰਫਿਨ ਰਿਲੀਜ਼ ਨਹੀਂ ਹੁੰਦਾ ਪਰ ਇੱਕ ਕੰਮ ਹੈ ਜਿਹੜਾ ਇਨਸਾਨ ਕਰ ਸਕਦਾ ਕੰਪਿਊਟਰ ਕਦੀ ਵੀ ਨਹੀਂ ਕਰ ਸਕਦਾ ਇਹਨਾਂ ਇਨਸਾਨ ਕੋਈ ਇਹ ਜੀ ਚੀਜ਼ ਬਣਾ ਲੂਗਾ ਜਿਹਦੇ ਸਾਹਮਣੇ ਤੁਹਾਨੂੰ ਕੰਪਿਊਟਰ ਵੀ ਐ ਲੱਗੂਗਾ ਵੀ ਜਿਵੇਂ ਪੱਥਰ ਨਾਲ ਪੱਥਰ ਕੇ ਇਸ ਕੇ ਅੱਗੇ ਚਿੰਗਾਰੀ ਕੱਢਣ ਵਾਲੀ ਚੀਜ਼ ਹੈ ਸਾਨੂੰ ਸਾਡੇ ਰੰਗ ਤੋਂ ਨਫ਼ਰਤ ਕਰਾਤੀ ਵੀ ਆ ਕਣਕ ਬਿਨਾਂ ਰੰਗ ਸਹੀ ਨਹੀਂ ਚਿੱਟਾ ਵਧੀਆ ਹੁੰਦਾ ਆਪ ਉਹ ਵਿੱਚ ਦੇ ਉੱਤੇ ਆਪਣਾ ਰੰਗ ਪੂਰਾ ਕਰਨ ਨੂੰ ਫਿਰਦੇ ਪੰਚਮ ਪਾਸ਼ਾ ਤੱਤੀ ਤਵੀ ਤੇ ਬੈਠੇ ਨੇ ਸਾਨੂੰ ਤਾਂ ਮਾਲਾ ਦਾ ਸੇਕਾ ਨਹੀਂ ਲੱਗਦਾ ਏਸੀ 'ਚ ਗਰਮੀ ਲੱਗੀ ਜਾਂਦੀ ਹੈ ਸਾਨੂੰ ਫਿਰਦੇ ਕਿੱਥੇ ਐ ਸੀ ਸ਼ੂਗਰ ਖਾਂਦੇ ਹੋ ਚੀਨੀ ਖਾਂਦੇ ਹੋ ਔਰ ਬਿਨਾ ਤੱਤਾਂ ਵਾਲਾ ਖਾਣਾ ਫੋਕਾ ਖਾਣਾ ਜਿਹੜਾ ਪੈਕਡ ਫੂਡ ਹੈ ਨੂਡਲ 버ਗਰ ਹੈਗੇ ਨੇ ਜਿਹਦੇ ਨਾਲ ਤੁਹਾਨੂੰ ਕਦੀ ਰੱਜ ਆ ਹੀ ਨਹੀਂ ਸਕਦਾ ਇਹ ਕਿਤੇ ਸਿਖਾਇਆ ਨਹੀਂ ਜਾਂਦਾ ਵੀ ਤੁਸੀਂ ਰੋਗ ਮੁਕਤ ਕਿਵੇਂ ਰਹਿਣਾ ਤੇ ਤਣਾਅ ਮੁਕਤ ਮਨ ਕਿਵੇਂ ਕਰਨਾ ਲੈ ਵੀ ਅੱਜ ਇੱਕ ਵਾਰੀ ਫੇਰ ਮਖਣੀ ਸਾਹਿਬ ਉਹਨਾਂ ਕੀ ਬੈਠ ਕੇ ਵਿੱਚ ਐ ਮੈਂ ਇੱਕ ਦਿਨ ਪਹਿਲਾਂ ਆਪਾਂ ਨੇ ਮਖਣੀ ਸਾਹਿਬ ਨਾਲ ਬਹੁਤ ਸਾਰੀਆਂ ਬਾਤਾਂ ਕਰੀ ਤੀ ਵੀ ਉਹਨਾਂ ਉਹ ਰੰਗ ਹੋ ਗਿਆ ਤਾਂ 슈ਗਰ थी ਬਹੁਤ ਹੀ ਬਿਮਾਰੀਆਂ थी ਤੇ ਉਹਨਾਂ ਨੇ ਆਪਣਾ ਸਾਰਾ ਖਾਣਾ ਪੀਣਾ ਉੱਠਣਾ ਬੈਠਣਾ ਸਿਹਤ ਦੇ ਜਿਹੜੇ ਬਹੁਤ ਬੜੇ ਮਸਲੇ ਤੇ ਉਹ ਹੱਲ ਕਰੇ ਨਾ ਸਾਰੀਆਂ ਚੀਜ਼ਾਂ ਗੈਲ ਅੱਜ ਫੇਰ ਇੱਕ ਵਾਰ ਉਹਨਾਂ ਕੀ ਗੈਲ ਉਹਨਾਂ ਦੀ ਬੈਠਕ માં ਬਾਤਾਂ ਕਰेंगे ਮਖਣੀ ਸਾਹਿਬ ਅੱਜ ਆਪਾਂ ਥਾਰੇ ਪਾਏ ਆ ਵੀ ਅੱਜ ਦੇ ਸਮੇਂ ਦੇ ਵਿੱਚ ਨਾ ਸਭ ਤੋਂ ਵੱਡਾ ਰੋਲ ਆਇਆ ਵੀ ਟੈਂਸ਼ਨ ਬਹੁਤ ਹੈ ਦਬਾਅ ਹੈ ਸਟ੍ਰੈਸ ਹੈ ਤੇ ਬਹੁਤ ਸਾਰੇ ਬੰਦੇ ਪਾਜੀ ਡਿਪਰੈਸ਼ਨ ਬਹੁਤ ਬੇਟਾ ਵੀ ਸੈਟ ਹੈ ਲਾਈਫ ਦੇ ਵਿੱਚ ਬੀੜੀ ਵੀ ਸੈਟ ਹੈ ਗੱਡੀ ਹੈ ਪਰ ਸਟ੍ਰੈਸ ਬਹੁਤ ਹੈ ਤੇ ਮੰਨਣਾ ਬੰਦੇ ਨੂੰ ਹਾਸੇ ਆਵਾ ਕਿ ਅਰੇ ਬੰਦੇ ਜਿਹੜੇ ਇਹ ਬੰਦੇ ਨੂੰ ਇੰਨਾ ਸਟ੍ਰੈਸ ਹੈ ਵੀ ਇਹ ਕਾਸ ਕਾਇ ਤੇ ਇਸ ਮੁੱਦੇ ਪਰ ਮੇਰਾ ਖਿਆਲ ਹੈ ਇਸੀ ਤੇ ਮੇਰਾ ਖਿਆਲ ਹੈ ਸਾਰੀਆਂ ਬਿਮਾਰੀਆਂ ਕੇ ਦਮਾ ਲੈ ਲੋ ਟੀਵੀ ਲੈ ਲੋ ਜਾਂ ਕੈਂਸਰ ਹੈ ਬਲੱਡ ਕੈਂਸਰ ਕੋ ਕਿੰਨੀਆਂ ਬਿਮਾਰੀਆਂ ਸੈਂਕੜੇ ਗਠੀਆ ਤੱਕ ਸਾਰੇ ਕਹਾ ਵੀ ਸਾਰਾ ਇਸ ਤੇ ਹੈ ਵੀ ਦਬਾਅ ਪਰ ਬੋਝ ਪੈ ਗਿਆ ਬੰਦੇ ਆ ਪਹਿਲਾਂ ਆਪਣੀ ਲੋਕਾਂ 'ਤੇ ਬੋਝ ਨਹੀਂ ਹੋਇਆ ਤਾਂ ਚੀਜ਼ਾਂ ਬਹੁਤ ਘੱਟਦੀਆਂ ਪਰ ਆਨੰਦਤਾ ਹੁਣ ਸਾਰਾ ਕੁਝ ਗਵਾ ਗਏ। ਥਵੇਂ ਇਸਕੇ ਉੱਪਰ ਚੰਨ ਨਾ ਪਾਓ। ਸਤਿ ਸ਼੍ਰੀ ਅਕਾਲ ਮਿੰਜੀ ਜੀ ਤੇ ਵੀ ਸੋਸ਼ਲ ਦੇ ਸਾਰੇ ਪਰਿਵਾਰ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਨਾ ਬਹੁਤ ਵਧੀਆ ਵਿਸ਼ਾ ਮੇਰੀ ਆਪਣੀ ਇੱਛਾ ਸੀ ਇਹਦੇ ਤੇ ਗੱਲ ਕਰਨ ਦੀ। ਪਿਛਲੀ ਵਾਰੀ ਆਪਾਂ ਗੱਲ ਕਰੀ ਸੀ ਵੀ ਸਿਹਤ ਕਿਵੇਂ ਠੀਕ ਕੀਤੀ ਹੈ। ਉਹਦੇ 'ਚ ਆਪਾਂ ਕੋਈ ਜ਼ਿਆਦਾ ਗੱਲ ਨਹੀਂ ਕੀਤੀ ਸੀ ਸਿਰਫ ਇੱਕ ਡਿਸਿਪਲਨ ਸਲੀਕੇ ਦੇ ਵਿੱਚ ਰਹਿਣ ਦੀ ਗੱਲ ਕਰੀ ਸੀ ਕਿ ਤਿੰਨ ਵਾਰੀ ਖਾਓ 3 ਲੀਟਰ ਪਾਣੀ ਉਹਦੇ ਨਾਲ ਹੀ ਵੱਡਾ ਫਰਕ ਤੁਸੀਂ ਦੇਖੋਗੇ ਵੀ ਤੁਹਾਡੀ ਲਾਈਫ 'ਚ ਆ ਗਿਆ ਹੋਰ ਵੀ ਲੰਬੀਆਂ ਚਰਚਾ ਨੇ ਕਿਸੇ ਹੋਰ ਵੇਲੇ ਕਰਾਂਗੇ ਪਰ ਜਿਹੜਾ ਤੁਸੀਂ ਅੱਜ ਮੁੱਦਾ ਪਕੜਿਆ ਹੈ ਇਹ ਇਹ ਬਹੁਤ ਡੂੰਗੀ ਚੀਜ਼ ਹੈ ਜਿਹੜੇ ਸਾਡੇ ਤੇ ਰਾਜ ਕਰਦੇ ਆ ਜਿਹੜੇ ਸਾਡੇ ਹੁਕਮਰਾਨ ਨੇ ਉਹਨਾਂ ਦੀ ਹਰ ਵੇਲੇ ਕੋਸ਼ਿਸ਼ ਇਹ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਜਨਤਾ ਨੂੰ ਕਮਜ਼ੋਰ ਬਣਾ ਕੇ ਰੱਖਿਆ ਜਾਵੇ ਕਿਉਂਕਿ ਜਦ ਤੱਕ ਜਨਤਾ ਕਮਜ਼ੋਰ ਨਹੀਂ ਹੈ ਉਦੋਂ ਤੱਕ ਰਾਜ ਕਰਨਾ ਬਹੁਤ ਔਖਾ ਜੇ ਸਾਰੇ ਸਿਰਾਂ ਵਾਲੇ ਹੋ ਗਏ ਫੇਰ ਤਾਂ ਰਾਜ ਹੋਣਾ ਨਹੀਂ ਤੋ ਇਹ ਅਜੋਕੇ ਟਾਈਮ ਤੋਂ ਅਜੋਕੇ ਟਾਈਮ ਤੱਕ ਮਤਲਬ ਪੁਰਾਣੇ ਟਾਈਮ ਤੋਂ ਲੈ ਕੇ ਹੁਣ ਤੱਕ ਢੰਗ ਤਰੀਕੇ ਬਦਲੇ ਨੇ ਪਹਿਲਾਂ ਸੰਗਲ ਪਾ ਲੈਂਦੇ ਸੀ ਗਲਿਆਂ ਦੇ ਵਿੱਚ ਛੈਂਡੇ ਮਾਰਦੇ ਸੀ ਫੇਰ ਹੌਲੀ ਹੌਲੀ ਉਹਨਾਂ ਨੇ ਕੀ ਕਰਿਆ ਆਜ਼ਾਦ ਛੱਡਤੇ ਸਾਰੇ ਵੀ ਤੁਸੀਂ ਆਜ਼ਾਦ ਫਿਰ ਕਰਜ਼ਾ ਦੇ ਕੇ ਤੁਹਾਨੂੰ ਕਾਬੂ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਲੋਕ ਤਾਂ ਖੁਸ਼ ਹੋ ਗਏ ਮੈਂ ਕਰਜ਼ਾ ਐ ਗੱਡੀ ਲਿਆ ਮੈਂ ਕੋਠੀ ਪਾ ਲਈ ਐ ਏਹੀ ਕਲਾਕਾਰੀ ਆ ਉਹਨਾਂ ਦੀ ਕਿ ਤੁਸੀਂ ਆਪਣੇ ਢਿੱਡ 'ਚ ਆਪ ਸ਼ੋਰ ਮਾਰਦੇ ਹੋ ਤੁਹਾਨੂੰ ਲਾਦਾ ਵੀ ਇਹ ਤਾਂ ਸਭ ਤੋਂ ਵਧੀਆ ਕੰਮ ਐ ਕਰ ਰਹੇ ਮੈਨੂੰ ਨਾ ਕਿ ਯਾਦ ਆ ਵਾ ਤੂਤਾਂ ਵਾਲਾ ਖੂਨ ਨਾਵਲ ਪੜਿਆ ਦਸਵੀਂ ਦੇ ਵਿੱਚ ਬਹੁਤ ਮਸ਼ਹੂਰਤਾ ਉਹਨਾਂ ਸੱਜਣ ਸਿੰਘ ਮੈਂ ਇਸ ਲਈ ਕਹਾ ਵਾ ਫਿਰ ਉਹ ਰਾਤ ਨੂੰ ਪਿਆ ਕੋਠੇ 'ਵਾਂ ਕਹਿੰਦਾ ਵੀ ਮੈਂ ਇਸ ਤਰ੍ਹਾਂ ਲਿਆਣੀ ਮੇਰਾ ਬਾਪੂ ਕਹੇ ਇਹਦਾ ਵੀ ਕਰਜ਼ਾ ਨ ਲੈ ਰੋਟੀ ਖਾਣੀ ਛੱਡ ਦੀ ਕਹਿੰਦਾ ਜੇਲ੍ਹਣਾ ਜਿੰਨਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇ ਅੰਦਰ ਜਾਏਗਾ ਜੀ ਤੋਂ ਜਿੰਨੀਆਂ ਬਿਮਾਰੀਆਂ ਸਾਨੂੰ ਖਾਣ ਪੀਣ ਜਾਂ ਅਸੀਂ ਘੱਟ ਤੁਰਦੇ ਫਿਰਦੇ ਆ ਉਹਨਾਂ ਕਰਕੇ ਲੱਗਦੀਆਂ ਨੇ ਉਸ ਤੋਂ ਕਈ ਜ਼ਿਆਦਾ ਬਿਮਾਰੀਆਂ ਸਾਨੂੰ ਟੈਨਸ਼ਨ ਸਟ्रेस ਜਿਹਨੂੰ ਕਹਿੰਦੇ ਆ ਉਹਦੇ ਕਰਕੇ ਲੱਗਦੀਆਂ ਨੇ ਤੇ ਇਹ ਚੀਜ਼ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੁਕਮਰਾਨਾਂ ਨੂੰ ਉਹ ਹਰ ਵੇਲੇ ਸਾਨੂੰ ਪਰੇਸ਼ਾਨ ਕਿਸ ਤਰ੍ਹਾਂ ਕੀਤਾ ਜਾਵੇ ਇਹਦੇ ਤੇ ਕੰਮ ਕਰ ਰਹੇ ਨੇ ਇੱਕ ਵਾਰੀ ਜੇ ਤੁਹਾਨੂੰ ਟੈਨਸ਼ਨ ਆ ਗਈ ਤਾਂ ਤੁਸੀਂ ਚਾਹੇ ਜਿੰਨਾ ਮਰਜ਼ੀ ਵਧੀਆ ਭੋਜਨ ਕਰਦੇ ਹੋ ਜਿੰਨੀ ਮਰਜ਼ੀ ਐਕਸਰਸਾਈਜ਼ ਕਰਦੇ ਹੋ ਤੁਹਾਨੂੰ ਹਰ ਨਾਮਰਾਜ਼ ਬਿਮਾਰੀ ਲਗਣੀ ਨਿਸ਼ਚਿਤ ਹੈ ਅੱਜ ਆਪਾਂ ਇਹਦੇ ਤੇ ਗੱਲ ਕਰਾਂਗੇ ਔਰ ਵਿਗਿਆਨਿਕ ਪਹਿਲੂ ਦੀ ਗੱਲ ਕਰਾਂਗੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਸਰੀਰ ਤੇ ਇਸ ਸਟ्रेस ਦਾ ਅਸਰ ਕੀ ਹੁੰਦਾ ਹੈ ਔਰ ਇਹ ਹੁੰਦੀ ਕਿਉਂ ਹੈ ਸਾਨੂੰ ਸਟ्रेस ਵੈਸੇ ਤਾਂ ਹਰ ਇਨਸਾਨ ਦਾ ਜਨਮ ਸਿੱਧ ਅਧਿਕਾਰ ਹੈ ਵੀ ਰੋਗ ਮੁਕਤ ਸਰੀਰ ਤੇ ਤਣਾਅ ਮੁਕਤ ਮਨ ਇਹ ਜਨਮ ਸਿੱਧ ਅਧਿਕਾਰ ਹੈ ਸਾਡਾ ਪਰ ਕਿਉਂਕਿ ਇਨਸਾਨ ਨੂੰ ਸਭ ਕੁਝ ਸਿੱਖਣਾ ਪੈਂਦਾ ਇਹ ਕਿਤੇ ਸਿਖਾਇਆ ਨਹੀਂ ਜਾਂਦਾ ਵੀ ਤੁਸੀਂ ਰੋਗ ਮੁਕਤ ਕਿਵੇਂ ਰਹਿਣਾ ਤੇ ਤਣਾਅ ਮੁਕਤ ਮਨ ਕਿਵੇਂ ਕਰਨਾ ਤੁਸੀਂ ਇਹ ਸਮਝੋ ਵੀ ਕੋਈ ਬੰਦਾ ਉਹ ਡਾਕਟਰ ਕੋਲ ਆਪਣਾ ਚੈੱਕਅਪ ਕਰਾਨ ਗਿਆ ਤੇ ਡਾਕਟਰ ਨੇ ਉਹਨੂੰ ਕਿਹਾ ਤੈਨੂੰ ਕੈਂਸਰ ਹੋ ਗਿਆ ਜਦੋਂ ਨੇ ਖਬਰ ਮਿਲੀ ਇੱਕ ਸਕਿੰਟ ਦੇ ਵਿੱਚ ਉਹਦਾ ਹਾਰਟ ਜਿਹੜਾ ਉਹ ਦਿਲ ਮੂਹਣ ਆ ਜਾਊਗਾ ਫਟ 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 ਕਰਕੇ ਚੱਲਣ ਲੱਗ ਜੂਗਾ ਸਾਹ ਤੇਜ਼ ਚੱਲਣ ਲੱਗ ਜੂਗਾ ਪਸੀਨਾ ਆ ਜਾਊਗਾ ਉਹਦੇ ਬੁਰਾ ਹਾਲ ਹੋ ਜੂਗਾ ਉਹਦਾ ਮਾੜੇ ਤੋਂ ਮਾੜਾ ਭੋਜਨ ਖਾ ਕੇ ਵੀ ਇੰਨਾ ਬੁਰਾ ਹਾਲ ਹੋਣ ਵਾਸਤੇ ਤਾਂ ਟਾਈਮ ਲੱਗੂਗਾ ਜੇ ਤੁਸੀਂ ਸਾਰਾ ਦਿਨ ਮੰਜੇ ਤੋੜਦੇ ਰਹਿੰਦੇ ਤਾਂ ਵੀ ਇੰਨਾ ਬੁਰਾ ਹੋਣ ਵਾਸਤੇ ਤਾਂ ਟਾਈਮ ਲੱਗੂਗਾ ਤਾਂ ਜਿਹੜਾ ਵਿਚਾਰ ਹੈ ਤੁਹਾਡੇ ਤੇ ਉਹ ਇੰਨੀ ਛੇਤੀ ਅਸਰ ਕਰਦਾ ਤੁਹਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਇੱਕਦਮ ਬਦਲ ਜਾਂਦਾ ਹੈ ਇੱਕਦਮ ਤੁਹਾਨੂੰ ਉਸ ਵੇਲੇ ਕੋਈ ਰੋਟੀ ਨਹੀਂ ਚੰਗੀ ਲੱਗਣੀ ਮਤ ਤੁਹਾਡੀ ਮਾਰੀ ਜਾਊਗੀ ਤੁਹਾਨੂੰ ਤਾਰੇ ਦਿਖਾਈ ਦੇਣ ਲੱਗ ਜਾਣਗੇ ਔਰ ਇਹ ਵੀ ਹੋ ਸਕਦਾ ਹੈ ਕਿ ਕਿਸੇ ਦਾ ਹਾਰਟ ਫੇਲ ਵੀ ਹੋ ਜਾਏ ਆਇਆ ਕਿ ਸਿਰਫ ਇੱਕ ਵਿਚਾਰ ਸਿਰਫ ਇੱਕ ਵਿਚਾਰ ਤੋਂ ਇੰਨੀ ਤਾਕਤ ਹੈ ਵਿਚਾਰ ਦੀ ਥੋੜੀ देर ਬਾਅਦ ਮੰਨ ਲਓ ਉਹਨੂੰ ਦੁਬਾਰਾ ਉਹੀ ਡਾਕਟਰ ਕਹਿੰਦਾ ਸੌਰੀ 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 ਗਲਤੀ ਹੋ ਗਈ ਭਾਈ ਤੇਰੀ ਰਿਪੋਰਟ ਨਹੀਂ ਹੈ 2 ਸੈਕਿੰਡ ਦੇ ਵਿੱਚ ਉਹ ਬਚ ਗਿਆ ਸਾਹ ਵੀ ਉਹਨੂੰ ਹੌਲਾ ਆਨ ਲੱਗ ਜਾਊਗਾ ਸਾਰਾ ਕੁਝ ਸਹੀ ਹੋ ਜਾਊਗਾ ਉਹਨੂੰ ਇੱਕਦਮ 15 20 ਮਿੰਟ ਦੇ ਵਿੱਚ ਉਹ ਬਿਲਕੁਲ ਵਾਪਸ ਇੱਕਦਮ ਐਕਟਿਵ ਹੋ ਜਾਊਗਾ ਲੇਕਿਨ ਉਹ ਜਿਹੜਾ ਉਹਨੂੰ ਇੱਕ ਫੋਨ ਆਇਆ ਸੀ ਉਹ ਪਤਾ ਨਹੀਂ ਕਿੰਨੇ ਦਿਨ ਤੱਕ ਉਹਨੂੰ ਉਹ ਪਰੇਸ਼ਾਨ ਕਰਦਾ ਰਹੂਗਾ ਤੋਂ ਜਿਹੜੀਆਂ ਭਾਵਨਾਵਾਂ ਨੇ ਨਾ ਸਾਨੂੰ ਜਿਹੜੇ ਜੀ ਭਾਵਨਾਵਾਂ ਸਾਡੇ ਮਨ ਦੇ ਵਿੱਚ ਆਂਦੀ ਹੈ ਉਹਦੇ ਅਨੁਸਾਰ ਹੀ ਸਾਡੇ ਸਰੀਰ ਦੇ ਸਾਰੇ ਪੁਰਜੇ ਜਿਹੜੇ ਨੇ ਇਹ ਕੰਮ ਕਰਦੇ ਨੇ ਮਨ ਸਾਰੇ ਕਾਸੇ ਨੂੰ ਕਾਬੂ ਕਰ ਰਿਹਾ ਇਹ ਬਣੀ ਘਾੜਤੀ ਇਸੇ ਤਰ੍ਹਾਂ ਬਣੀ ਹੈ ਇਹ ਕੁਦਰਤ ਨੇ ਬਣਾਈ ਇਸ ਤਰ੍ਹਾਂ ਕਿ ਸਾਡੇ ਸਾਰੇ ਸਰੀਰ ਦੇ ਅੰਗਾਂ ਦਾ ਕੰਟਰੋਲ ਆ ਕੋਠੇ ਪਰ ਹੈ ਇਹਦੇ ਕੋਲੇ ਇਹਦਾ ਕੰਟਰੋਲ ਜਿਹੜਾ ਸਾਰਾ ਦਾ ਸਾਰਾ ਉਹ ਭਾਵਨਾਵਾਂ ਕੋਲੇ ਜਿਹਹੇ ਜੀ ਤੁਹਾਡੀ ਭਾਵਨਾ ਹੋਊਗੀ ਉਸ ਤਰ੍ਹਾਂ ਦਾ ਤੁਹਾਡਾ ਜਿਹੜਾ ਸਰੀਰ ਉਹ ਕੰਮ ਕਰਨ ਲੱਗ ਜਾਊਗਾ ਜੇ ਤੁਸੀਂ ਡਰ ਦੇ ਵਿੱਚ ਹੋ ਟੈਨਸ਼ਨ ਦੇ ਵਿੱਚ ਹੋ ਤੁਹਾਡੀ ਹਾਰਟਬੀਟ ਤੇਜ਼ ਹੋ ਜਾਊਗੀ ਤੁਹਾਡੀ ਪਾਚਨ ਕਰਿਆ ਬੰਦ ਕਰ ਦੇਊਗਾ ਸਰੀਰ ਤੁਹਾਡਾ ਅੱਖਾਂ ਤੁਹਾਡੀਆਂ ਖੁੱਲ ਜਾਣਗੀਆਂ ਤੁਹਾਨੂੰ ਨੀਂਦ ਨਹੀਂ ਆਊਗੀ ਪਸੀਨਾ ਆਊਗਾ ਤੁਹਾਨੂੰ ਸਾਹ ਤੇਜ਼ ਚੱਲੂਗਾ ਤੁਹਾਡਾ ਜਿਹੜਾ ਲਿਵਰ ਉਹ ਹੋਰ ਗਲੂਕੋਜ਼ ਬਣਾ ਕੇ ਤੁਹਾਡੇ ਸਰੀਰ ਨੂੰ ਦਊਗਾ ਇਹਨੂੰ ਇਹ ਨਹੀਂ ਪਤਾ ਕਿ ਵੀ ਤੁਸੀਂ ਇਹਨੂੰ ਇਮੇਜਿਨ ਕਰ ਰਹੇ ਹੋ ਕਿ ਵਾਕਈ ਹੋ ਰਿਹਾ ਹੈ ਤੁਹਾਡੇ ਨਾਲ। ਉਹ ਰਾਤ ਨੂੰ ਸੁੱਤੇ-ਸੁੱਤੇ ਵੀ ਜੇ ਤੁਹਾਨੂੰ ਕੋਈ ਮਾੜਾ ਖਿਆਲ ਆ ਜਾਵੇ ਤਾਂ ਇਸੇ ਤਰ੍ਹਾਂ ਹੀ ਸਰੀਰ ਤੁਹਾਡਾ ਜਿਹੜਾ ਸਾਰਾ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ। ਤਾਂ ਫਿਰ ਕੁਦਰਤ ਨੇ ਬਣਾਇਆ ਕਿਉਂ ਇਹ ਸਿਸਟਮ? ਸਿਸਟਮ ਇਹ ਇਸ ਕਰਕੇ ਬਣਾਇਆ ਕਿ ਜਿਹੜਾ ਇਹ ਸਰੀਰ ਹੈ ਇਹਦਾ ਬਚਾਅ ਵੀ ਤਾਂ ਰੱਖਣਾ। ਹੁਣ ਜਦੋਂ ਅਸੀਂ ਜੰਗਲਾਂ 'ਚ ਰਹਿੰਦੇ ਸੀ ਅਕੁਰਸੀਆਂ ਕਰਸੀਆਂ ਤੇ ਤਾਂ ਹੁਣੇ 5-4000 ਸਾਲ ਤੋਂ ਹੀ ਬੈਠਣਾ ਸ਼ੁਰੂ ਕਰਿਆ ਇਹਦਾ ਮੇਰੇ ਖਿਆਲ ਇਹ ਹੀ ਜਿਹਾ ਕੁਰਸੀਆਂ ਤੇ ਤਾਂ ਸ਼ਾਇਦ 100 ਸਾਲ ਤੋਂ ਹੀ ਹੋਇਆ ਹੋਊਗਾ ਸ਼ੁਰੂ ਉਦੋਂ ਪਹਿਲਾਂ ਅਸੀਂ ਜੰਗਲ ਦੇ ਵਿੱਚ ਘੁੰਮਦੇ ਸੀਗੇ ਜੇ ਜੰਗਲ ਦੇ ਵਿੱਚ ਮੰਨ ਲਓ ਤੁਹਾਡੇ ਸਾਹਮਣੇ ਸ਼ੇਰ ਆ ਗਿਆ ਤਾਂ ਤੁਸੀਂ ਉੱਥੇ ਬੈਠੇ ਉਹਦਾ ਮੂੰਹ ਥੋੜਾ ਦੇਖੋਗੇ ਇਮੀਡੀਏਟਲੀ ਸੋਤੇ ਸਿੱਧ ਤੁਸੀਂ ਐਕਸ਼ਨ ਲਓਗੇ ਜਿਵੇਂ ਤੁਸੀਂ ਬਾਹਰ ਚਲੇ ਜਾਓ ਗਰਮੀ ਦੇ ਵਿੱਚ ਤੁਹਾਨੂੰ ਪਸੀਨਾ ਆਪਣੇ ਆਪ ਆਉਂਦਾ ਤਾਂ ਤੁਸੀਂ ਲੈ ਕੇ ਥੋੜਾ ਆਉਂਦੇ ਹੋ ਆਪਣੇ ਆਪ ਆਉਂਦਾ ਉਹ ਕੁਦਰਤ ਨੇ ਸਿਸਟਮ ਬਣਾਇਆ ਹੋਇਆ ਵੀ ਜਦੋਂ ਟੈਂਪਰੇਚਰ ਵੱਧ ਜੇ ਨਾਲ ਦੀ ਨਾਲ ਪਾਣੀ ਦਾ ਛੱਟਾ ਦੇ ਦੇ ਸਰੀਰ ਨੂੰ ਠੰਡਾ ਕਰਨ ਵਾਸਤੇ ਤੁਹਾਡੀ ਕੀ ਉਮਰ ਹੈ ਤੁਸੀਂ ਨਾਰੋ ਮਾਦਾ ਉਹ ਵੱਡੇ ਉਹ ਛੋਟੇ ਕੋਈ ਫਰਕ ਨਹੀਂ ਪੈਂਦਾ ਆਪਣੇ ਆਪ ਹੀ ਤੁਹਾਨੂੰ ਪਸੀਨਾ ਆ ਹੀ ਜਾਣਾ ਉਸੇ ਤਰ੍ਹਾਂ ਜਿਹੇ ਜਿਹੇ ਭਾਵ ਤੁਹਾਡੇ ਮਨ ਦੇ ਵਿੱਚ ਹੁੰਦਾ ਉਹੇ ਜਿਹਾ ਪਸੀਨਾ ਹਾਰਮੋਨਿਕ ਅੰਦਰ ਸੈਕ੍ਰੀਟ ਹੁੰਦਾ ਔਰ ਉਹ ਤੁਹਾਡੇ ਸਾਰੇ ਅੰਗਾਂ ਨੂੰ ਸਿਗਨਲ ਦੇ ਦਿੰਦਾ ਵੀ ਤੂੰ ਤੇਜ਼ ਹੋ ਜਾ ਤੂੰ ਹੌਲੀ ਹੋ ਜਾ ਤੂੰ ਜੋ ਮਰਜ਼ੀ ਹੋ ਜਾ ਕਿਮ ਗਣੀਆ ਸਕ੍ਰੀਟ ਕਮੜੇ ਦੱਸੋ ਕੋਈ ਪੰਜਾਬੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਪੰਜਾਬੀ ਦੇ ਵਿੱਚ ਸਕ੍ਰੀਟ ਦਾ ਮਤਲਬ ਨਿਕਲਦਾ ਜਿਵੇਂ ਪਸੀਨਾ ਨਿਕਲਦਾ ਉਵੇਂ ਉਹ ਅੰਦਰ ਨਿਕਲਦਾ ਉਹ ਠੀਕ ਹੈ ਅੰਗਰੇਜ਼ੀ ਚ ਉਹਨੂੰ ਹਾਰਮੋਨ ਕਹਿ ਦਿੰਦੇ ਆ ਪੰਜਾਬੀ ਚ ਸਰਲ ਕਹਿੰਦਾ ਸਮਝ ਲਓ ਪਸੀਨਾ ਤਾਂ ਜਦੋਂ ਤੁਹਾਨੂੰ ਆਨੰਦ ਆਂਦਾ ਉਦੋਂ ਵੀ ਇੱਕ ਹਾਰਮੋਨ ਤੁਹਾਡਾ ਨਿਕਲਦਾ ਜਦੋਂ ਤੁਹਾਨੂੰ ਪਰਮਾਨੰਦ ਆਂਦਾ ਉਦੋਂ ਵੀ ਨਿਕਲਦਾ ਜਦੋਂ ਤੁਹਾਨੂੰ ਆਰਾਮ ਮਿਲਦਾ ਜਦੋਂ ਤੁਸੀਂ ਰਿਲੈਕਸ ਫੀਲ ਕਰਦੇ ਹੋ ਉਦੋਂ ਵੀ ਪਸੀਨਾ ਹੁੰਦਾ ਉਹ ਤੇ ਜਦੋਂ ਤੁਹਾਨੂੰ ਪਿਆਰ ਕਿਸੇ ਤੇ ਆਉਂਦਾ ਉਦੋਂ ਵੀ ਉਹੀ ਇਹ ਸਾਰੀ ਖੇਡ ਹਾਰਮੋਨਸ ਦੀ ਉਹ ਹੈ ਤੇ ਜਦੋਂ ਤੁਸੀਂ ਟੈਨਸ਼ਨ 'ਚ ਹੁੰਦੇ ਹੋ ਉਦੋਂ ਵੀ ਹਾਰਮੋਨ ਸੈਕ੍ਰੀਟ ਹੁੰਦੇ ਨੇ ਤਾਂ ਜੇ ਇਹਨੂੰ ਸਰਲ ਕਰਕੇ ਸਮਝੀਏ ਤਾਂ ਜਿਹਹੇ ਜ ਤੁਹਾਡਾ ਭਾਵ ਆ ਗਿਆ ਉਹੇ ਜੇ ਅੰਦਰ ਪਸੀਨਾ ਸੈਕ੍ਰੀਟ ਹੋਇਆ ਉਹੇ ਜੇ ਤੁਹਾਡੇ ਸਾਰੇ ਬੋਡੀ ਦੇ ਫੰਕਸ਼ਨ ਹੋ ਗਏ ਹੁਣ ਮੰਨ ਲਓ ਤੁਹਾਡੇ ਸਾਹਮਣੇ ਸ਼ੇਰ ਆ ਗਿਆ ਇਮੀਡੀਏਟਲੀ ਉਸੇ ਵੇਲੇ ਤੁਰੰਤ ਤੁਹਾਡੀ ਹਾਰਟਬੀਟ ਤੇਜ਼ ਹੋ ਜਾਊਗੀ ਕਿਉਂਕਿ ਜਿਆਦਾ ਲਹੂ ਦੀ ਲੋੜ ਸਾਰੇ ਸਰੀਰ ਨੂੰ ਸਾਹ ਤੇਜ ਹੋ ਜਾਊਗਾ ਜਿਆਦਾ ਆਕਸੀਜਨ ਦੀ ਲੋੜ ਹੈ ਹੁਣ ਜਿਵੇਂ ਭੱਟੀ ਨੂੰ ਵੱਧ ਚਲਾਣਾ ਤਾਂ ਫੂਕ ਵੱਧ ਮਾਰਨੀ ਪੈਂਦੀ ਹੈ ਉਸੇ ਵੇਲੇ ਤੁਹਾਡੀ ਜਿਹੜੀ ਪਾਚਨ ਕਰਿਆ ਉਹਨੂੰ ਕੱਟ ਦੂਗਾ ਸਰੀਰ ਆ ਜਿਹੜੀ ਮਤ ਹੈ ਜਿਹੜੀ ਤੁਹਾਡੀ ਸੋਚਣ ਦੀ ਨਿਰਣਾ ਲੈਣ ਦੀ ਸ਼ਕਤ ਸ਼ਕਤੀ ਹੈ ਸੋਚਣ ਦੀ ਸ਼ਕਤੀ ਇਹ ਹੈ ਨਿਰਲਨ ਨਿਰਣਾ ਲੈਣ ਦੀ ਪ੍ਰੀ ਫਰੰਟਲ ਕਾਰਟਿਕਸ ਡਾਕਟਰ ਰੀਪਾ ਸਚੀ ਨੂੰ ਕਹਿੰਦੇ ਆ ਮੱਥਾ ਇਹਨੂੰ ਕੱਟ ਕਰ ਦੂਗਾ ਉਹ ਉਸ ਵੇਲੇ ਕੀ ਹੋਊਗਾ ਉਸ ਵੇਲੇ ਤੁਹਾਨੂੰ ਇਹ ਹੋਊਗਾ ਵੀ ਖਤਰਾ ਯਾਂ ਤਾਂ ਮੈਂ ਇਹਦੇ ਨਾਲ ਲੜਨਾ ਸ਼ੇਰ ਨਾਲ ਤੇ ਜਾਂ ਭੱਜਣਾ ਤੁਹਾਡੇ ਸਰੀਰ ਦੇ ਵਿੱਚ ਕੋਰਟਿਸੋਲ ਬਹੁਤ ਜ਼ਿਆਦਾ ਸੈਕ੍ਰੀਟ ਹੋਣ ਲੱਗ ਜਾਊਗਾ ਇੱਕਦਮ ਔਰ ਤੁਸੀਂ ਉਹਦੇ ਵਾਸਤੇ ਤਿਆਰ ਹੋ ਜਾਓਗੇ ਹੁਣ ਥੋੜੀ ਦੇਰ ਬਾਅਦ ਜਾਂ ਤਾਂ ਉਹ ਸ਼ੇਰ ਮਰ ਗਿਆ ਤੁਸੀਂ ਮਾਰ ਲਿਆ ਉਹਨੂੰ ਜਾਂ ਤੁਸੀਂ ਮਰ ਗਏ ਜਾਂ ਤੁਸੀਂ ਭੱਜ ਕੇ ਆਪਣੀ ਜਾਨ ਬਚਾ ਲਈ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਠੰਡੇ ਸਾਹ ਲਓਗੇ ਤੁਹਾਨੂੰ ਬਚ ਗਿਆ ਵੀ ਤੁਹਾਡੀ ਹਾਰਟਬੀਟ ਵੀ ਸਲੋ ਹੋ ਜੂਗੀ ਸਾਹ ਵੀ ਤੁਹਾਡਾ ਸਾਹ ਚ ਰਲ ਜੂਗਾ ਪਸੀਨਾ ਆਉਣਾ ਵੀ ਥੋੜਾ ਜਆ ਤੁਸੀਂ ਰਿਲੈਕਸ ਫੀਲ ਕਰੋਗੇ ਉਸ ਵੇਲੇ ਹਨ ਪਰ ਜੇ ਤੁਸੀਂ ਇਹ ਸਮਝੋ ਕਿ ਉਹ ਸ਼ੇਰ ਗਿਆ ਹੀ ਨਹੀਂ ਤੁਹਾਡੀ ਗੁਫਾ ਦੇ ਬਾਹਰ ਖੜਾ ਹੋ ਗਿਆ ਔਰ ਉਹ ਜਵਾਨ ਫੇਰ ਰਿਹਾ ਆਪਣੇ ਬੁੱਲਾਂ ਤੇ ਵੀ ਮੇਰਾ ਅੰਦਰ ਨਾਸ਼ਤਾ ਪਿਆ ਹੈ ਹਨ ਔਰ ਉਹ ਫਿਓ ਫੇਰੋ ਪਿਓ ਦਾ ਪੁੱਤਰ ਬਾਹਰ ਬੈਠ ਗਿਆ ਜਿੰਨੀ ਦੇਰ ਉਹ ਬਾਹਰ ਬੈਠਾ ਓਨੀ ਦੇਰ ਤੁਹਾਡਾ ਆ ਦਿਮਾਗ ਦਾ ਉੱਪਰਲਾ ਹਿੱਸਾ ਤانوں ਹਿਸਾਬ ਲਾ ਲਾ ਕੇ ਦੱਸੀ ਜਾਊਗਾ ਵੀ ਇੱਧਰੋਂ ਨਾ ਆ ਜੇ ਉੱਧਰੋਂ ਨਾ ਆ ਜੇ ਇੱਧਰੋਂ ਨਾ ਆ ਜੇ ਤਾਂ ਮਤਲਬ ਹਰ ਟੰਗ ਤਰੀਕੇ ਦੇ ਨਾਲ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰੂਗਾ ਇਹਦਾ ਕੰਮ ਹੈ ਆ ਜਿਹੜਾ ਹਿੱਸਾ ਹੈ ਸੈਰੇਬਰਮ ਕਹਿੰਦੇ ਇਹਦਾ ਕੰਮ ਹੈ ਕਿ ਤੁਹਾਨੂੰ ਉਹਨੇ ਹਰ ਖਤਰੇ ਤੋਂ ਆਗਾਹ ਕਰਵਾਣਾ ਹੈ ਤਾਂ ਉਸ 19 ਦਿਨ ਤੱਕ ਤੁਹਾਡਾ ਸਰੀਰ ਉਸੇ ਤਰ੍ਹਾਂ ਹੀ ਕੰਮ ਕਰੀ ਜਾਊਗਾ ਤੁਹਾਡਾ ਨਾ ਤਾਂ ਸਾਹ ਨਾ ਸਾਹ ਲੜੇ ਨਾ ਤੁਹਾਨੂੰ ਖਾਣਾ ਸਵਾਦ ਲੱਗੇ ਬੁਰਾ ਹਾਲ ਹੋਇਆ ਰਹੂਗਾ ਤੁਹਾਡਾ 19 ਦਿਨ ਜਦ ਤੱਕ ਉਹ ਸ਼ੇਰ ਉੱਥੋਂ ਜਾਂਦਾ ਨਹੀਂ ਹੈਗਾ ਉਦੋਂ ਤੱਕ ਇਨੂੰ ਕਹਿੰਦੇ ਨੇ ਤਣਾਅ ਸਟ्रेस ਅੱਜ ਦੀ ਦੌੜ ਦੂਪ ਦੀ ਦੁਨੀਆ ਦੇ ਵਿੱਚ ਸਾਡੇ ਆਸ-ਪਾਸ ਇੰਨਾ ਕੁਝ ਹੋ ਰਿਹਾ ਹੈ ਹਰ ਚੀਜ਼ ਸਾਡੇ ਵਾਸਤੇ ਖਤਰਾ ਬਣੀ ਹੋਈ ਹੈ ਕਾਰ ਚਲਾਣ ਵੇਲੇ ਐਕਸੀਡੈਂਟ ਦਾ ਖਤਰਾ ਜਿਹੜੀ ਖਬਰ ਸੁਣ ਲੋ ਉਹ ਸਾਰੀ ਨਕਾਰਾਤਮਕ ਕਿਤੇ ਰੈਲੀਆਂ ਕਿਤੇ ਧਰਨੇ ਕਿਤੇ ਨੋਟ ਬੰਦ ਹੋ ਗਿਆ ਕਿਤੇ ਨੋਟ ਚੱਲ ਪਿਆ ਕਿਤੇ ਨੌਕਰੀਆਂ ਹੈ ਨਹੀਂ ਕਿਤੇ ਲੜਾਈ ਹੋ ਰਹੀ ਹੈ ਕਿਤੇ ਕੁਝ ਹੋ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਦਾ ਤਾਂ ਨੂੰ ਸਟ੍ਰੈਸ ਦੇਣ ਵਾਸਤੇ ਕੀਤੀਆਂ ਜਾਂਦੀਆਂ ਨੇ ਫਿਰ ਇਹ ਸਟ੍ਰੈਸ ਕੇ ਮੁੰਡੇ ਨੂੰ ਨੌਕਰੀ ਮਿਲੂਗੀ ਕਿ ਨਹੀਂ ਮੁੰਡੇ ਨੌਕਰੀ ਮਿਲਗੀ ਤਾਂ ਬਾਹਰ ਜਾਊਗਾ ਕਿ ਨਹੀਂ ਮੇਰੀ ਨੌਕਰੀ ਰਹੂਗੀ ਕਿ ਨਹੀਂ ਬੁਢਾਪੇ ਚ ਕੀ ਕਰੂੰਗਾ ਪੈਸੇ ਕਿ ਅਣਗਿਣਤ ਸੋਚ ਨੇ ਜਿਹੜਾ ਇਹਦਾ ਕੰਮ ਐ ਇਹਦਾ ਸੈਰੇਬਰਮ ਮੈਂ ਇਹਨੂੰ ਮਨ ਕਹਿੰਦਾ ਇੱਕ ਤੁਹਾਡੇ ਅਗੇਂਸਟ ਕੰਮ ਨਹੀਂ ਕਰ ਰਿਹਾ ਤੁਹਾਡੇ ਖਿਲਾਫ ਕੰਮ ਨਹੀਂ ਕਰ ਰਿਹਾ ਇਹ ਤੁਹਾਨੂੰ ਸਾਰਾ ਕੁਝ ਉਹ ਕਰ ਕਰਕੇ ਦੱਸ ਰਿਹਾ ਵੀ ਆ ਵੀ ਹੋ ਸਕਦਾ ਤੇਰੇ ਨਾਲ ਆ ਵੀ ਹੋ ਸਕਦਾ ਤੇਰੇ ਨਾਲ ਆ ਵੀ ਹੋ ਸਕਦਾ ਤੇਰੇ ਨਾਲ ਜਿਹੜੇ ਜਿਹੇ ਸੋਚੀ ਜਾਂਦਾ ਉਹੇ ਜਿਹਾ ਭਾਵ ਕ੍ਰੀਏਟ ਹੋਈ ਜਾਂਦਾ ਉਹੇ ਜੀ ਤੁਹਾਡੀ ਬਾਡੀ ਕੰਮ ਕਰੀ ਜਾਂਦੀ ਮਤ ਤੁਹਾਡੀ ਮਾਰੀ ਜਾਂਦੀ ਹੁਣ ਜਦੋਂ ਲਗਾਤਾਰ ਇਹ ਲਗਾਤਾਰ ਸਟ्रेस ਦੇ ਵਿੱਚੋਂ ਤੁਸੀਂ ਤਾਂ ਤੁਹਾਡੀ ਬਾਡੀ ਦੇ ਅੰਦਰ ਕੋਰਟੀਸੋਲ ਨਾਮ ਦਾ ਇੱਕ ਪਸੀਨਾ ਜਿਹੜਾ ਹਰ ਵੇਲੇ ਅੰਦਰ ਸੈਕ੍ਰੀਟ ਜਹਿਰ ਕਹ ਦੋ ਜ਼ਹਿਰ ਕਹ ਲਓ ਐਕਚੁਅਲੀ ਤਾਂ ਜਦੋਂ ਤੁਸੀਂ ਕੋਈ ਮਤਲਬ ਤਗੜਾ ਕੰਮ ਕਰਨਾ ਹੁੰਦਾ ਉਦੋਂ ਉਹਦੀ ਲੋਡ ਵੀ ਹੈ ਉਸ ਚੀਜ਼ ਦੀ ਉਦੋਂ ਤੁਹਾਨੂੰ ਜਿਆਦਾ ਹਾਰਟ ਤੇਜ਼ ਚੱਲਣਾ ਤੁਸੀਂ ਕੋਈ ਰੇਸ ਦੌੜਨੀ ਹੈ ਕੋਈ ਹੋਰ ਕਰਨਾ ਹੈ ਉਦੋਂ ਲੋਡ ਵੀ ਹੈ ਉਹਦੀ ਪਰ ਸਟ੍ਰੈਸ ਦੇ ਨਾਲ ਲਗਾਤਾਰ ਜਦੋਂ ਹੋ ਰਿਹਾ ਹੈ ਬੰਦੇ ਨਹੀਂ ਹੋ ਰਿਹਾ ਉਹ ਉਦੋਂ ਤੁਹਾਡੇ ਵਾਸਤੇ ਜ਼ਹਿਰ ਬਣ ਜਾਂਦਾ ਸਰੀਰ ਕੇੰਤ ਤਬਾਹ ਹੋਣ ਲੱਗ ਜਾਂਦੇ ਹੋ ਸਰੀਰ ਦੇ ਅੰਦਰ ਫਿਰ ਇੱਕ ਸਿਸਟਮ ਹੈ ਜਿਹਨੂੰ ਅਸੀਂ ਰੋਗ ਪ੍ਰਤੀਰੋਧਕ ਸ਼ਕਤੀ ਕਰੋਨਾ ਦੇ ਵਿੱਚ ਬਹੁਤ ਸੁਣਿਆ ਆਪਾਂ ਵੀ ਬਾਹਰੋਂ ਜਿਹੜੀ ਚੀਜ਼ ਸਾਡੇ ਤੇ ਟੱਕਰ ਵੀ ਹੈ ਉਹਦੇ ਨਾਲ ਲੜ ਕੇ ਉਹਨੂੰ ਮਾਰਨ ਵਾਸਤੇ ਹੈ ਤੋ ਜਿਹੜੀ ਉਹਨੂੰ ਇਮਿਊਨਿਟੀ ਸਿਸਟਮ ਕਹਿੰਦੇ ਆ ਉਹ ਫਿਰ ਹਰਕਤ ਚ ਆਂਦਾ ਉਹ ਹਰਕਤ ਚ ਆਂਦਾ ਵੀ ਇਹ ਕorticol ਬੰਦ ਹੀ ਨਹੀਂ ਹੋ ਰਿਹਾ ਜਦੋਂ ਲਗਾਤਾਰ ਹਰਕਤ ਦੇ ਵਿੱਚ ਆਂਦਾ ਹੈ ਤਾਂ ਉਹ ਬਿਮਾਰੀ ਬਣ ਕੇ ਤੁਹਾਡੇ ਸਰੀਰ ਤੇ ਉੱਭਰਦਾ ਉਹਨੂੰ ਕਹਿੰਦੇ ਆ ਖੁਰਕ ਕਹਿੰਦੇ ਨੇ ਐਟਿਕੇਰੀਆ ਇਹੋ ਜੀਆਂ ਬਿਮਾਰੀਆਂ ਤੁਹਾਡੇ ਸਰੀਰ ਦੇ ਉੱਤੇ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਸਰੀਰ ਉਹਨੂੰ ਸਲੋ ਡਾਊਨ ਕਰਦਾ ਹੌਲੀ ਕਰਦਾ ਉਹਨੂੰ ਜਦੋਂ ਸਪਰੈਸ ਹੁੰਦਾ ਹੌਲੀ ਹੁੰਦਾ ਉਦੋਂ ਅਸਥਮੇ ਦੇ ਰੂਪ ਦੇ ਵਿੱਚ ਉਹ ਦਵਾਈ ਤੁਹਾਡੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਨੇ ਇਸ ਤੋਂ ਬਾਅਦ ਬੌਂਦਲ ਜਾਂਦਾ ਸਿਸਟਮ ਕਿਉਂਕਿ ਇਹ ਤਾਂ ਹਟ ਹੀ ਨਹੀਂ ਰਹੀ ਸ਼ੇਰ ਤਾਂ ਆਇਆ ਸੀ ਚਲਾ ਗਿਆ ਇਹ ਤਾਂ ਅਨਫਿਨਿਸ਼ਡ ਏਜੰਡਾ ਜਿਹੜਾ ਮੁੱਕਣਾ ਹੀ ਨਹੀਂ ਕਦੇ ਤੁਹਾਨੂੰ ਆਪ ਹੀ ਨਹੀਂ ਪਤਾ ਮੈਨੂੰ ਚਿੰਤਾ ਕਾਦੀ ਹੈ ਪਰ ਉਹ ਚੱਲੀ ਜਾ ਰਿਹਾ ਹੈ ਤੁਹਾਡੇ ਸਰੀਰ ਨੂੰ ਨਹੀਂ ਪਤਾ ਕਿ ਤੁਸੀਂ ਸਿਰਫ ਇਹ ਸੋਚ ਰਹੇ ਹੋ ਉਹਦੇ ਵਾਸਤੇ ਤਾਂ ਹੋ ਰਿਹਾ ਹੈ ਉਸ ਤੋਂ ਬਾਅਦ ਉਹ ਆਟੋ ਇਮਿਊਨਿਟੀ ਚ ਆ ਜਾਂਦਾ ਇਹਨੂੰ ਆਟੋ ਇਮਿਊਨ ਡਿਜ਼ੀਜ਼ ਕਹਿੰਦੇ ਨੇ ਮਤਲਬ ਉਦੋਂ ਉਹਨੂੰ ਇਹ ਨਹੀਂ ਸਮਝ ਆਉਂਦਾ ਵੀ ਇਹ ਜਿਹੜਾ ਮੇਰੇ ਤੇ ਅਟੈਕ ਹੋਇਆ ਬਾਹਰਲੇ ਸੈੱਲ ਨੇ ਕਿ ਮੇਰੇ ਸਰੀਰ ਦੇ ਆਪਣੇ ਸੈੱਲ ਨੇ ਫਿਰ ਉਹ ਆਪਣੇ ਸਰੀਰ ਦੇ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਜੇ ਉਹ ਦਿਮਾਗ ਦੇ ਸੈੱਲਾਂ ਨੂੰ ਖਾਂਦਾ ਤਾਂ ਐਲਜ਼ਾਈਮਰ ਕਹਿੰਦੇ ਆਜਕਲ ਬੁੱਢੇ ਜਿਹੜੇ ਨੇ ਉਹ ਅਦਾਸ਼ਟ ਭੁੱਲ ਜਾਂਦੇ ਨੇ ਅੱਧਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੋ ਜਾਂਦਾ ਫੇਫੜਿਆਂ ਨੂੰ ਖਾਣਾ ਸ਼ੁਰੂ ਕਰ ਲਿਆ ਤਾਂ ਉਹੇ ਦੀ ਬਿਮਾਰੀ ਹੋਗੀ ਆ ਤੁਹਾਡੇ ਥਾਇਰੋਇਡ ਤੇ ਅਟੈਕ ਕਰ ਸਕਦਾ ਸਕਿਨ ਤੇ ਅਟੈਕ ਕਰ ਸਕਦਾ ਕੈਂਸਰ ਕਰ ਸਕਦਾ ਅੰਤੜੀਆਂ ਨੂੰ ਖਾ ਸਕਦਾ ਪੈਂਕਰੀਆ ਨੂੰ ਖਾ ਸਕਦਾ ਸ਼ੂ ਗਠੀਆ ਹੋ ਸਕਦਾ ਮਤਲਬ ਸਰੀਰ ਦੇ ਕਿਸੇ ਵੀ ਅੰਗ ਦੇ ਪੁਰਜਿਆਂ ਨੂੰ ਸਭ ਤੋਂ بڑا ਸਿਆਪਾ ਜੋ ਹੀ ਹੈ ਸਭ ਤੋਂ بڑا ਸਿਆਪਾ ਤੁਸੀਂ ਤੁਹਾਨੂੰ ਲੱਗਦਾ ਮੇਰਾ ਸਰੀਰ ਠੀਕ ਹੈ ਮੇਰਾ ਕੋਈ ਭਜਨ ਵੀ ਜ਼ਿਆਦਾ ਨਹੀਂ ਮੇਰਾ ਭਜਨ ਵੀ ਠੀਕ ਹੈ ਮੈਂ ਖਾਂਦਾ ਪੀਂਦਾ ਵੀ ਠੀਕ ਆ ਮੈਂ ਐਕਸਰਸਾਈਜ਼ ਵੀ ਠੀਕ ਕਰਦਾ ਉਹਦੇ ਨਾਲ ਇਹਦਾ ਕੋਈ ਲੇਗਾ ਦੇਗਾ ਨਹੀਂ ਹੈ ਉਹਦੇ ਨਾਲ ਇਹਦਾ ਕੋਈ ਲੇਗਾ ਦੇਗਾ ਨਹੀਂ ਹੈ ਲਗਾਤਾਰ ਜਿਹੜੀ ਸਟ੍ਰੈਸ ਹੈ ਤੁਹਾਨੂੰ ਉਹ ਚੱਕਰ ਦੇ ਵਿੱਚ ਫਸਾ ਕੇ ਰੱਖੂਗੇ ਅੱਥਮੇ ਨੇ ਪਹਿਲਾਂ ਬਾਤ ਕਰ ਰਹੇ ਤੇ ਵੀ ਹਾਕਮ ਸਭੇਗੇ ਪਰੇਸ਼ਾਨ ਕਰ ਰਹੇ ਆ ਵੀ ਪਰੇਸ਼ਾਨੀ ਦੇ ਰਹੇ ਆ ਟੈਨਸ਼ਨ ਦੇ ਰਹੇ ਆ ਸਟ्रेस ਹੈ ਪਹਿਲਾ ਇਹ ਬੰਦਾ ਕਹਿੰਦਾ ਰਿਹਾ ਵੀ ਉਹ ਫਲਾਣੀ ਫੋਟੋ ਬਾਦਲ ਦੀ ਫਲਾਣੀ ਜਿਹਾ ਛਪ ਗਈ ਉਹ ਸਾਈਕਲ ਪਰ ਛਪ ਗਈ ਉਹ ਫਲਾਣੀ ਜਿਹਾ ਛਪ ਗਈ ਉਹ ਐਂਬੂਲੈਂਸ ਪਰ ਛਪ ਗਈ ਰਾਜਪ੍ਰੇਮ ਵਾਲੀ ਕਚੈਰੀਆਂ ਬਾ 18 ਫੱਟੇ ਉੱਥੇ ਲਾ ਰੱਖੇ ਉਰੇ ਆਏ ਥਾਰੇ ਸ਼ਹਿਰ ਮਾ ਪਰਾਂ ਨੂੰ ਜੰਗੇ ਜਿੱਧਰ ਦੇਖੋ ਇੱਕ ਜਗ੍ਹਾ 2000 ਕੇ ਪਤੰਦਰ ਕਿਧਰ ਨੂੰ ਟਿੱਡੇ ਗਈ ਕਿਧਰ ਵੀ ਯਾਰ ਹੱਦ ਐ ਸੋ ਮੈਂ ਸੋਚ ਰਿਹਾ ਯਾਰ ਵੀ ਹਮੇ ਬੜੇ ਪਰੇਸ਼ਾਨ ਹੋ ਗਏ ਅਭੀ ਤਾਂ ਬਹੁਤ ਐ ਯਾਰ ਹਾਲਾਤ ਮਾਰੇ ਪੈਸੇ ਲਾ ਰਿਆ ਬੰਦਾ ਸੋ ਇਹ ਬੰਦੇ ਵੀ ਮਾਨੂੰ ਉਹ ਜਿਹੜਾ ਕਿਹੜਾ ਕਹਿ ਰਿਹਾ ਥਵੇਂ ਅੰਦਰਲੀ ਜਿਹਾ ਪੈਦਾ ਕਰ ਰਿਹਾ ਮਨਜੀਤ ਜੀ ਇਸ ਤਰ੍ਹਾਂ ਐ ਜੇ ਤੁਸੀਂ ਲੱਕੜ ਦਾ ਕੰਮ ਕਰਨਾ ਐ ਤਾਂ ਤਰਖਾਨ ਨਹੀਂ ਹੀ ਸਿੱਖਣੀ ਪਊਗੀ ਤੁਹਾਨੂੰ ਜੇ ਸਿਆਸਤ ਕਰਨੀ ਐ ਤਾਂ ਸਿਆਸਤ ਵਾਂਗੂ ਹੀ ਹੋਊਗੀ ਨਾ ਤੋ ਉਹ ਤਾਂ ਜੇ ਤੁਸੀਂ ਸਿਆਸਤ ਕਰਨੀ ਐ ਤਾਂ ਸਭ ਨੂੰ ਕਰਨੀ ਪਊਗੀ ਮੈਂ ਵੈਸੇ ਜ਼ਿਆਦਾ ਸਿਆਸਤ 'ਚ ਮੇਰਾ ਧਿਆਨ ਨਹੀਂ ਨਾ ਮੈਨੂੰ ਪਰ ਮੈਂ ਤਾਂ ਕਹਿ ਰਿਹਾ ਵੀ ਉਹ ਜਿਹੜਾ ਹਾਵੋ-ਤਮੇ ਕਹਿ ਰਿਹਾ ਉਹ ਪੈਦਾ ਕਰ ਰਿਹਾ ਮਾਰੇ ਮੈਂ ਮੇਰਾ ਇੰਨੀ ਸਮਝ ਨਹੀਂ ਕਿ ਮੈਂ ਸਿਆਸਤ ਤੇ ਕੋਈ ਟਿੱਪਣੀ ਕਰ ਸਕਾਂ ਪਰ ਜੋ ਵੀ ਕੋਈ ਕਰ ਰਿਹਾ ਹੈ ਕਰ ਰਿਹਾ ਹੈ ਵਿਸ਼ਾ ਸਾਡਾ ਇਹ ਹੈ ਕਿ ਵੀ ਜਦੋਂ ਇਹਦੀ ਸੋਚ ਦੇ ਹਿਸਾਬ ਨਾਲ ਭਾਵ ਤੁਹਾਡਾ ਪੈਦਾ ਹੋਣਾ ਉਹਦੇ ਹਿਸਾਬ ਨਾਲ ਤੁਹਾਡੀ ਬੋਡੀ ਚੱਲਣੀ ਹੈ ਤਾਂ ਸਾਡੇ ਕੋਲੇ ਕੋਈ ਕੰਟਰੋਲ ਨਹੀਂ ਇੱਕ ਕੰਟਰੋਲ ਹੈਗਾ ਉਹਨੂੰ ਕਹਿੰਦੇ ਨੇ ਪ੍ਰੀਫਰੰਟਲ ਕੋਟੈਕਸ ਆਸ ਦਿਮਾਗ ਦਾ ਅਗਲਾ ਹਿੱਸਾ ਕੀ ਹੋ ਰਿਹਾ ਹੈ ਉਹਦੇ ਬਾਰੇ آگਾਹ ਕਰਾਊਗਾ ਤੁਹਾਨੂੰ ਇਹ ਸੈਰੇਬਰਮ ਕੈਲਕੂਲੇਸ਼ਨਾਂ ਕਰੂਗਾ ਬਹੁਤ ਜ਼ਰੂਰੀ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਹਾਨੂੰ ਜੇ ਖਤਰੇ ਦਾ ਅਹਿਸਾਸ ਹੀ ਨਾ ਹੋਵੇ ਤਾਂ ਮਰ ਜੋਗੇ ਤੁਸੀਂ ਤੋ ਇਹ ਆਪਣਾ ਕੰਮ ਕਰ ਰਿਹਾ ਤੁਹਾਡਾ ਬੈਰੀ ਵਿਰੋਧੀ ਨਹੀਂ ਹੈਗਾ ਤੁਹਾਨੂੰ ਦੱਸ ਰਿਹਾ ਵੀ ਇਹ ਤੋਂ ਖਤਰਾ ਹੋ ਸਕਦਾ ਇਹ ਤੋਂ ਖਤਰਾ ਹੋ ਸਕਦਾ ਇਹ ਤੋਂ ਖਤਰਾ ਹੋ ਸਕਦਾ ਲੇਕਿਨ ਡਿਸੀਜਨ ਕੀ ਲੈਣਾ ਫੈਸਲਾ ਕੀ ਕਰਨਾ ਉਹ ਇਹਦੇ ਹੱਥ ਹੈ ਇਹ ਬਹੁਤ ਛੋਟਾ ਜਿਹਾ ਇਹ ਸਮਝ ਲਓ ਜਿੰਨ ਪਰ ਇਹ ਅਲਾਦੀਨ ਹੈ ਇਹ ਕਹਿੰਦਾ ਜੋ ਹੁਕਮ ਮੇਰੇ ਆਖਾ ਹੁਣ ਜੇ ਮੰਨ ਲਓ ਤੁਹਾਡੀ ਲੱਤ ਟੁੱਟ ਗਈ ਟੁੱਟ ਗਈ ਦਰਦ ਹੋਣਾ ਸਰੀਰ ਦਾ ਸੁਭਾਵ ਹੈ ਉਹ ਜਿਹਾ ਡਾਇਨੋਰਫਿਨ ਅੰਦਰ ਇੱਕ ਹੋਰ ਤਰ੍ਹਾਂ ਦਾ ਪਸੀਨਾ ਨਿਕਲੂਗਾ ਤੁਹਾਨੂੰ ਦਰਦ ਦਾ ਅਹਿਸਾਸ ਕਰਾਊਗਾ ਕਿਉਂਕਿ ਜੇ ਦਰਦ ਦਾ ਅਹਿਸਾਸ ਨਾ ਹੋਵੇ ਤਾਂ ਤੁਸੀਂ ਉਹਦਾ ਧਿਆਨ ਹੀ ਨਹੀਂ ਰੱਖੋਗੇ ਲੇਕਿਨ ਉਹ ਦਰਦ ਨੂੰ ਤੁਸੀਂ ਸਫਰਿੰਗ ਬਣਾਣਾ ਹੈ। ਉਹਨੂੰ ਦੁੱਖ ਬਣਾਣਾ ਹੈ। ਇਹ ਤੁਹਾਡੇ ਹੱਥ 'ਚ ਹੈ। ਵੀ ਮੈਂ ਮਰ ਗਿਆ, ਖਤਮ ਹੋ ਗਿਆ, ਮੈਂ ਬਰਬਾਦ ਹੋ ਗਿਆ। ਉਹ ਬਣਾਣਾ ਜਾਂ ਇਹ ਕਹਿਣਾ ਕਿ ਤੇਰਾ ਕੀ ਆ, ਮਿੱਠਾ ਲੱਗੇ। ਪੰਚਮ ਪਾਸ਼ਾ ਤਤੀ ਤਵੀ ਦੇ ਉੱਪਰ ਜਦੋਂ ਬੈਠੇ ਸੀ, ਕਿਸੇ ਬੇਵਸੀ ਵਾਸਤੇ ਥੋੜਾ ਬੈਠੇ ਸੀ ਉਹ। ਮਹਾਰਾਜ ਨੇ ਇਹ ਸੰਦੇਸ਼ ਦਿੱਤਾ ਸੀ ਕਿ ਪਰਿਸਥਿਤੀਆਂ ਤੇ ਇਨਸਾਨ ਦਾ ਕੋਈ ਕੰਟਰੋਲ ਨਹੀਂ ਹੈਗਾ। ਲੇਕਿਨ ਮਨੋਸਥਿਤੀ ਵਾਸਤੇ ਇੱਕੋ ਜਾਰ ਇਸ ਕਾਦਰ ਨੇ ਇਸ ਕੁਦਰਤ ਨੇ ਇਨਸਾਨ ਨੂੰ ਦਿੱਤਾ ਇਹ ਜਿਹੜਾ ਉੱਪਰਲਾ ਬ੍ਰੇਨ ਦਾ ਹਿੱਸਾ ਸਾਡਾ ਇਹ ਸਾਡੀ ਤਾਕਤ ਹੈ ਔਰ ਇਹਦੇ ਚ ਜਿਹੜੀ ਸਭ ਤੋਂ ਬੜੀ ਤਾਕਤ ਹੈ ਉਹ ਆਗਲਾ ਫਰੰਟ ਵਾਲਾ ਹਿੱਸਾ ਤਾਂ ਹੀ ਕਹਿੰਦੇ ਭਾਗ ਇੱਥੇ ਲਿਖੇ ਜਾਂਦੇ ਤਾਂ ਹੀ ਸ਼ਾਇਦ ਟਿੱਕਾ ਇੱਥੇ ਲਾਉਂਦੇ ਨੇ ਇਹ ਮੇਰੀ ਆਪਣੀ ਸੋਚ ਹੈ ਇਹਦੇ ਚ ਕੋਈ ਅਧਿਆਤਮ ਨਾ ਜੋੜਿਓ ਪਲੀਜ਼ ਤੀਜਾ ਨੇਤਰ ਵੀ ਕਹਿੰਦੇ ਆ ਵੀ ਅੰਦਰ ਕੀ ਹੋ ਰਿਹਾ ਹੈ ਤੇਰਾ ਮਨ ਤੈਨੂੰ ਡਰਾ ਰਿਹਾ ਹੈ ਬੁੱਧੀ ਉਹਦੇ ਤੋਂ ਡਰਦੀ ਹੈ ਜਾਂ ਨਹੀਂ ਡਰਦੀ ਇਹ ਉਹਦਾ ਫੈਸਲਾ ਫੈਸਲਾ ਇਸੇ ਦਾ ਚੱਲੇਗਾ ਫੈਸਲਾ ਇਹਦਾ ਨਹੀਂ ਚੱਲਦਾ ਇਹਦੀਆਂ ਕੈਲਕੂਲੇਸ਼ਨਾਂ ਚੱਲਣਗੀਆਂ ਇਹਨੂੰ ਕਹਿੰਦੇ ਇੰਟੈਲੈਕਟ ਇਹਨੂੰ ਕਹਿੰਦੇ ਇੰਟੈਲੈਕਟ ਕੈਲਕੂਲੇਸ਼ਨ ਤੁਸੀਂ ਬਹੁਤ ਜ਼ਿਆਦਾ ਹਿਸਾਬ ਕਿਤਾਬ ਗਣਿਤ ਕਰ ਲੈਂਦੇ ਹੋ ਕੈਲਕੂਲੇਸ਼ਨਾਂ ਕਰ ਲੈਂਦੇ ਹੋ ਇਹਦੇ ਆਧਾਰ ਤੇ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਤੁਹਾਡੀ ਕਾਮਯਾਬੀ ਹੈ ਉਹ ਕੁੱਲ ਮਿਲਾ ਕੇ 10% ਯੋਗਦਾਨ ਹੈ ਇਹਦਾ ਹੂੰ ਇਹਦੇ ਨਾਲ ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰ ਲੋਗੇ 20% ਜਿਹੜੀ ਗਰੋਥ ਹੈ ਉਹ ਇਹਦੇ ਕਰਕੇ ਹੋਊਗੀ ਤੁਹਾਡੀ ਬੁੱਧੀ ਕਰਕੇ ਜਦੋਂ ਫੈਸਲਾ ਤੁਹਾਡਾ ਆਪਣਾ ਹੋਣ ਲੱਗ ਗਿਆ ਉਦੋਂ ਤੁਹਾਡੀ ਸਿਹਤ ਵੀ ਠੀਕ ਹੋ ਜਾਊਗੀ 10% ਗਰੋਥ ਜਿਹੜੀ ਹੈ ਉਹ ਤੁਹਾਡੀ ਸਿਹਤ ਦੀ ਹੋਊਗੀ 40% ਗਰੋਥ ਹੋਗੀ 60% ਐਸਕਿਊ ਸਪਿਰਚੁਅਲ ਕੋਸ਼ੀਅੰਟ ਉਹਦੀ ਫਿਰ ਕਿਸੇ ਵੇਲੇ ਚਰਚਾ ਕਰਾਂਗੇ ਤੋ ਚਲਦੀ ਇਹਦੀ ਹੈ ਇਹਨੂੰ ਕਹਿੰਦੇ ਨੇ ਮਤ ਬੁੱਧ ਇਹ ਬੁੱਧੀ ਹੈ ਮਤ ਇਹ ਮਨ ਹੈ ਜਿਹੜਾ ਇਮੋਸ਼ਨ ਕ੍ਰੀਏਟ ਕਰਦਾ ਇਮਿਗਡਾਲਾ ਲਿੰਬਿਕ ਬ੍ਰੇਨ ਡਾਕਟਰਾਂ ਦੀ ਭਾਸ਼ਾ ਦੇ ਵਿੱਚ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜੋ ਕਿ ਸਾਇੰਸ ਦੇ ਆਧਾਰ ਤੇ ਕਰ ਰਹੇ ਹਾਂ ਕੋਈ ਅਧਿਆਤਮ ਦੇ ਆਧਾਰ ਤੇ ਨਹੀਂ ਗੱਲ ਕਰ ਰਹੇ ਉਹਨੂੰ ਚਿੱਤ ਕਹਿੰਦੇ ਆ ਵੀ ਅੱਜ ਮੇਰਾ ਚਿੱਤ ਬਹੁਤ ਪਰਸੰਨ ਹੈ ਅੱਜ ਮੇਰਾ ਚਿੱਤ ਨਹੀਂ ਲੱਗ ਰਿਹਾ ਤੋ ਜਦ ਤੁਹਾਡਾ ਚਿੱਤ ਪ੍ਰਸੰਨਾ ਉਦੋਂ ਸਰੀਰ ਸਾਰਾ ਉਮੀ ਹੋ ਜਾਂਦਾ ਤੁਹਾਡਾ ਜਦ ਤੁਸੀਂ ਕਹਿੰਦੇ ਅੱਜ ਮੇਰਾ ਚਿੱਤ ਨਹੀਂ ਲੱਗ ਰਿਹਾ ਉਦੋਂ ਸਾਰਾ ਸਰੀਰ ਤੁਹਾਡਾ ਵਿਚਲੇਤ ਹੁੰਦਾ ਫਰਕ ਕਿੱਥੇ ਸਿਰਫ ਚਿੱਤ ਇੱਕ ਵਿਚਾਰ ਇੱਕ ਥਾਟ ਐਡੀ ਤਾਕਤ ਹੈ ਇਸ ਵਿਚਾਰ ਦੀ ਇਹ ਵਿਚਾਰ ਜੇ ਤੁਹਾਡੇ ਨੈਗੇਟਿਵ ਹੋ ਗਏ ਟੈਂਦੀ ਕਲਾ ਵਾਲੇ ਹੋ ਗਏ ਤਾਂ ਤੁਹਾਡਾ ਸਰੀਰ ਸਹੀ ਰਹਿ ਹੀ ਨਹੀਂ ਸਕਦਾ ਸਾਰੀਆਂ ਬਿਮਾਰੀਆਂ ਲਗਾਊਗਾ ਬੁੱਧ ਮਨ ਚਿੱਤ ਚਿੱਤ ਦਾ ਗੁਲਾਮ ਹੈ ਸਰੀਰ ਹਾਈਪੋਥੈਲਮਸ ਨਾਮ ਦਾ ਇੱਕ ਬਦਾਮ ਦੇ ਸਾਈਜ਼ ਦਾ ਪੁਰਜਾ ਲੱਗਿਆ ਹੋਇਆ ਜਿਹਦੇ ਨਾਲ ਹਰੇਕ ਪੁਰਜੇ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਜਿਹਹ ਜਹ ਚਿੱਤ ਉਹ ਹੀ ਜ ਅੱਗੇ ਉਹ ਸਿਗਨਲ ਦੇ ਦਿੰਦਾ ਉਵੇਂ ਹੀ ਕੰਮ ਕਰਨ ਲੱਗ ਜਾਂਦਾ ਕਟਪੁਤਲੀ ਹੈ ਲੇਕਿਨ ਮੈਂ ਫੇਰ ਇੱਕ ਵਾਰੀ ਦੁਹਰਾ ਦਮਾ ਕਿ ਸਾਰੀ ਤਾਕਤ ਜਿਹੜੀ ਹੈ ਉਹ ਇਹਦੇ ਵਿੱਚ ਜੇ ਤੁਸੀਂ ਚੜ੍ਹਦੀ ਕਲਾ ਚੋਂ ਠੰਡੇ ਦਿਮਾਗ ਦੇ ਵਿੱਚੋਂ ਤਾਂ ਤੁਹਾਡੇ ਨਿਰਣੇ ਹਮੇਸ਼ਾ ਜਿਹੜੇ ਨੇ ਉਹ ਸਹੀ ਹੋਣਗੇ ਜੇ ਤੁਸੀਂ ਬਦਲਾ ਆਗੇ ਛੜਦਾ ਮਨ ਛੜਦਾ ਤਾਂ ਤੁਹਾਡਾ ਨਿਰਣਾ ਕਦੀ ਸਹੀ ਹੋ ਹੀ ਨਹੀਂ ਸਕਦਾ ਪਰਿਸਥਿਤੀਆਂ ਦੇ ਤੁਹਾਡਾ ਕੋਈ ਕੰਟਰੋਲ ਕਦੀ ਨਹੀਂ ਰਹਿ ਸਕਦਾ ਯੋਗਾ ਦੇ ਵਿੱਚ ਸੱਤ ਚੱਕਰਾਂ ਦੀ ਗੱਲ ਕਰਦੇ ਆ ਇਹਨੂੰ ਕਹਿੰਦੇ ਨੇ ਆਗਿਆ ਚੱਕਰ ਨਾ ਵੇਖੋ ਕਿੰਨਾ ਖੂਬਸੂਰਤ ਹੈ ਆਗਿਆ ਚੱਕਰ ਇਹਦੀ ਆਗਿਆ ਚੱਲਦੀ ਹੈ ਤਾਂ ਹੁਣ ਆਪਾਂ ਗੱਲ ਕਰ ਲਈਏ ਕਿ ਇਹ ਜਿਹੜੇ ਪਸੀਨੇ ਅੰਦਰ ਸਾਡੇ ਸੈਕ੍ਰੀਟ ਹਾਰਮੋਨ ਜਿਹੜੇ ਨਿਕਲਦੇ ਨੇ ਜਿਵੇਂ ਗਰਮੀ ਚ ਜਾਏ ਤੇ ਪਸੀਨਾ ਨਿਕਲਦਾ ਜੇ ਸਾਨੂੰ ਇਹ ਪਤਾ ਲੱਗ ਜੇ ਵੀ ਇਹ ਹਾਰਮੋਨ ਕਿਵੇਂ ਨਿਕਲਣਗੇ ਤਾਂ ਅਸੀਂ ਹਰ ਵੇਲੇ ਉਹ ਖੁਸ਼ੀ ਵਾਲੇ ਹਾਰਮੋਨ ਅੰਦਰ ਆਪਣੇ نکالਣ ਦੀ ਕੋਸ਼ਿਸ਼ ਕਰਾਂਗੇ ਹਰ ਵੇਲੇ ਅਸੀਂ ਖੁਸ਼ੀ ਖੇੜੇ ਚ ਰਹਾਂਗੇ ਤੋਂ ਆਪਾਂ ਜ਼ਿਆਦਾ ਨਹੀਂ ਸਿਰਫ ਚਾਰ ਹਾਰਮੋਨਸ ਦੀ ਗੱਲ ਕਰਾਂਗੇ ਅੱਜ ਜਿਹੜੇ ਚਾਰ ਹਾਰਮੋਨਸ ਜਦੋਂ ਅੰਦਰ ਸਾਡੇ ਨਿਕਲਦੇ ਨੇ ਜਿਹੜੇ ਸਾਨੂੰ ਖੁਸ਼ੀ ਦਾ ਅਭਾਸ ਕਰਾਉਂਦੇ ਨੇ ਸਭ ਤੋਂ ਪਹਿਲਾ ਹਾਰਮੋਨ ਆ ਉਹਦਾ ਨਾਮ ਹੈ ਡੋਪਾਮਾਈਨ ਅੰਗਰੇਜ਼ੀ ਦਾ ਅੱਖਰ ਤਾਂ ਉਹੀ ਮੈਨੂੰ ਵਰਤਣਾ ਪੈ ਰਿਹਾ ਡੋਪਾਮਾਈਨ ਇਹ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਜਦੋਂ ਸਾਨੂੰ ਕਿਸੇ ਵੀ ਚੀਜ਼ ਦੀ ਮਾਨਤਾ ਮਿਲਦੀ ਹੈ ਰਿਵਾਰਡ ਮਿਲਦਾ ਮੰਨ ਲਓ ਤੁਸੀਂ ਕੋਈ ਚੰਗੀ ਫਿਲਮ ਬਣਾ ਲਈ ਲੋਕਾਂ ਨੇ ਬਹੁਤ ਸਲਾਹੀ ਤੁਹਾਨੂੰ ਉਹਦੇ ਪੈਸੇ ਵੀ ਮਿਲੇ ਉਦੋਂ ਡੋਪਾਮਿਨ ਰਿਲੀਜ਼ ਹੋਊਗਾ ਤੁਹਾਡੇ ਦਿਮਾਗ ਦੇ ਵਿੱਚ ਤੁਹਾਨੂੰ ਹੋਰ ਕਰਨ ਦੀ ਤੁਹਾਡੀ ਇੱਛਾ ਹੋਊਗੀ ਔਰ ਇਹ ਡੋਪਾਮਿਨ ਜਿੰਨਾ ਮਰਜ਼ੀ ਰਿਲੀਜ਼ ਹੋ ਸਕਦਾ ਅੰਦਰ ਇਹਦੀ ਕੋਈ ਲਿਮਟ ਨਹੀਂ ਹੈ ਜਿੰਨਾ ਮਰਜ਼ੀ ਰਿਲੀਜ਼ ਹੋ ਸਕਦਾ ਹੁਣ ਜੇ ਤੁਸੀਂ ਇੱਕ 5 ਕਰੋੜ ਦੀ ਕਾਰ ਖਰੀਦ ਲਈ ਤਾਂ ਵੀ ਡੋਪਾਮਾਈਨ ਰੀਲੀਜ਼ ਹੋ ਗਿਆ ਤੁਹਾਡਾ ਹੋਰ ਕਰਨ ਦੀ ਇੱਛਾ ਕਰੂਗੀ ਬਹੁਤ ਜ਼ਬਰਦਸਤ ਹਰਮੋਨ ਹੈ ਤਾਂ 35 ਲੱਖ ਦਾ ਮੋਟਰਸਾਈਕਲ 26 ਲੱਖ ਦਾ ਮੋਟਰਸਾਈਕਲ ਸੀ ਮੇਰਾ ਮੁੰਡਾ ਕਹਿੰਦਾ ਮੈਂ ਲੈਣਾ ਹਾਲੀ ਡੇਵਿਡਸਨ ਹੁਣ ਸਾਡੇ ਕੋਲੇ ਉਨੀ ਤਾਕਤ ਨਹੀਂ ਸੀ ਅਸੀਂ ਉਹਨੂੰ ਕਿਹਾ ਵੀ ਬੇਟਾ ਤੂੰ ਇਸ ਤਰ੍ਹਾਂ ਕਰ ਆ ਆ ਥੋੜਾ ਪੁਰਾਣਾ ਲੈ ਲੈ 15 ਲੱਖ ਰੁਪਏ ਦਾ ਮੋਟਰਸਾਈਕਲ ਲੈ ਤਾਂ ਉਹ ਹਾਲੀ ਡੇਵਿਡਸਨ ਪਰ ਡੋਪਾਮਾਈਨ ਸੈਕਰੀਟ ਨਹੀਂ ਹੋਇਆ ਗੱਲ ਬਣੀ ਨਹੀਂ ਗੱਲ ਬਣੀ ਨਹੀਂ ਹੂੰ ਮੇਰੇ ਇੱਕ ਦੋਸਤ ਹੈ ਵਿਜੇ ਉਹਨੇ 1500 ਰੁਪਏ ਦਾ ਸਾਈਕਲ ਖਰੀਦਿਆ ਪੁਰਾਣਾ ਉਹ ਐਨੇ ਚਾਹ ਦੇ ਨਾਲ ਮੇਰੇ ਕੋਲੇ ਆਇਆ ਸਰਦਾਰ ਜੀ ਇਸਕੇ ਗੱਜ ਦੇਖੋ ਮੋٹے ਵਾਲੇ ਪੜੇ ਹੈ ਇਸਕਾ ਫਰੇਮ ਨੀਲਮ ਵਾਲਾ ਹੈ ਉਹ ਐਨਾ ਉਹਦੇ ਤੇ ਖੁਸ਼ ਹੋਇਆ ਉਹਦੇ ਅੰਦਰ ਡੋਪਾਮਿਨ ਨਾ ਰਸ਼ ਹੋ ਰਿਹਾ ਸੀਗਾ ਤਾਂ ਇੱਥੇ ਆਪਾਂ ਇਹ ਸਮਝ ਲਈਏ ਕਿ ਹਾਰਮੋਨ ਜਿਹੜੇ ਰਿਲੀਜ਼ ਹੋਣ ਨੇ ਜਿਹੜੀ ਤੁਹਾਡੀ ਮਨੋਸਥਿਤੀ ਹੈ ਇਹਦਾ ਪੈਸਿਆਂ ਦੇ ਨਾਲ ਕੋਈ ਲਗਾ ਦੇਗਾ ਦੇਗਾ ਨਹੀਂ ਹੈਗਾ ਇਸੇ ਕਰਕੇ ਬਹੁਤੀਆਂ ਚੀਜ਼ਾਂ ਵਾਲੇ ਜਿਹੜੇ ਹੈਗੇ ਮੈਂ ਪਹਿਲਾਂ ਬਾਤ ਕਰ ਰਿਹਾ ਉਹ 스트ੈਸ ਬਹੁਤ ਹੈ ਡਿਪਰੈਸ਼ਨ ਬਹੁਤ ਹੈ ਉਹ ਸਾਰਾ ਦਿਨ ਮੈਂ ਹੀ ਸੁਣਦਾ بڑے بڑے ਅਮੀਰ ਬੰਦੇ ਜਿਹਨੇ ਸਾਰੇ ਬਹੁਤ ਹੀ ਹਰਾਗ ਰਹੀ ਲਾਪ ਰਹੇ ਕੋਈ ਬਿਰਲਾ ਹੀ ਬਚਿਆ ਵਾ ਤੋ ਮਨੋਸਥਿਤੀ ਦਾ ਤੁਹਾਡਾ ਪੈਸਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜਿਵੇਂ ਤੁਸੀਂ ਕਿਹਾ ਸਾਰੇ 스트ੈਸ ਨੇ ਕਿਸੇ ਨੇ 5000 ਕਰੋੜ ਦੀਆਂ ਐਂਟਰੀਆਂ ਜੇ ਕਮਾਣੀਆਂ ਨੇ ਕਿਸੇ ਨੇ ਵੱਡੀ 400 ਕਰੋੜ ਦੀ ਫੈਕਟਰੀ ਲਾਣੀ ਹੈ 스트ੈਸ ਤਾਂ ਹੈ ਹੀਗਾ ਨਾ ਕਿਸੇ ਨੇ ਸ਼ਾਮ ਤੱਕ ਰੋਟੀ ਬੱਚਿਆਂ ਨੂੰ ਖਵਾਣੀ ਹੈ ਬਰਾਬਰ ਦਾ ਸਟ्रेस ਹੈ ਇਹ ਪੈਸਿਆਂ ਨਾਲ ਅੰਕਿਆ ਨਹੀਂ ਜਾ ਸਕਦਾ ਜਦੋਂ ਸਟ्रेस ਹੁੰਦਾ ਸਾਨੂੰ ਅਸੀਂ ਪਹਿਲਾਂ ਗੱਲ ਕਰਕੇ ਚੁੱਕੇ ਆ ਉਹ ਕੋਰਟੀਸੋਲ ਸੈਕ੍ਰੀਟ ਹੁੰਦਾ ਅੰਦਰ ਨਾਲ ਕੋਰਟੀਸੋਲ ਤੁਹਾਡੀ ਮਤ ਮਾਰਦਾ ਇਹਨੂੰ ਨੰਬ ਕਰ ਦਿੰਦਾ ਇਹਨੂੰ ਕੰਮ ਕਰਨਾ ਇਹਦਾ ਬੰਦ ਕਰਾ ਦਿੰਦਾ ਉਹ ਜਿਹਨੂੰ ਪੰਜਾਬੀ ਚ ਸਰਲ ਭਾਸ਼ਾ ਚ ਕਹਿੰਦੇ ਮਤ ਮਾਰ ਦਿੰਦਾ ਉਦੋਂ ਬੰਦਾ ਕੀ ਕਰਦਾ ਉਦੋਂ ਬੰਦੇ ਨੂੰ ਐ ਹੁੰਦਾ ਵੀ ਜਿਹੜੀ ਚੀਜ਼ ਮੈਨੂੰ ਆਨੰਦ ਦੇ ਰਹੀ ਹੈ ਕਰ ਲੈ ਯਾਰ ਟੈਨਸ਼ਨ ਬਹੁਤ ਹੈ ਖਾ ਲੈ ਚਾਰ 버ਗਰ ਬਾਅਦ ਚ ਦੇਖਾਂਗੇ ਜਿਹੜਾ ਕੁਝ ਹੋਊਗਾ ਹੂੰ ਉਹਨੂੰ ਕਹਿੰਦੇ ਨੇ ਐਡਿਕਸ਼ਨ ਲਤ ਲੱਗਣਾ ਫਿਰ ਉਹ ਕਹਿੰਦਾ ਛੱਡ ਬੜੀ ਟੈਨਸ਼ਨ ਹੈ ਯਾਰ ਅੱਜ ਸ਼ਾਪਿੰਗ ਕਰਕੇ ਆਨੇ ਕੋਈ ਮੰਦਰ ਮਸਜਿਦ ਗੁਰਦੁਆਰੇ ਚਲਾ ਜਾਂਦਾ ਬਹੁਤ ਟੈਨਸ਼ਨ ਹੈ ਉੱਥੇ ਚਲੇ ਜਾਂਦੇ ਮਾਫ ਕਰਨਾ ਦਿਲ ਉੱਥੇ ਵੀ ਨਹੀਂ ਲੱਗਦਾ ਕਿਉਂ ਇਹਦਾ ਕੰਮ ਹੈ ਤੁਹਾਨੂੰ ਵਾਪਸ ਉਸ ਖਤਰੇ ਵੱਲ ਖਿੱਚ ਕੇ ਲੈ ਕੇ ਆਉਂਦਾ ਇਹਨੇ ਤੁਹਾਨੂੰ ਉੱਥੇ ਟਿਕਣ ਹੀ ਨਹੀਂ ਦੇਣਾ ਉਸ ਸਟ्रेस ਨੂੰ ਜਦੋਂ ਆਪਾਂ ਅਵੋਇਡ ਕਰਨ ਵਾਸਤੇ ਸਟ्रेस ਤੋਂ ਮੂੰਹ ਫੇਰਨ ਵਾਸਤੇ ਕੋਈ ਵੀ ਸੁੱਖ ਦੀ ਅਨੁਭੂਤੀ ਕਰਨ ਦੀ ਕੋਸ਼ਿਸ਼ ਕਰਦੇ ਆ ਪਲੇਅਰ ਉਹਨੂੰ ਐਡਿਕਸ਼ਨ ਕਹਿੰਦੇ ਨੇ ਉਹਨੂੰ ਕਹਿੰਦੇ ਐਡਿਕਸ਼ਨ ਤਾਂ ਜਿਹੜੀ ਲਤ ਲੱਗ ਜਾਂਦੀ ਹੈ ਨਾ ਤੁਹਾਨੂੰ ਉਹ ਚਾਹੇ ਤੁਸੀਂ ਚਿੱਟਾ ਪੀਂਦੇ ਹੋ ਤੇ ਚਾਹੇ ਬਾਰ-ਬਾਰ ਰੋਟੀ ਖਾਂਦੇ ਹੋ ਤੇ ਚਾਹੇ ਤੁਸੀਂ ਜਾ ਕੇ ਫਿਲਮਾਂ ਦੇਖਦੇ ਹੋ ਚਾਹੇ ਉਹ ਇੱਕ ਸਾਰ ਹੀ ਨੇ ਸਾਰੀਆਂ ਨਹੀਂ ਐ ਸਾਰੀਆਂ ਇੱਥੋਂ ਸ਼ੁਰੂ ਹੁੰਦੀ ਹੈ ਐਡਿਕਸ਼ਨ ਦੀ ਜੜ੍ਹ ਇਹ ਵੀ ਸੋਚ ਦੇ ਨਾਲ ਜੁੜੀ ਹੋਈ ਹੈ। ਤੋਂ ਜਿਹੜੀ ਸਾਇੰਸ ਹੈ ਵਿਗਿਆਨ ਹੈ ਉਹ ਸਾਨੂੰ ਸੁਖ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਨੂੰ ਮਜ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸਰੀਰ ਨੂੰ ਏਸੀ ਦੇਤਾ, ਗੱਡੀ ਕਾਰ ਦੇਤੀ, ਟੀਵੀ ਲਵਾਤਾ, ਫ੍ਰਿਜ ਦੇਤਾ। ਉਹ ਸਾਨੂੰ ਸਹੂਲਤਾਂ ਤਾਂ ਦੇ ਸਕਦੀ ਹੈ, ਸਕੂਨ ਨਹੀਂ ਦੇ ਸਕਦੀ। ਕਿਉਂਕਿ ਡੋਪਾਮਿਨ ਹੀ ਦੇਊਗੀ ਉਹ। ਔਰ ਡੋਪਾਮਿਨ ਇਹ ਕਿ ਜਿੰਨਾ ਨਿਕਲਦਾ ਸਾਨੂੰ ਹੋਰ ਚਾਹੀਦਾ। ਜਿੰਨਾ ਨਿਕਲਦਾ ਉਹਨਾਂ ਹੋਰ ਚਾਹੀਦਾ। ਪਲੇਅਰ ਚਾਹੀਦਾ ਜਿੰਨਾ ਹੋਰ ਚਾਹੀਦਾ ਉਸ ਦੌੜ ਕਰਕੇ ਅਸੀਂ ਸਟ्रेस ਕ੍ਰੀਏਟ ਕਰਦੇ ਜਿੰਨਾ ਦੌੜੋਗੇ ਸਟ्रेस ਤਾਂ ਉਨੀ ਹੋਊਗੀ ਨਾ ਜਦ ਤੱਕ ਤੁਸੀਂ ਟਿਕ ਕੇ ਬੈਠਣਾ ਹੀ ਨਹੀਂ ਹੈਗਾ ਜਿਹੜੇ ਨੂੰ 500 ਮਿਲਦੇ ਨੇ ਉਹਨੂੰ 600 ਚਾਹੀਦਾ ਜਿਆਦਾ ਨਹੀਂ 100 ਹੀ ਜ਼ਿਆਦਾ ਚਾਹੀਦਾ 5000 ਵਾਲੇ ਨੂੰ 6000 ਚਾਹੀਦਾ 5000 ਕਰੋੜ ਵਾਲੇ ਨੂੰ 6000 ਕਰੋੜ ਥੋੜੀ ਥੋੜੀ ਲੋੜ ਪਰ ਇਹ ਕੁੱਤਾ ਝਾਕ ਮੁੱਕਦੀ ਨਹੀਂ ਹੈ ਉਧਰੋਂ ਸਟ्रेस ਹੋਈ ਜਾਂਦਾ ਉਧਰੋਂ ਡੋਪਾਮਾਈਨ ਸੈਕ੍ਰੀਟ ਹੋਈ ਜਾਂਦਾ ਉਹਨੂੰ ਸਮਝ ਨਹੀਂ ਆਂਦੀ ਕਿ ਮੈਨੂੰ ਚਾਹੀਦਾ ਕੀ ਹੈ ਸਰੀਰ ਨੂੰ ਜਿਵੇਂ ਭੋਜਨ ਦੀ ਲੋੜ ਮਨ ਨੂੰ ਪਲੇਅਰ ਦੀ ਲੋੜ ਸੁਖ ਦੀ ਲੋੜ ਲੇਕਿਨ ਇਹਦੇ ਚ ਇੱਕ ਚੱਕਰ ਹੈ ਜਿੰਨਾ ਸੁਖ ਤੁਸੀਂ ਇੱਕ ਵਾਰੀ ਭੋਗ ਲੋਗੇ ਜਿਹੜਾ ਮਾਈਂਡ ਹੈ ਤੁਹਾਡਾ ਮਨ ਹੈ ਬਾਡੀ ਹੈ ਹਿਮੋਸਟੈਟਿਸ ਮੇਨਟੇਨ ਕਰਦੀ ਹੈ ਉਸ ਤੋਂ ਬਾਅਦ ਉਨਾ ਹੀ ਥੱਲੇ ਲੈ ਕੇ ਆਂਦੀ ਹੈ ਸਰਤਾਜ ਦਾ ਇੱਕ ਗਾਣਾ ਮੈਨੂੰ ਯਾਦ ਆਉਂਦਾ ਹੈ ਕਿ ਜਿਹੜਾ ਕੋਸ਼ੀ ਵਿੱਚ ਅੰਬਰਾਂ ਤੇ ਉੱਡੇ ਉਹ ਦੁੱਖ ਵੇਲੇ ਅਤ ਦਾ ਨਿਰਾਸ਼ ਹੁੰਦਾ ਹੈ ਪਤਾ ਨਹੀਂ ਕਿੱਥੇ ਸਾਇੰਸ ਪੜ੍ਹੀ ਆ ਉਹਨੇ ਭਲੇ ਆ ਮਾਨਸ ਨੇ ਤੂੰ ਜੇ ਮੰਨ ਲਓ ਤੁਸੀਂ ਕਿਤੇ ਘੁੰਮ ਫਿਰ ਕੇ ਆਉਂਦੇ ਹੋ ਬਹੁਤ ਮਜ਼ਾ ਕਰਕੇ ਆਉਂਦੇ ਹੋ ਨਜ਼ਾਰੇ ਲੈ ਕੇ ਆਉਂਦੇ ਹੋ ਆਖੇ ਤੁਹਾਨੂੰ ਨਾ ਫਿਰ ਕਈ ਦਿਨ ਬੜਾ ਉੱਪਰ ਉੱਪਰਾ ਜਿਹਾ ਲੱਗੂਗਾ ਬੜਾ ਬੁਰਾ ਜਿਹਾ ਲੱਗੂਗਾ ਤੋ ਇਹ ਜਿਹੜਾ ਪਲੇਅਰ ਹੈ ਜਿਹੜਾ ਇਹ ਸੁੱਖ ਹੈ ਜਿਹੜਾ ਨਜ਼ਾਰੇ ਨੇ ਇਹਦੀ ਬਹੁਤ ਲੋੜ ਹੈ ਮਨ ਦੀ ਭੁੱਖ ਆ ਗਈ ਹੈ ਪਰ ਇਹ ਓਨਾ ਹੀ ਖਾਣਾ ਜੇ ਖਾਣਾ ਵੱਧ ਖਾਣੇ ਆ ਤਾਂ ਬਿਮਾਰੀ ਬਣਦੀ ਹੈ ਜੇ ਅਸੀਂ ਇਹ ਮਜ਼ੇ ਜ਼ਿਆਦਾ ਲੈਨੇ ਆ ਤਾਂ ਉਹ ਲਤ ਬਣਦੀ ਹੈ ਐਡਿਕਸ਼ਨ ਬਣਦੀ ਹੈ ਦੁੱਖ ਦਾ ਕਾਰਨ ਬਣਦੀ ਹੈ ਇਹ ਕੋਈ ਫਿਲਾਸਫੀ ਦੀ ਗੱਲ ਨਹੀਂ ਹੋ ਰਹੀ ਇਹ ਵਿਗਿਆਨ ਦੀ ਗੱਲ ਹੋ ਰਹੀ ਹੈ ਡੋਪਾਮਾਈਨ ਬੇਸਲਾਈਨ ਕਹਿੰਦੇ ਨੇ ਇਹਨੂੰ ਔਰ ਡੋਪਾਮਾਈਨ ਕਰਵ ਕਹਿੰਦੇ ਨੇ ਉਹ ਜੋ ਕੀ ਸਾਇੰਸ ਇੱਥੇ ਤੱਕ ਪਹੁੰਚ ਚੁੱਕੀ ਹੈ ਹੁਣ ਆਪਾਂ ਗੱਲ ਕਰਦੇ ਆਂ ਦੂਸਰੇ ਹਾਰਮੋਨ ਦੀ ਇੱਕ ਹੋਰ ਪਸੀਨੇ ਦੀ ਇਹਨੂੰ ਕਹਿੰਦੇ ਐ ਐਂਡੋਰਫਿਨ ਐਂਡੋਰਫਿਨ ਕੀ ਦਿੰਦਾ ਉਹਨੇ ਸੁਖ ਦਿੱਤਾ ਸਾਨੂੰ ਡੋਪਾਮਾਈਨ ਐਂਡੋਰਫਿਨ ਸਾਨੂੰ ਦਿੰਦਾ ਰਿਲੈਕਸੇਸ਼ਨ ਆਰਾਮ ਸਰੀਰ ਨੂੰ ਆਰਾਮ ਦੀ ਵੀ ਲੋੜ ਹੈ ਇਹ ਸਾਰੀਆਂ ਜਿਹੜੀਆਂ ਭੁੱਖਾਂ ਨੇ ਨਾ ਸਾਨੂੰ ਪਤਾ ਨਹੀਂ ਪਰ ਸਾਨੂੰ ਲੱਗੀਆਂ ਹੋਈਆਂ ਨੇ ਇਹ ਵੀ ਇਹਨੂੰ ਇਹਦੀ ਸ਼ਾਂਤ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਆਂ ਅਸੀਂ ਤਾਂ ਜੇ ਹੁਣ ਤੁਸੀਂ ਸੋਫੇ ਦੇ ਉੱਤੇ ਲੇਟ ਗਏ ਤੁਸੀਂ ਕਹੋ ਮੈਂ ਆਰਾਮ ਕਰਾਂਗੇ ਭਲੇਖੇ ਚੋਂ ਤੁਸੀਂ ਹੱਡ ਗੁੱਡੇ ਦੁਖਣ ਲੱਗ ਜਾਣਗੇ ਡਾਇਨੋਰਫਿਨ ਰਿਲੀਜ਼ ਹੁੰਦਾ ਹੁੰਦਾ ਅੰਦਰ ਇਹਦੋਂ ਉਲਟ ਉਹ ਤੁਹਾਡੇ ਲੱਤਾਂ ਬਾਹਾਂ ਜਕੜ ਦੂਗਾ ਬਿਮਾਰੀ ਕਰ ਦੂਗਾ ਫਿਰ ਐਂਡੋਰਫਿਨ ਕਿਵੇਂ ਰਿਲੀਜ਼ ਹੋਊਗਾ ਸਾਡੀ ਪ੍ਰਾਚਨ ਜੀਵਨ ਸ਼ੈਲੀ ਦੇ ਵਿੱਚ ਨਾ ਸਿੱਧੇ ਸਿੱਧੇ ਜਵਾਬ ਦਿੱਤੇ ਸੀ ਉਹਨਾਂ ਨੇ ਉਲਝਾਇਆ ਨਹੀਂ ਸੀ ਵੀ ਇਹ ਕਰ ਲੈ ਆਪਣੇ ਆਪ ਹੀ ਹੋਈ ਜਾਊਗਾ ਇਹ ਕੰਮ ਬਾਬੇ ਨਾਨਕ ਨੇ ਕਿਹਾ ਕਿਰਤ ਕਰੋ ਜਦ ਤੱਕ ਤੁਸੀਂ ਆਪਣੇ ਹੱਡ ਨਹੀਂ ਤੋੜਦੇ ਉਦੋਂ ਤੱਕ ਉਦੋਂ ਤੱਕ ਐਂਡੋਰਫਿਨ ਰਿਲੀਜ਼ ਨਹੀਂ ਹੁੰਦਾ ਜਦ ਤੁਸੀਂ ਇਹ ਸਰੀਰ ਨੂੰ ਨਿਚੋੜ ਕੇ ਆਓਗੇ ਨਾ ਉਦੋਂ ਤੁਹਾਨੂੰ ਆਰਾਮ ਦੀ ਅਨੁਭੂਤੀ ਹੋਊਗੀ ਉਹ ਆਰਾਮ ਤੁਹਾਨੂੰ ਸੋਫੇ ਤੇ ਬੈਠ ਕੇ ਏਸੀ ਚ ਬੈਠ ਕੇ ਕਦੀ ਮਿਲਣ ਵਾਲਾ ਨਹੀਂ ਹੈ ਉਹ ਉਲਟਾ ਤੁਹਾਨੂੰ ਤੰਗ ਕਰੂਗਾ ਉਲਟਾ ਤੰਗ ਕਰੂਗਾ ਤਾਂ ਜੇ ਐਂਡੋਰਫਿਨ ਦਾ ਰਿਲੀਜ਼ ਕਰਨਾ ਤਾਂ ਤੁਹਾਨੂੰ ਮਿਹਨਤ ਕਰਨੀ ਹੀ ਪਊਗੀ ਔਰ ਇਹਦਾ ਸਿੰਪਲ ਫਿਲਾਸਫੀ ਬਾਬਾ ਨਾਨਕ ਨੇ ਕਿਹਾ ਕਿਰਤ ਕਰੋ ਤੋਂ ਸਾਡੇ ਪੁਰਾਤਨ ਗਿਆਨ ਦੇ ਵਿੱਚ ਸਾਰੇ ਵਿਗਿਆਨ ਆਲਰੇਡੀ ਸੀਗੇ ਔਰ ਇਹ ਵਿਗਿਆਨ ਨੂੰ ਕਿਵੇਂ ਹਾਸਲ ਕਰਨਾ ਹੈ ਉਹਦੇ ਤਰੀਕੇ ਟੈਕਨੋਲੋਜੀਆਂ ਸਾਰੀਆਂ ਸੀਗੀਆਂ ਏਸੀ ਯੂਸੀਏ ਤੁਹਾਨੂੰ ਕਦੀ ਠੀਕ ਨਹੀਂ ਕਰ ਸਕਦੇ ਹੁਣ ਆਈ ਚਾਹੀਦਾ ਕਿ ਸਰੀਰ ਤੇ ਤਣਾਅ ਹੋਵੇ ਸਟ्रेस ਹੋਵੇ ਮਨ ਤੁਹਾਡਾ ਸ਼ਾਂਤ ਹੋਵੇ ਇਹਦੇ ਸਰੀਰ ਨੂੰ ਸ਼ਾਂਤ ਕਰਨ ਦੇ ਚੱਕਰ ਚ ਲੱਗੇ ਹੋਏ ਆ ਮਨ ਨੇ ਸਟ्रेस ਤਾਂ ਆਣੀ ਆਣ ਉਸ ਤੋਂ ਬਾਅਦ ਇੱਕ ਤੀਸਰੀ ਭੁੱਖ ਹੈ ਇਹਨੂੰ ਕਹਿੰਦੇ ਪਿਆਰ অক্সੀਟੋਸਿਨ ਇਹਦੀ ਵੀ ਭੁੱਖ ਹੈ ਆਤਮਾ ਨੂੰ ਭੁੱਖ ਹੈ ਇਹਦੀ ਕਈ ਵਾਰੀ ਨਾ ਤੁਹਾਨੂੰ ਐ ਹੁੰਦਾ ਵੀ ਕੋਈ ਗਿਆਨ ਨਹੀਂ ਚਾਹੀਦਾ ਯਾਰ ਕੋਈ ਲੈਕਚਰ ਨਹੀਂ ਚਾਹੀਦਾ ਕੋਈ ਬਜ਼ੁਰਗ ਕੋਈ ਯਾਰ ਦੋਸਤ ਆ ਕੇ ਘੁੱਟ ਕੇ ਜੱਫੀ ਪਾ ਲਵੇ ਬਸ ਜਦੋਂ ਉਹ ਜੱਫੀ ਪਾਉਂਦਾ ਉਦੋਂ অক্সੀਟੋਸਿਨ ਤੁਹਾਡੇ ਅੰਦਰ ਰਿਲੀਜ਼ ਹੁੰਦਾ ਉਹਦੇ ਨਾਲ ਤੁਸੀਂ ਜਦ ਕਿਸੇ ਬੱਚੇ ਨੂੰ ਘੁੱਟ ਕੇ ਪਿਆਰ ਕਰਦੇ ਹੋ ਕਿਸੇ ਦੇ ਸਿਰ ਦੇ ਉੱਤੇ ਹੱਥ ਫੇਰਦੇ ਹੋ ਸਾਡੇ ਪੁਰਾਤਨ ਇਹ ਪ੍ਰਥਾ ਸੀ ਕਿ ਪੈਰੀ ਹੱਥ ਲਾਉਂਦੇ ਸੀ ਸਿਰ ਪਲੋਸਦੇ ਸੀ ਜੱਫੀ ਪਾਣੀ ਮਾਂ ਜੱਫੀ ਪਾਉਂਦੀ ਸੀ ਘੁੱਟ ਕੇ ਜਦੋਂ ਜਦ ਤੱਕ ਤੁਸੀਂ ਇਹ ਕਰੋਗੇ ਨਹੀਂ ਉਦੋਂ ਤੱਕ অক্সੀਟੋਸਿਨ ਰਿਲੀਜ਼ ਹੀ ਨਹੀਂ ਹੋਣਾ ਔਰ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਕਮੀ ਮਹਿਸੂਸ ਹੋਈ ਜਾਊਗੀ ਕਿ ਕੁਝ ਬਾਕੀ ਹੈ ਤੁਸੀਂ ਕਰੋੜਾ ਰੁਪਏ ਇਕੱਠੇ ਕਰ ਲੇ ਸਰੀਰ ਨੂੰ ਤੁਹਾਡੇ ਆਰਾਮ ਨਹੀਂ ਮਿਲ ਰਿਹਾ অক্সੀਟੋਸਿਨ ਰਿਲੀਜ਼ ਨਹੀਂ ਹੋ ਰਿਹਾ ਐਂਡੋਰਫਿਨ ਰਿਲੀਜ਼ ਨਹੀਂ ਹੋ ਰਿਹਾ ਪਿਆਰ ਤੁਹਾਡੇ ਨਾਲ ਲੋਕਾਂ ਦਾ ਘਟੀ ਗਿਆ ਸਮਾਜਿਕ ਦੂਰੀਆਂ ਬਣਾਈ ਗਈ ਮੇਰੇ ਫਰੰਗੀ ਦੋਸਤ ਉਹ ਕਹਿੰਦੇ ਨੇ ਮੈਨੂੰ ਆਪਣੀ ਜਗ੍ਹਾ ਚਾਹੀਦੀ ਆਈ ਨੀਡ ਮਾਈ ਸਪੇਸ ਪਰੇ ਪਰੇ ਮੇਰਾ ਦਮ ਘੁੱਟਦਾ ਫਿਰ ਕੀ ਹੁੰਦਾ ਉਹਨਾਂ ਦੇ ਮੂੰਹ ਲਟਕ ਜਾਂਦੇ ਪਰ ਭੁੱਖ ਤਾਂ ਉਹਨਾਂ ਨੂੰ ਵੀ ਹੈ অক্সੀਟੋਸਿਨ ਦੀ ਫਿਰ ਉਹ ਕੀ ਕਰਦੇ ਨੇ ਫਿਰ ਕੁੱਤੇ ਪਾਲਦੇ ਨੇ ਬਿੱਲੀਆਂ ਪਾਲਦੇ ਨੇ ਉਹ ਕੁੱਤੇ ਨੂੰ ਇਸ ਕਰਕੇ ਨਹੀਂ ਪਾਲ ਰਹੇ ਵੀ ਕੁੱਤੇ ਵਾਸਤੇ ਉਹਨਾਂ ਨੂੰ ਕੋਈ ਪਿਆਰ ਆਪਣੇ ਅੰਦਰ অক্সੀਟੋਸਿਨ ਰਿਲੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇਹ ਜਿੰਨੀਆਂ ਚੀਜ਼ਾਂ ਦੀ ਅਸੀਂ ਅਜੇ ਤੱਕ ਗੱਲ ਕਰੀ ਡੋਪਾਮਾਈਨ ਸੁਖ ਐਂਡੋਰਫਿਨ ਆਰਾਮ ਤੇ ਇਹ ਜਿਹੜਾ ਪਿਆਰ ਦੀ অক্সੀਟੋਸਿਨ ਦੀ ਗੱਲ ਕਰ ਰਹੇ ਆ ਇਹ ਸਾਰੇ ਵਿਸਰਣ ਨੇ ਅੰਦਰ ਹੋ ਰਹੇ ਨੇ ਤੁਹਾਡੇ ਥੋੜੇ ਵਾਸਤੇ ਨੇ ਇਹ ਰਸਗੁੱਲਾ ਖਾਓ ਤੁਸੀਂ ਇੱਕ ਖਾ ਲੋ ਦੋ ਖਾ ਲੋ 10 ਖਾ ਲੋ ਸਾਹਮਣੇ ਨੂੰ ਕੀ ਭਾਗਿਆ ਉਹਦੇ ਨਾਲ ਆਪਣੇ ਵਾਸਤੇ ਕਰ ਰਹੇ ਹੋ ਨਾ ਜਦ ਕੁੱਟਕੇ ਤੁਸੀਂ ਕਿਸੇ ਨੂੰ ਜੱਫੀ ਪਾਈ ਤਾਂ ਤੁਹਾਡੇ ਅੰਦਰ অক্সੀਟੋਸਿਨ ਰਿਲੀਜ਼ ਹੋ ਗਿਆ ਤਾਂ ਹੁਣ ਉਹ ਕੁੱਤੇ ਨੂੰ ਜਦ ਪਿਆਰ ਕਰ ਰਹੀ ਹੈ ਮੀਮ ਜਾਂ ਮੀਮਣਾ ਮੀਮਣਾ ਕਹਿੰਦੇ ਅੰਗਰੇਜ਼ ਤਾਂ ਉਹ ਆਪਣੇ ਵਾਸਤੇ ਕਰ ਰਿਹਾ ਹੈ ਪਰ ਹੁਣ ਰੌਲਾ ਇਹ ਹੈ ਕਿ ਕਈ ਵਾਰੀ ਕੁੱਤਾ ਵੀ ਤੁਹਾਡੇ ਕਿਸੇ ਤੇ ਪੂੰਛ ਨਹੀਂ ਹਿਲਾਉਂਦਾ ਫਿਰ ਉਹਨੂੰ ਵੀ ਠੇਡਾ ਮਾਰ ਕੇ ਭਜਾ ਦਿੰਦੇ ਕਿਉਂਕਿ ਅੰਦਰ অক্সੀਟੋਸਿਨ ਰਿਲੀਜ਼ ਨਹੀਂ ਹੋ ਰਿਹਾ ਅੰਦਰ ਤਾਂ ਫਿਰ ਕਾਟੇ ਦੇ ਲੋਕ ਤੇਰੀ ਐਸੀ ਤੇ ਐਸੀ ਅੱਜ ਕੱਲ ਨਾ ਉਹ ਬੂਟੇ ਪਾਲਦੇ ਨੇ ਤੁਸੀਂ ਇੰਟਰਨੈਟ ਤੇ ਜਾਓ ਤੁਹਾਨੂੰ ਸਾਈਟਸ ਮਿਲਣਗੀਆਂ ਉੱਤੇ ਲਿਖਿਆ ਹੋਇਆ ਵੀ ਬੂਟਾ ਤੁਹਾਡਾ ਸਭ ਤੋਂ ਵਧੀਆ ਦੋਸਤ ਕਿਉਂ ਉਹਦਾ ਨਾਮ ਰੱਖਦੇ ਨੇ ਟਿੰਮੀ ਜੌਨੀ ਇਹੋ ਜਿਹਾ ਛੋਟਾ ਜਿਹਾ ਬੂਟਾ ਫਿਰ ਉਹਨੂੰ ਲੈ ਕੇ ਸੈਰ ਤੇ ਲੈ ਕੇ ਜਾਂਦੇ ਨੇ ਆਪਣੇ ਇਹ ਜਿਹੜੇ ਥਵੇਂ ਕਹਰੇ ਟਿੰਮੀ ਜੌਨੀ ਕੁੱਤੇ ਨੌਰਖੇ ਉਹ ਬੰਦੇ ਕਿ ਰੱਖੇਵੇਂ ਇੱਧਰ ਸਾਡੇ ਕੋਲੇ ਨਾ ਸਾਰਾ ਕੁਝ ਸੀਗਾ ਆਪਾਂ ਤਾਂ ਉਹਨਾਂ ਕੀ ਮੈਂ ਦੇਖਿਆ ਜੀ ਐ ਕਈ ਪੁਰਾਣੀਆਂ ਬੁੜੀਆਂ ਨਾ ਅੱਜ ਵੀ ਬਾਜ਼ਾਰ 'ਮਾ ਕਿਤੇ ਮਿਲਾਂ ਉਹ ਨਜ਼ਾਰਾ ਦੇਖਣ ਵਾਲਾ ਹੋਆ ਉਹਨਾਂ ਨੇ ਤਿੰਨ ਵਾਰ ਮਿਲਾਂ ਇੱਧਰਲੇ ਮੁੰਡੇ ਇੱਧਰਲੇ ਮੁੰਡੇ ਫਿਰ ਇੱਧਰਲੇ ਮੁੰਡੇ ਜਿਹੜੇ ਹੋਰਾਂ ਜਾਂ ਬਲੈਟੀ ਸਕੂਲਾਂ 'ਚ ਨੇ ਜਿਹੜੇ ਹਾਈਲੀ ਇੰਟੈਲੈਕਚੁਅਲ ਮਾ ਇਹ ਕੀ ਕਰ ਰਹਾ ਹੈ ਇਹ ਬਾਜ਼ਾਰ 'ਮੇਂ ਹੱਗਿੰਗ ਕਰ ਰਹਾ ਹੈ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਰ ਹੈ ਗਿਆ ਮੁੱਦਾ ਇਹ ਸਾਡੀ ਸਾਇੰਸ ਬਹੁਤ ਅੱਗੇ ਦੀ ਸੀ ਸਾਡੇ ਨਾ ਪਿੱਛੇ ਮੇਰੀ ਗੂਗਲ ਵਾਲਿਆਂ ਨਾਲ ਮੀਟ ਹੋਈ ਗੱਲ ਦੇ ਵਿੱਚੋਂ ਗੱਲ ਨਿਕਲੇ ਉਹ ਮੈਨੂੰ ਕਹਿੰਦੇ ਵੀ ਕੰਪਿਊਟਰ ਇਨਸਾਨ ਨੂੰ ਕਦੀ ਵੀ ਹਰਾ ਦੇਗਾ ਇਨਸਾਨ ਦੇ ਜਿਹੜੇ ਭਾਵ ਨੇ ਇਮੋਸ਼ਨਸ ਨੇ ਉਹ ਬਣਾ ਦਾਂਗੇ ਅਸੀਂ ਮੈਂ ਕਿਹਾ ਉਹ ਬਣਾਣੀ ਤਾਂ ਸਭ ਤੋਂ ਸੌਖੀ ਹੈ ਇਨਸਾਨ ਦੇ ਇਮੋਸ਼ਨ ਭਾਵ ਨੇ ਕਿੱਥੋਂ ਇਹਦੀਆਂ ਕੈਲਕੂਲੇਸ਼ਨਾਂ ਤੋਂ ਹੀ ਜਾਂ ਜੋੜ ਘਟਾ ਤੋਂ ਹੀ ਆ ਬੀਆ ਮਨਜੀਤ ਸਿੰਘ ਨੇ ਅੱਜ ਮੈਨੂੰ ਬੁਲਾਇਆ ਨਹੀਂ ਇਹ ਮੇਰੇ ਨਾਲ ਨਾਰਾਜ਼ ਹੈ ਇਹ ਉਹਦੇ ਤੋਂ ਮੈਂ ਭਾਵ ਕ੍ਰੀਏਟ ਕਰ ਲੂੰਗਾ ਉਹੀ ਜੀ ਮੇਰੀ ਬਾਡੀ ਚੱਲਣ ਲੱਗ ਜੂਗੀ ਉਹ ਪਤਾ ਨਹੀਂ ਭਲਾ ਆਪਣੀ ਕਿਸੇ ਪ੍ਰੋਬਲਮ 'ਚ ਫਸਿਆ ਹੋਇਆ ਇਹ ਤਾਂ ਸਿੰਪਲ ਕੈਲਕੂਲੇਸ਼ਨ ਹੈ ਕੈਲਕੂਲੇਸ਼ਨ ਤਾਂ ਕੋਈ ਵੀ ਕੰਪਿਊਟਰ ਕਰ ਲੂਗਾ ਇਹ ਜਿਹੜੀ ਵੱਡੀ ਗੱਲ ਪਰ ਇੱਕ ਕੰਮ ਹੈ ਜਿਹੜਾ ਇਨਸਾਨ ਕਰ ਸਕਦਾ ਕੰਪਿਊਟਰ ਕਦੀ ਵੀ ਨਹੀਂ ਕਰ ਸਕਦਾ ਉਹ ਹੈ ਕੋਈ ਨਵੀਂ ਚੀਜ਼ ਜਦ ਪੱਥਰ ਨਾਲ ਪੱਥਰ ਰਗੜ ਕੇ ਅੱਗ ਕੱਢੀ ਉਹ ਨਵੀਂ ਚੀਜ਼ ਸੀ ਨਵੀਂ ਟੈਕਨੋਲੋਜੀ ਸੀ ਫਿਰ ਇਨਸਾਨ ਨੇ ਕਈ ਖੋਜਾਂ ਕਰੀਆਂ ਉਸ ਤੋਂ ਬਾਅਦ ਇਨਸਾਨ ਨੇ ਕੰਪਿਊਟਰ ਬਣਾਤਾ ਇਨਸਾਨ ਨੇ ਬਣਾਇਆ ਨਾ ਕੰਪਿਊਟਰ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਇਨਸਾਨ ਬਣਾ ਚੁੱਕਾ ਹੈ ਜਾਂ ਇਨਸਾਨ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਇਨਸਾਨ ਕੋਈ ਅਹਜੀ ਚੀਜ਼ ਬਣਾ ਲੂਗਾ ਜਿਹਦੇ ਸਾਹਮਣੇ ਤੁਹਾਨੂੰ ਕੰਪਿਊਟਰ ਵੀ ਐ ਲੱਗੂਗਾ ਵੀ ਜਿਵੇਂ ਪੱਥਰ ਨਾਲ ਪੱਥਰ ਕੇ ਇਸ ਕੇ ਅੱਗੇ ਚੱਲਣ ਵਾਲੀ ਚੀਜ਼ ਹੈ ਉਹਨੂੰ ਕਹਿੰਦੇ ਨੇ ਇੰਟੂਸ਼ਨ ਅੰਗਰੇਜ਼ੀ ਚ ਲੇਕਿਨ ਸਹੀ ਸ਼ਬਦ ਹੈ ਪ੍ਰਗਿਆ ਮਾਰਾ ਸੱਚੇ ਪਾਸ਼ਾ ਬਾਬੇ ਨਾਨਕ ਨੇ ਸਿਰਫ ਗਾਇਆ ਲਿਖਿਆ ਕੁਝ ਨਹੀਂ ਤੁਰਕੀ ਬਾਣੀ ਆਈ ਇਸ ਸਿੱਧੀ ਡਾਊਨਲੋਡ ਹੋਈ ਹੋਈ ਹੈ ਵਿਗਿਆਨੀਆਂ ਨੂੰ ਸਮਝ ਆਵੇ ਜਾਂ ਨਾ ਸਮਝ ਆਵੇ ਉਹ ਉਹਦਾ ਮਤਲਬ ਨਹੀਂ ਹੈ ਕੁਝ ਅਹੇਜੀਆਂ ਚੀਜ਼ਾਂ ਜਿਹੜੀਆਂ ਸਿੱਧੀਆਂ ਸਮਝ ਆਈਆਂ ਅੱਜ ਵੀ ਆਉਂਦੀਆਂ ਸਾਇੰਸਦਾਨ ਨੂੰ ਨਵੀਂ ਨਵੀਂ ਖੋਜ ਹੁੰਦੀ ਕਿ ਉਹ ਪਹਿਲਾਂ ਹੋਈ ਹੀ ਨਹੀਂ ਹੁੰਦੀ ਕੁਝ ਨਵਾਂ ਆਈਡੀਆ ਆ ਜਾਂਦਾ ਕਿਸੇ ਨੂੰ ਇਹ ਹੈ ਇਨਸਾਨ ਦੀ ਤਾਕਤ ਤਾਂ ਹੀ ਜੋ ਕਹਿੰਦੇ ਨੇ ਵੀ ਬਾਂਦਰ ਤੋਂ ਅੱਜ ਜਿਹੋ ਕੰਪਿਊਟਰ ਬਣਾ ਸੀ ਗਿਆ ਇਹੀ ਇੱਕ ਤਾਕਤ ਹੈ ਉਹਦੇ 'ਚ ਵੀ ਨਵੀਂ ਚੀਜ਼ ਆਉਂਦੀ ਹੈ। ਤੋਂ ਉਹਨਾਂ ਸਾਰ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਸਮਝ ਕੇ ਸਾਨੂੰ ਸਰਲ ਤਰੀਕੇ ਨਾਲ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੀਏ ਵੀ ਆਹ ਕਰ ਲਓ ਤੁਹਾਡਾ ਜੀਵਨ ਐ ਬਿਲਕੁਲ ਮਜ਼ੇਦਾਰ ਰਹੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਸੁੱਖ ਵੀ ਕਿਹਾ ਉਹਨਾਂ ਨੇ। ਮਤਲਬ ਕੁੱਤੇਆਂ ਨੂੰ ਜੱਫੀ ਪਾਣੀ ਥੋੜਾ ਬੰਦਿਆਂ ਨੂੰ ਪਾ ਲਓ। ਕੁੱਤੇ ਨੂੰ ਜਫੀ ਤਾਂ ਪਾਣ ਦੀ ਲੋੜ ਪੈ ਰਹੀ ਹੀ ਕਿਉਂਕਿ ਤੁਹਾਡੇ ਅੰਦਰ অক্সੀਟੋਸਿਨ ਸਰੀਰ ਨਹੀਂ ਰਿਲੀਜ਼ ਨਹੀਂ ਨਾ ਹੋ ਰਿਹਾ ਤੁਸੀਂ ਕੋਸ਼ਿਸ਼ ਕਰ ਰਹੇ ਤੁਸੀਂ ਉਹਨਾਂ ਦੀ ਉਹਨਾਂ ਦੀ ਉਹ ਤਾਂ ਉਹ ਤਾਂ ਸਮਝੋ ਬੇਵਸੀ ਤੇ ਸਮਝੋ ਬੇਵਸੀ ਤੇ ਸਮਝੋ ਪੂਰੇ ਤਾਂ ਆਪਾਂ ਉਰੇ ਬੰਦੇ ਬਹੁਤ ਕਾ ਯਾਰ ਉਹ ਦੇਖੋ ਨਾ ਡੀਜਵਾਈ ਟੂ ਮੱਚ ਵਿਦ ਦਾ ਪੈਟਸ ਡੌਗੀ ਕੈਟ ਵੀ ਆਲਸੋ ਜੁਆਏ ਥੈਟ ਮੈਨੂ ਐਕਚੁਅਲੀ ਉਹਨਾਂ ਤੇ ਤਰਸ ਆਉਂਦਾ ਨਹੀਂ ਮਾਰੇ ਬੰਦੇ ਮੈਨੂੰ ਤਰਸ ਜ਼ਿਆਦਾ ਆਵਾ ਜੇ ਰੋਣਾ ਵਾ ਇਦ ਮਾਰੇ ਇਹ ਬੰਦੇ ਉਹਨਾਂ ਦੀ ਦਲੀਲ ਦੇ ਕੇ ਮਾਰੀ ਧਰਤੀ ਵੀ ਉਹਨੂੰ ਕਰ ਲਾਇਆ ਮੈਂ ਕਿ ਹਰ ਕਬਾਲ ਕੇ ਕੋਈ ਗੱਲ ਨਹੀਂ ਗਲਤੀਆਂ ਕਰਨਾ ਇਨਸਾਨ ਦਾ ਇਹ ਵੀ ਫਿਤਰਤ ਹੈ ਪਰ ਸਿੱਖਾਂਗੇ ਕੀਮਤ ਵੱਡੀ ਚੁਕਾਣੀ ਪਊਗੀ ਸਾਨੂੰ ਸਿੱਖ ਰਹੇ ਹਾਂ ਅਸੀਂ ਅੱਗਾ ਲਾ ਰਹੇ ਹਾਂ ਗੰਦੇ ਪਾਣੀ ਸਿੱਟ ਰਹੇ ਹਾਂ ਕਰਾਂਗੇ ਗਲਤੀਆਂ ਤਾਂ ਕਰਾਂਗੇ ਪਰ ਸਿੱਖਾਂਗੇ ਵੀ ਸਮਾਂ ਲੱਗੂਗਾ ਤੇ ਇਹ ਸਾਰੀਆਂ ਚੀਜ਼ਾਂ ਸਾਡੇ ਮਤਲਬ ਪੁਰਾਤਨ ਗਿਆਨ ਦੇ ਵਿੱਚ ਹਗੀਆਂ ਨੇ ਸਾਨੂੰ ਭੁਲਾਤਾ ਅੰਗਰੇਜ਼ਾਂ ਨੇ ਜਾਨ ਬੁੱਝ ਕੇ ਭੁਲਾਇਆ ਸਾਨੂੰ ਸਾਡੇ ਰੰਗ ਤੋਂ ਨਫ਼ਰਤ ਕਰਾਤੀ ਵੀ ਆ ਕਣਕ ਬਿਨਾਂ ਰੰਗ ਸਹੀ ਨਹੀਂ ਚਿੱਟਾ ਵਧੀਆ ਹੁੰਦਾ ਆਪ ਉਹ ਵਿੱਚ ਦੇ ਉੱਤੇ ਆਪਣਾ ਰੰਗ ਪੂਰਾ ਕਰਨ ਨੂੰ ਫਿਰਦਾ ਜਦੋਂ ਕਿਸੇ ਦੀ ਬਹੂ ਵਿਆਵਾ ਨਾ ਉੱਥੇ ਤੀਵੀਆਂ ਮੈਂ ਦੇਖਿਆ ਉਹਨਾਂ ਕੋ ਇੱਕੋ ਬਾਤ ਹੋਆ ਚਿੱਟੀ ਭਈਏ ਮੈਂ ਕਿ ਕਲੀ ਗਰੀ ਵੀ ਉਹਨੂੰ ਵੈ ਇਨੀ ਚਿੱਟੀ ਅਸੀਂ ਨਾ ਹਿੰਦੁਸਤਾਨੀ ਭੋਲੇ ਆਂ ਵਿਸ਼ਵਾਸ ਕਰਦੇ ਆਂ ਮੂਰਖ ਨਹੀਂ ਹੈਗੇ ਮੂਰਖ ਬਣ ਜਾਂਦੇ ਕੁਝ ਸਮੇਂ ਲਈ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਿੰਦੁਸਤਾਨ ਤੱਕ ਅਜੇ ਤੱਕ ਕੋਈ ਪਹੁੰਚ ਨਹੀਂ ਸਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਪਹੁੰਚੂਗਾ ਸਾਡੇ ਇੱਥੇ ਅਧਿਆਤਮ ਦਾ ਜਿਹੜਾ ਗਿਆਨ ਹੈ ਉਹਨੂੰ ਦਕੀਆਂ ਨੂਸੀ ਬਣਾਤਾ ਲੋਕਾਂ ਨੇ ਪੈਸੇ ਕਮਾਉਣ ਵਾਸਤੇ ਲੇਕਿਨ ਉਹ ਸਾਇੰਟੀਫਿਕ ਹੈ ਸਾਇੰਸ ਤੇ ਆਧਾਰਿਤ ਹੈ ਉਹ ਸਾਇੰਸ ਵੀ ਉਹੀ ਖੋਜਾਂ ਕਰ ਰਹੀ ਹੈ ਜੋ ਪਹਿਲਾਂ ਕਰੀ ਬੈਠੇ ਨੇ ਅਸੀਂ ਮਤਲਬ ਅਧਿਆਤਮ ਦੀ ਮੰਨਣ ਦੀ ਬਜਾਏ ਅਧਿਆਤਮ ਨੂੰ ਮੰਨਣ ਲੱਗੇ ਕਮੀ ਇਹ ਸਾਡੇ ਚ ਦੂਰ ਹੋ ਜਾਊਗੀ ਤੋ ਕੁੱਤੇ ਨੂੰ ਜਦੋਂ ਤੁਸੀਂ ਜੱਫੀ ਪਾ ਰਹੇ ਹੋ ਸਕਦਾ ਕੁੱਤੇ ਦੀ ਜਾਨ ਨਿਕਲ ਰਹੀ ਹੋਵੇ ਤੁਸੀਂ ਕਿਸੇ ਨੂੰ ਪਿਆਰ ਕਰ ਰਹੇ ਹੋ ਸਕਦਾ ਉਹਦੇ ਵਾਸਤੇ ਪ੍ਰੋਬਲਮ ਬਣੀ ਹੋਵੇ ਪਰ ਤੁਸੀਂ ਉਹਦੇ ਵਾਸਤੇ ਨਹੀਂ ਕਰ ਰਹੇ ਤੁਸੀਂ ਆਪਣੇ ਵਾਸਤੇ ਕਰ ਰਹੇ ਹੋ ਤੋ ਸਾਡੇ ਇੱਥੇ ਇਹਦੇ ਵਾਸਤੇ ਕੀ ਕਰਿਆ ਜਾਂਦਾ ਇੱਕ ਦੂਸਰੇ ਦੀ ਇੱਜ਼ਤ ਕਰੀ ਜਾਂਦੀ ਹੈ ਸ਼ੁਰੂ ਤੋਂ ਸਾਡੇ ਸੰਸਕਾਰਾਂ ਚ ਇਹ ਸਿਖਾਇਆ ਜਾਂਦਾ ਜੇ ਤੁਸੀਂ ਜਿਹੜੀਆਂ ਸਾਡੀਆਂ ਛਵੀਆਂ ਸਾਡੇ ਦਿਮਾਗ ਚ ਬਣਦੀਆਂ ਨੇ ਪਿਕਚਰਸ ਬਣਦੀਆਂ ਨੇ ਫੋਟੋਆਂ ਬਣਦੀਆਂ ਨੇ ਉਹ ਦੂਰ ਤੱਕ ਰਹਿੰਦੀਆਂ ਨੇ ਛੇਤੀ ਛੇਤੀ ਤੁਸੀਂ ਕਿਸੇ ਦੀ ਸ਼ਕਲ ਲਿੰਪੋਲ ਦੇ ਨਾਮ ਭੁੱਲ ਜਾਂਦੇ ਹੋ ਉਹ ਜਦੋਂ ਤੁਹਾਨੂੰ ਉਹਦੀ ਸ਼ਕਲ ਤੇ ਯਾਰ ਇਹ ਬੰਦਾ ਦੇਖਿਆ ਹੋਇਆ ਫਿਰ ਕੁਝ ਦਿਨ ਅચ્છਾ ਅੱਛਾ ਹਾਂ ਇਹ ਤਾਂ ਉਹ ਹੈ ਰਾਜਪਾਲ ਅੱਛਾ 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 ਯਾਰ ਮੈਂ ਤੇਰਾ ਨਾਂ ਹੀ ਭੁੱਲ ਗਿਆ ਕਦੀ ਐ ਨਹੀਂ ਹੁੰਦਾ ਵੀ ਉਹਦੀ ਤੁਸੀਂ ਸ਼ਕਲ ਭੁੱਲ ਜਾਓ ਤੋ ਹਿੰਦੁਸਤਾਨ ਨਾ ਸਾਡਾ ਕਥਾ ਕਹਾਣੀਆਂ ਦਾ ਦੇਸ਼ ਹੈ ਫੋਟੋਆਂ ਦਾ ਦੇਸ਼ ਹੈ ਚੀਜ਼ਾਂ ਨੂੰ ਸੌਖਾ ਕਰਕੇ ਸਮਝਾਉਣ ਵਾਸਤੇ ਇਹ ਚੀਜ਼ਾਂ ਫੈਕਟ ਨਹੀਂ ਸੀ ਜ਼ਰੂਰੀ ਨਹੀਂ ਕਿ ਫੈਕਟ ਹੋ ਪਰ ਉਹ ਸਚਾਈ ਸੀ ਸਚਾਈ ਨੂੰ ਸਮਝਾਉਣ ਦਾ ਤਰੀਕਾ ਸੀਗਾ ਅਰਧਨਾਰੀਸ਼ਵਰ ਸ਼ਿਵ ਤੇ ਪਾਰਵਤੀ ਦੀ ਫੋਟੋ 21 ਸਰੀਰ ਦੇ ਵਿੱਚ ਜਦੋਂ ਮੈਂ ਦੇਖਦਾ ਮੈਨੂੰ ਕੀ ਸਮਝ ਆਉਂਦੀ ਹੈ ਮੈਂ ਮਤਲਬ ਮੈਂ ਅਧਿਆਤਮ ਦੇ ਵਿੱਚ ਬਿਲਕੁਲ ਗਰੀਬ ਹਾਂ ਫਕੀਰ ਹਾਂ ਮੈਨੂੰ ਨਹੀਂ ਉਹਦੇ ਬਾਰੇ ਜ਼ਿਆਦਾ ਪਤਾ ਪਰ ਮੈਨੂੰ ਉਹਦੇ 'ਚ ਇਹ ਸਮਝ ਆਉਂਦਾ ਕਿ ਸ਼ਿਵ ਨੇ ਜੇ ਪਾਰਵਤੀ ਨੂੰ ਅੰਦਰ ਲੈਣਾ ਸੀ ਤਾਂ ਉਹਨੂੰ ਅੱਧਾ ਹਿੱਸਾ ਆਪਣਾ ਦੇਣਾ ਪਊਗਾ ਤਾਈਂ ਕਿਸੇ ਹੋਰ ਨੂੰ ਤੁਸੀਂ ਅੰਦਰ ਲੈ ਸਕਦੇ ਹੋ। ਤੋਂ ਜਦ ਤੱਕ ਤੁਸੀਂ ਮੈਂ ਦੇ ਵਿੱਚ ਉਦੋਂ ਤੱਕ ਤੁਹਾਡੇ ਅੰਦਰ ਆਕਸੀਟੋਸਿਨ ਸੈਕ੍ਰੀਟ ਹੋ ਹੀ ਨਹੀਂ ਸਕਦਾ। ਆਕਸੀਟੋਸਿਨ ਉਦੋਂ ਹੀ ਸੈਕ੍ਰੀਟ ਹੋਗਾ ਜਦੋਂ ਤੁਸੀਂ ਆਪਣੇ ਆਪ ਨੂੰ ਡਿਸੋਲਵ ਕਰੋਗੇ ਔਰ ਕਿਸੇ ਹੋਰ ਵਾਸਤੇ ਜਗ੍ਹਾ ਬਣਾਓਗੇ। ਐਸੀ ਕਰਕੇ ਸਾਡੇ ਜਿਹੜੇ ਪੁਰਾਣੇ ਰਿਸ਼ਤੇ ਸੀਗੇ ਲੰਬੇ ਤੱਕ ਨਿਭ ਜਾਂਦੇ ਸੀ। ਹੱਸਦੇ ਰਹਿੰਦੇ ਸੀ, ਖੇਡਦੇ ਰਹਿੰਦੇ ਸੀ। ਸਾਡੇ ਇੱਥੇ ਤਿਉਹਾਰ ਮਨਾਉਂਦੇ ਆ ਸੀ, ਵਿਸਾਖੀ, ਲੋਹੜੀ, ਭੰਗੜੇ ਪਾਣੇ, ਗਿੱਧੇ ਪਾਣੇ। ਕਾਦੇ ਵਾਸਤੇ ਡੋਪਾਮਿਨ অক্সੀਟੋਸਿਨ ਸੁੱਖ ਮਿਲਦਾ ਉੱਥੇ ਚੀਜ਼ਾਂ ਦੇਖ ਕੇ ਆਨੰਦ ਮਿਲਦਾ ਇਹ ਸਾਡੇ ਜਿੰਨੇ ਦਿਨ ਤਿਉਹਾਰ ਬਣਾਏ ਗਏ ਸੀ ਸਾਇੰਟਿਫਿਕਲੀ ਬਣਾਏ ਗਏ ਸੀ ਇਹ ਅਲੱਗ-ਅਲੱਗ ਉਹ ਦਿਨ ਹੁਣ ਇਸ ਤੋਂ ਅਗਲੀ ਗੱਲ ਕਰਦੇ ਆ ਇੱਕ ਆਖਰੀ ਹਾਰਮੋਨ ਇਹਨੂੰ ਕਹਿੰਦੇ ਸੈਰੋਟੋਨਿਨ ਜਿਹੜਾ ਡੋਪਾਮਿਨ ਦੀ ਅਸੀਂ ਗੱਲ ਕਰੀ ਉਹ ਹੈਗਾ ਪਲੇਅਰ ਸੁਖ ਨਜ਼ਾਰਾ ਮਜ਼ਾ ਖੁਸ਼ੀ ਹੂੰ ਉਹਦਾ ਕੋਈ ਅੰਤ ਨਹੀਂ ਹੈਗਾ ਉਹ ਅੰਦਰ ਦੀ ਖੇਡ ਹੈ ਉਹ ਜਦੋਂ ਵੱਧ ਜੂਗਾ ਤਾਂ ਲਤ ਬਣ ਜੂਗਾ ਤੁਹਾਡਾ ਤੁਸੀਂ ਕਿੱਲਾ ਹੀ ਨਹੀਂ ਤੋੜਾ ਸਕਦੇ ਉਹਦਾ ਜੇ ਤੁਹਾਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਜੇ ਤੁਹਾਨੂੰ ਮਿੱਠਾ ਖਾਣ ਦੀ ਆਦਤ ਪੈ ਗਈ ਜੇ ਤੁਹਾਨੂੰ ਸਿਨੇਮਾ ਦੇਖਣ ਦੀ ਆਦਤ ਪੈ ਗਈ ਉਹਨੂੰ ਤੋੜਵਾਣਾ ਬੜਾ ਮੁਸ਼ਕਲ ਹੈ ਤੁਹਾਨੂੰ 세ਰੋਟੋਨਿਨ ਕੀ ਹੈ ਇਹਨੂੰ ਕਹਿੰਦੇ ਹਨ ਆਨੰਦ ਪਰਮ ਆਨੰਦ ਇਹ ਆਤਮਾ ਦੀ ਖਰਾਕ ਹੈ ਇਹ ਜਦੋਂ ਤੁਸੀਂ ਬਾਕੀ ਦੁਨੀਆ ਨੂੰ ਪਿਆਰ ਕਰਨਾ ਸ਼ੁਰੂ ਕਰਦੇ ਹੋ ਜਿਵੇਂ ਤੁਸੀਂ ਆਪਣੇ ਬੱਚੇ ਵਾਸਤੇ ਕੁਝ ਕੀਤਾ ਆਪਣੇ ਟੀਚਰ ਵਾਸਤੇ ਕੁਝ ਕੀਤਾ ਉਦੋਂ ਸੇਕ੍ਰੀਟ ਹੁੰਦਾ ਹੈ ਹੂੰ ਇਹ ਆਨੰਦ ਹੈ ਇਹ ਸੁੱਖ ਨਹੀਂ ਹੈਗਾ ਆਨੰਦ ਹੈ ਹਰੇਕ ਆਦਮੀ ਆਨੰਦ ਦੀ ਭਾਲ ਦੇ ਵਿੱਚ ਫਿਰਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਸ਼ਾਂਤ ਕਿਉਂ ਨਹੀਂ ਹੋ ਰਿਹਾ ਡੋਪਾਮਿਨ ਨਾ ਰਸ਼ ਹੋ ਗਿਆ ਯਾਰ 10000 ਕਰੋੜ ਦੀਆਂ ਫੈਕਟਰੀਆਂ ਹੋ ਗਈਆਂ ਇੰਨਾ ਸਾਰਾ ਕੁਝ ਹੋ ਗਿਆ ਖਾਨ ਪੀਣ ਨੂੰ ਵੀ ਸਾਰੇ ਪਦਾਰਥ ਹੈ ਜਿਆਦਾ ਖਾ ਕੇ ਪਰੇਸ਼ਾਨੀ ਲਾ ਲਈ ਡਾਇਬਟੀਜ਼ ਲਾ ਲਈ ਫਰਾਂਟ ਸਟ्रेस ਦੇ ਨਾਲ ਆਟੋਇਮਿਊਨ ਡਿਜ਼ੀਜ਼ ਲਾ ਲਿਆ ਠੀਕ ਹੈ ਐਂਡੋਰਫਿਨ ਨਹੀਂ ਰਿਲੀਜ਼ ਹੋ ਰਿਹਾ ਤੁਹਾਡੇ ਅੰਦਰ ਕਿਉਂਕਿ ਸਰੀਰ ਹਲਾਣਾ ਨਹੀਂ ਹੈਗਾ ਸਰੀਰ ਥੱਕਿਆ ਟੁੱਟਿਆ ਰਹਿ ਰਿਹਾ ਹੈ ਚਹੀਦਾ ਤੁਹਾਨੂੰ ਸੈਰੋਟੋਨਿਨ ਹੈ ਬਿਨਾ ਸੰਤੋਖ ਨਹੀਂ ਕੋ ਰਾਜਾ ਇਹ ਆਨੰਦ ਦੀ ਅਨੁਭੂਤੀ ਵਾਸਤੇ 36 ਤਰ੍ਹਾਂ ਦੇ ਅਸੀਂ ਕੰਮ ਕਰਦੇ ਹਾਂ ਹੁਣ ਜਿਹੜੇ ਮੇਰੇ ਫਰੰਗੀ ਦੋਸਤ ਨੇ ਉਹ ਕੀ ਕਰਦੇ ਨੇ ਜਦੋਂ ਸਾਡੀ ਫਸਲ ਤਿਆਰ ਹੁੰਦੀ ਹੈ ਕਣਕ ਤਿਆਰ ਹੁੰਦੀ ਹੈ ਉਹਦੇ ਤੇ ਸਪਰੇਅ ਕਰਦੇ ਨੇ ਵੀ ਦੇਖੀ ਕਿਤੇ ਦੋ ਦਾਣੇ ਕੀੜਾ ਨਾ ਖਾ ਜਾਵੇ ਹੂੰ ਪ੍ਰੋਫਿਟ ਵੱਧਦਾ ਉਹਦੇ ਨਾਲ ਡੋਪਾਮਿਨ ਸੈਕਰੀਟ ਹੁੰਦਾ ਤਾਂ ਉਹ ਜਿਹੜਾ ਵੀ ਕੰਮ ਕਰਦੇ ਨੇ ਆਪਣਾ ਪ੍ਰੋਫਿਟ ਵਧਾਉਣ ਵਾਸਤੇ ਖੋਣ ਵਾਸਤੇ ਖਿੱਚਣ ਵਾਸਤੇ ਉਹ ਸਾਰਾ ਡੋਪਾਮਿਨ ਵਧਾਉਂਦਾ ਲੇਕਿਨ ਭੁੱਖ ਨਹੀਂ ਮਿਟਦੀ ਕਿਉਂਕਿ ਭੁੱਖ ਮਿਟਣੀ ਹੈ ਸੈਰੋਟੋਨਿਨ ਨਾਲ ਸਾਡੇ ਜਿਹੜਾ ਪੁਰਾਤਨ ਗਿਆਨ ਸੀ ਉਹਦੇ ਇਸ ਕੀ ਕਰਦੇ ਸੀ ਜਦੋਂ ਬੀਜ ਬੀਜਦੇ ਸੀ ਨਾ ਇਸ ਤਰ੍ਹਾਂ ਗਊ ਗਰੀਬ ਦਾ ਭਾਗੀ ਹੂੰ ਚਿੜੀ ਜਨੌਰ ਦਾ ਭਾਗੀ ਹਾਲੀਆਂ ਪਾਲੀਆਂ ਦਾ ਭਾਗੀ ਰਾਈਆਂ ਪਾਂਦੀਆਂ ਦਾ ਭਾਗੀ ਸਭ ਦੇ ਭਾਗਾ ਦਾ ਇਹ ਸਿਰਫ ਕਹਿੰਦੇ ਨਹੀਂ ਸੀ ਕਰਦੇ ਵੀ ਤੇ ਜਦੋਂ ਛੱਡਦੇ ਸੀ ਨਾ ਇੱਕ ਟੁਕੜਾ ਛੱਡ ਦਿੰਦੇ ਸੀ ਵੀ ਇਹ ਚਿੜੀਆਂ ਖਾਣੀਆਂ ਉਹਦੇ ਚ ਜਿਹੜੀ ਖੁਸ਼ੀ ਮਿਲਦੀ ਸੀ ਉਹ 세ਰੋਟੋਨਿਨ ਰਿਲੀਜ਼ ਕੋ ਬੰਦਾ ਦੱਸ ਰਿਹਾ ਦਾ ਕਹਿੰਦਾ ਵੀ ਜਦੋਂ ਮੇਰੇ ਬਾਬਾ ਬੀਜ ਪਾਣ ਜਾਇ ਕਰੇ ਤਾਂ ਉਹਨੇ ਜੁੱਤੀ ਬਾਹਰ ਕੱਢ ਗਏ ਪਹਿਲਾਂ ਮੱਥਾ ਟੇਕਣਾ ਧਰਤੀ ਨੂੰ ਫੇਰ ਕਹਿੰਦਾ ਬੀਜ ਪਾਉਂਦਾ ਸੀ 세ਰੋਟੋਨਿਨ ਇਸ ਤੋਂ ਇਲਾਵਾ ਰਿਲੀਜ਼ ਹੀ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਇਹ ਕਿਉਂਕਿ ਤੁਹਾਡੇ ਸਰੀਰ ਤੋਂ ਬਾਹਰ ਦੀ ਅਨੁਭੂਤੀ ਹੈ ਇਹ ਸਰੀਰ ਦੇ ਅੰਦਰ ਦੀ ਨਹੀਂ ਅੰਦਰ ਤਾਂ ਤੁਸੀਂ ਇਹ ਟਣਾ ਮੂੰਹ ਹੀ ਸਿੱਟ ਲੋ ਸਮਾਨ ਬਿਮਾਰ ਕਰੂਗਾ ਤੁਹਾਨੂੰ ਖਾਓ 2 ਕਿਲੋ ਰਸ ਗੁੱਲੇ ਪਹਿਲਾ ਚੀਨੀ ਦਾ ਚਮਚਾ ਮੂੰਹ ਪਾਏ ਤੁਹਾਨੂੰ ਬਿਮਾਰ ਕਰ ਦਿੰਦਾ ਆਪਾਂ ਕਰਾਂਗੇ ਚਰਚਾ ਕਦੀ ਉਸ ਬਾਰੇ ਵੀ ਪਹਿਲਾ ਚੀਨੀ ਦਾ ਚਮਚਾ ਡਾਇਬੀਟੀਜ਼ ਤਾਂ ਜਦ ਹੋਊਗੀ ਹੋਊਗੀ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਡਾਇਬੀਟੀਜ਼ ਕਦ ਹੋਊਗੀ ਤੁਹਾਨੂੰ ਸਰੀਰ ਚੱਲਣ ਵਾਸਤੇ 19 ਕਿਲੋਮੀਟਰ ਡਿਜ਼ਾਈਨ ਆਸੀ ਸਾਰੀ ਜ਼ਿੰਦਗੀ ਨਹੀਂ ਚਲਾਂਦੇ ਜਦ ਤੱਕ 90% ਤੁਹਾਡੇ ਅੰਦਰਲੇ ਪੁਰਜੇ ਨਹੀਂ ਮਰ ਜਾਂਦੇ ਤੁਹਾਨੂੰ ਲੱਗਦਾ ਮੈਂ ਸਹੀ ਹਾਂ ਸਾਰਿਆਂ ਨੇ ਆਪਣੇ ਪੁਰਜੇ ਪਤਾ ਨਹੀਂ ਕਿ ਸੱਦ ਤੱਕ ਮਾਰ ਮਾਰ ਚੁੱਕੇ ਨੇ ਅੱਜ ਉਹ ਵਿਸ਼ਾ ਨਹੀਂ ਕਦੀ ਫੇਰ ਉਹਦੇ ਤੇ ਚਰਚਾ ਕਰਾਂਗੇ ਅੱਜ ਵਿਸ਼ਾ ਹੋ ਰਿਹਾ ਹੈ ਕਿ ਇਹ ਜਿਹੜੇ ਸਾਨੂੰ ਪਲੇ ਹੈਪੀ ਹਾਰਮੋਨ ਖੁਸ਼ੀ ਦੇ ਹਾਰਮੋਨ ਕਿਵੇਂ ਰਿਲੀਜ਼ ਹੋਣਗੇ ਹੱਡ ਤੋੜੋਗੇ ਐਂਡੋਰਫਿਨ ਰਿਲੀਜ਼ ਹੋਊਗਾ ਜੇ ਹੱਡ ਨਹੀਂ ਤੋੜਦੇ ਤਾਂ ਡਾਇਨੋਰਫਿਨ ਰਿਲੀਜ਼ ਹੋਊਗਾ ਉਲਟਾ ਤੁਹਾਨੂੰ ਪਰੇਸ਼ਾਨ ਕਰੂਗਾ ਖੁਸ਼ੀ ਮਸਤੀ ਮਜ਼ਾ ਚਹੀਦਾ ਮੰਦੀ ਲੋੜ ਪਰ ਇੱਕ ਲਿਮਟ ਚ ਚਾਹੀਦਾ ਜ਼ਰੂਰਤੋਂ ਜ਼ਿਆਦਾ ਜਾਓਗੇ ਤਾਂ ਲਤ ਹੋ ਗਈ ਉਸ ਤੋਂ ਬਾਅਦ ਥੱਲੇ ਨੂੰ ਵੀ ਆਊਗਾ ਤੁਹਾਡਾ ਆਕਸੀਟੋਸਿਨ ਲਵ ਚाहिदਤ ਹਨ ਲੇਕਿਨ ਐਕਚੁਅਲ ਭਾਲ ਕਿਸ ਚੀਜ਼ ਦੀ ਹੈ ਤੁਹਾਨੂੰ ਇਹ 세ਰੋਟੋਨਿਨ ਦੀ ਆਪਣੇ ਵਾਸਤੇ ਜੋ ਮਰਜ਼ੀ ਕਰੀ ਜੋ 세ਰੋਟੋਨਿਨ ਰਿਲੀਜ਼ ਹੋਣਾ ਹੀ ਨਹੀਂ ਫਿਰੰਗੀ ਕੀ ਕਰਦੇ ਰਹੇ ਨੇ ਕਬਜ਼ੇ ਕਰਦੇ ਰਹੇ ਨੇ ਹਮ ਕਦੀ ਕਿਸੇ ਦੇਸ਼ ਤੇ ਕਦੀ ਕਿਸੇ ਦੇਸ਼ ਤੇ ਜਦੋਂ ਲੜਾਈਆਂ ਬੰਦ ਹੋ ਗਈਆਂ ਵਰਲਡ ਵਾਰ 1 ਵਰਲਡ ਵਾਰ 2 ਕੋਲਡ ਵਾਰ ਹੋ ਗਈ ਅੱਜ ਕੀ ਕਰਦੇ ਨੇ ਅੱਜ ਕੱਲ ਕਰਜ਼ਾ ਦੇ ਦੇ ਕੇ ਕਾਬੂ ਕਰ ਰਹੇ ਨੇ ਸਾਰੇ ਲੋਕਾਂ ਨੂੰ ਸੰਗਲੀਆਂ ਗਲਿਆਂ ਚ ਪਾ ਕੇ ਲਿਮਟਾਂ ਕਰ ਰਹੇ ਨੇ ਇਸੇ ਕਰਕੇ ਦੇਰ ਤੁਹਾਨੂੰ ਕਾਬੂ ਕਰਨ ਵਾਸਤੇ ਗਲਿਆਂ 'ਚ ਸੰਗਲ ਪਾ ਕੇ ਪਹਿਲਾਂ ਨੌਕਰ ਬਣਾਇਆ ਸੀਗਾ ਫਿਰ ਕਰਜ਼ਾ ਦੇ ਕੇ ਤੁਹਾਨੂੰ ਨੌਕਰ ਬਣਾ ਲਿਆ ਪਹਿਲਾਂ ਚੀਜ਼ਾਂ ਦੇਤੀਆਂ ਤੁਹਾਡਾ ਮਨ ਲਲਚਾਤਾ ਵੀ ਕਾਰ ਲੈਣੀ ਹੈ ਕਾਰ ਲੈਣੀ ਹੈ ਫਿਰ ਕਹਿੰਦੇ ਕਰਜ਼ਾ ਵੀ ਲੈ ਲਿਆ ਹੁਣ ਕਾਰ ਤੱਕ ਘਟੰਤ ਹੈ 10 ਲੱਖ ਵਾਲੀ ਕਾਰ ਅੱਜ ਨਹੀਂ ਤਾਂ ਕੱਲ ਕਬਾੜ ਦੇ ਪਾਚ ਹੋਈ ਜਾਊਗੀ 5 ਸਾਲਾਂ ਨੂੰ 10 ਸਾਲਾਂ ਨੂੰ ਜਿਹੜਾ ਤੁਸੀਂ ਪੈਸਾ ਦੇਤਾ ਉਹ ਤਾਂ ਉਹਨਾਂ ਦੀ ਜੇਬ 'ਚ ਚਲਾ ਗਿਆ ਦੁਬਾਰਾ ਪੈਸਾ ਤਾਂ ਦੁਬਾਰਾ ਉਹਨਾਂ ਕੋਲ ਚਲਾ ਗਿਆ ਤੁਹਾਡੇ ਹਿੱਸੇ ਕੀ ਆਇਆ ਇੱਕ ਟੀਨ ਦਾ ਡੱਬਾ ਖੂਬਸਾਰਾ ਕਰਜ਼ਾ ਔਰ ਹੁਣ ਕਿਹਦੇ ਨਾਲ ਉਹ ਕਾਬੂ ਕਰਦੇ ਨੇ ਸਟ੍ਰੈਸ ਦੇ ਨਾਲ ਟੈਨਸ਼ਨ ਦੇ ਦੋ ਤੁਹਾਨੂੰ ਚਾਹੇ ਉਹ ਕਰਜ਼ੇ ਦੀ ਦੇ ਦੋ 40 ਲੱਖ ਦਾ ਲੋਨ ਦੇਤਾ 30 ਸਾਲ ਦਾ ਲੋਨ ਦੇਤਾ ਦੇ ਹੀ ਜਾਈਂ ਪੈਸੇ 30 ਸਾਲ ਵਾਸਤੇ ਤੁਸੀਂ ਆਪਣਾ ਘਰ ਜਿਹੜਾ ਗਿਰਵੀ ਰੱਖ ਤਾ 30 ਸਾਲ ਅਸਤੇ ਤੁਸੀਂ ਗੁਲਾਮ ਬਣ ਗਏ ਉਹਨਾਂ ਵਾਸਤੇ ਤੁਹਾਡਾ ਦਿਲ ਕਰੇ ਤੁਹਾਡਾ ਦਿਲ ਨਾ ਕਰੇ ਤੁਹਾਨੂੰ ਜਾਣਾ ਪਊਗਾ ਉੱਥੇ ਜਦੋਂ ਤੁਹਾਨੂੰ ਜਾਣਾ ਪਊਗਾ ਉੱਥੇ ਤਾਂ ਉਹ ਤੋਂ ਤੁਹਾਡੇ ਅੰਦਰ ਤੁਹਾਡੀ ਅੰਦਰਲੀ ਜਿਹੜੀ ਸਟ੍ਰੈਸ ਵਾਲੀ ਸਥਿਤੀ ਆ ਉਹਦੇ ਬਾਰੇ ਆਪਾਂ ਚਰਚਾ ਕਰ ਚੁੱਕੇ ਕਹੇ ਜੀ ਹੋਗੀ ਅਲਸਰ ਹੋ ਜਾਂਨਗੇ ਤੁਹਾਡੀ ਬੋਡੀ ਦੇ ਵਿੱਚ ਕੋਈ ਦਿਨ ਨਹੀਂ ਮਨਾ ਸਕਦੇ ਤੁਸੀਂ ਕੋਈ ਤਿਉਹਾਰ ਨਹੀਂ ਮਨਾ ਸਕਦੇ ਸਵੇਰ ਤੇ ਲੈ ਕੇ ਸ਼ਾਮ ਤੱਕ ਸਿਰਫ ਇਕੱਠਾ ਕਰਨ ਚ ਲੱਗੇ ਹੋਏ ਆ ਤਾਂ ਜਿਹੜਾ ਸਾਡਾ ਇੱਥੇ ਦਾ ਹਿੰਦੁਸਤਾਨ ਤੇ ਮੈਨੂੰ ਅੱਜ ਵੀ ਮੈਨੂੰ ਬਹੁਤ ਮਾਣ ਆ ਇਹ ਗੱਲ ਕਹਿਣ ਦੇ ਉੱਤੇ ਹਰੇਕ ਹਿੰਦੁਸਤਾਨੀ ਚਾਹੇ ਜਿੰਨਾ ਵੀ ਕਰੂਰ ਹੋਵੇ ਕੁਝ ਵੀ ਕਹੋ ਉਹਦੇ ਅੰਦਰ ਤਰਸ ਮਾੜਾ ਮੋਟਾ ਤਾਂ ਅੱਜ ਵੀ ਜਿਊਂਦਾ ਅੰਗਰੇਜ਼ੀ ਦੇ ਤਿੰਨ ਅੱਖਰ ਨੇ ਸਿੰਪਥੀ ਤਰਸ ਏਮਪੈਥੀ ਏਮਪੈਥੀ ਮਤਲਬ ਉਹਦੀ ਸਥਿਤੀ ਨੂੰ ਉਹਦੀ ਵਿਥਾ ਨੂੰ ਤੁਸੀਂ ਸਮਝ پا ਰਹੇ ਹੋ ਮਹਿਸੂਸ ਕਰ پا ਰਹੇ ਹੁਣ ਜਿਵੇਂ ਮੈਂ ਬਿਮਾਰੀ ਕੱਟੀ ਹੈ ਮੈਨੂੰ ਸਮਝ ਆਉਂਦਾ ਵੀ ਉਹਦੀ ਅੱਖ ਚ ਇਸ ਵੇਲੇ ਕੀ ਹੋ ਰਿਹਾ ਹੋਊਗਾ ਕੰਪੈਸ਼ਨ ਇਸ ਤੋਂ ਉੱਪਰ ਕੰਪੈਸ਼ਨ ਦਾ ਮਤਲਬ ਤੁਸੀਂ ਸਿਰਫ ਸਮਝ ਨਹੀਂ ਰਹੇ ਉਹਦੇ ਵਾਸਤੇ ਕੁਝ ਕਰ ਵੀ ਰਹੇ ਹੋ ਹਰੇਕ ਹਿੰਦੁਸਤਾਨੀ ਸਿੰਪੈਥੈਟਿਕ ਤਾਂ ਹੈ ਹੀ ਗਿਆ ਬਾਬੇ ਨਾਨਕ ਨੂੰ 20 ਰੁਪਏ ਦਿੱਤੇ ਕਿ ਜਾਓ ਮਾਰਾ ਸੌਦਾ ਕਰਕੇ ਆਓ ਕਿਹੜਾ ਸੌਦਾ ਕਰਿਆ ਬਾਬੇ ਨਾਨਕ ਨੇ ਸਰਟੋਨਿਨ ਵਾਲਾ ਉਹਨੇ 20 ਰੁਪਏ ਦਾ ਆਟਾ ਲੈ ਕੇ 30 ਰੁਪਏ ਵੇਚਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਉਹ 30 ਰੁਪਏ ਦੇ ਵਿੱਚ ਉਹਨੂੰ ਚਿੱਟਾ ਕਰਕੇ ਉਹ 'ਚ ਮੜਾ ਜਾਂ ਚੌਕ ਮਿੱਟੀ ਰਲਾ ਕੇ ਪ੍ਰੋਫਿਟ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ ਡੋਪਾਮਿਨ ਵਾਲਾ ਕੰਮ ਨਹੀਂ ਕਰਿਆ ਸਰਟੋਨਿਨ ਵਾਲਾ ਕੰਮ ਕਰਿਆ ਭਾਈ ਕਨਈਆ ਜੀ ਇੱਕ ਥੋੜਾ ਸਾਡੇ ਇੱਥੇ ਐਗਜ਼ਾਮਪਲ ਹੈ ਜਿਹਨੂੰ ਮਰਜ਼ੀ ਦੇਖ ਲਓ ਲੰਗਰ ਛਬੀਲਾ ਸਾਰੀਆਂ ਚੱਲਦੀਆਂ ਨੇ ਦਾਨ ਦੀ ਪ੍ਰਥਾ ਸਾਡੇ ਬਹੁਤ ਦੇਰ ਪੁਰਾਣੀ ਹੈ। ਇੱਕ ਕਹਾਣੀ ਸੁਣਾਉਣਾ ਚਾਹਣਾ ਤੁਹਾਨੂੰ ਸੁਣਾਵਾਂ ਛੋਟੀ ਜਿਹੀ ਕਹਾਣੀ ਆਪਾਂ ਕਹਾਣੀ ਸੁਣਨੇ ਨੂੰ ਆ। ਇੱਕ ਕੋਈ सेठ ਸੀ ਉਹ ساری ਜ਼ਿੰਦਗੀ ਦਾਨ ਕਰਦਾ ਰਿਹਾ। ਤੇ ਜੋ ਉਪਜੇ ਸੋ ਬਿੰਸ ਹੈ ਪਰੋ આજ ਕੀ ਕਾਲ ਜਦੋਂ ਸਮਾਂ ਆ ਗਿਆ ਤਾਂ ਚਲਾ ਗਿਆ। ਤੋ ਜਿਵੇਂ ਕਹਿੰਦੇ ਉੱਪਰ ਧਰਮਰਾਜ ਬੈਠਾ ਧਰਮਰਾਜ ਉਹਨੂੰ ਕਹਿੰਦਾ ਵੀ ਤੂੰ ساری ਜ਼ਿੰਦਗੀ ਚ ਨਾ ਇੱਕੋ ਹੀ ਦਾਨ ਕਰਿਆ। ਉਹ ਕਹਿੰਦਾ ਮਰਜਿਆ ਇਹ ਨਾ ਕਰੋ ਤੁਸੀਂ ਮੈਂ ਤਾਂ ਸਾਰੀ ਜ਼ਿੰਦਗੀ দান ਕਰਦਾ ਰਿਹਾ ਕਹਿੰਦੇ ਚੰਗਾ ਗੁਨਾਹ ਉਹ ਕਹਿੰਦਾ ਇਹ ਕੀਤਾ ਉਹ ਕੀਤਾ ਉਹ ਕੀਤਾ ਇਹ ਕੀਤਾ ਉਹ ਕਹਿੰਦਾ ਇਹ ਨਾ ਜੋ ਕੋਈ ਨਹੀਂ ਕਹਿੰਦਾ ਜੀ ਫਿਰ ਜਿਹੜਾ ਇੱਕ ਹੈ ਉਹ ਵੀ ਕਿਸੇ ਹੋਰ ਦਾ ਹੋਣਾ ਮੈਂ ਤਾਂ ਇਹੀ ਕੁਛ ਕਰਦਾ ਨੇ ਉਹ ਕਹਿੰਦਾ ਛੇ ਮੈਂ ਦੱਸਦਾ ਕਹਿੰਦਾ ਇੱਕ ਦਿਨ ਤੂੰ ਜਾ ਰਿਹਾ ਸੀਗਾ ਤੇ ਕੁੱਤਾ ਸੀਗਾ ਭੁੱਖਾ ਤੇਰੇ ਕੋਲ ਵੀ ਸਿਰਫ ਆਪਣੇ ਖਾਂ ਜੋਗਾ ਹੀ ਖਾਣਾ ਸੀ ਉਹ ਕੁੱਤੇ ਨੂੰ ਜਦੋਂ ਤੂੰ ਦੇਖਿਆ ਤਾਂ ਤੈਨੂੰ ਤਰਸ ਆ ਗਿਆ ਉਹਦੇ ਤੇ ਤੂੰ ਆਪਣਾ ਖਾਣਾ ਉਹਨੂੰ ਦੇ ਦਿੱਤਾ ਮੁੜ ਕੇ ਭੁੱਲ ਗਿਆ ਇਹ ਐ ਸੈਰਟੋਨਿਨ ਜੇ ਤੁਸੀਂ ਕੁਝ ਵੀ ਇਹੋ ਜਿਹਾ ਕਰ ਰਹੇ ਹੋ ਜਿਵੇਂ ਏਵਜ਼ ਦੇ ਵਿੱਚ ਤੁਹਾਨੂੰ ਕੁਝ ਚਾਹੀਦਾ ਚਾਹੇ ਮੋਕਸ਼ੀ ਚਾਹੀਦਾ ਤਾਂ ਡੋਪਾਮਿਨ ਹੈ ਉਹ ਸੈਰਟੋਨਿਨ ਕਰ ਉਹਦੇ ਭੁੱਲ ਜਾਓ ਇਹ ਦਾਤ ਹੈ ਪਰਮੇਸ਼ਵਰ ਦੀ ਇਹ ਤੁਸੀਂ ਕਰ ਨਹੀਂ ਸਕਦੇ ਇਹ ਕੁਦਰਤ ਕਾਦਰ ਤੁਹਾਡੇ ਤੋਂ ਕਰਵਾਉਂਦੀ ਹੈ ਕਿ ਤੁਹਾਨੂੰ ਤਾਂ ਯਾਦ ਵੀ ਨਹੀਂ ਰਹਿੰਦਾ ਆਪਣੇ ਤਾਂ ਆਪਣੀ ਇਤਿਹਾਸ ਹੈ ਵੀ ਚੀਜ਼ਾਂ ਤਾਂ ਕਿਹਾ ਸਿਰਦਾ ਹੀ ਹੈ ਕਿਸੇ ਵਾਸਤੇ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਕਿਸੇ ਵਾਸਤੇ ਦਿੱਤੇ ਉਹਨਾਂ ਨੇ ਤਾਂ ਜਿਤਾਇਆ ਨਹੀਂ ਅਸੀਂ ਜਿਤਾਨੇ ਆ ਅਸੀਂ ਜਿਤਾਨੇ ਆ ਇਹ ਸ਼ਹਾਦਤਾਂ ਇਹ ਸਾਰੀਆਂ ਚੀਜ਼ਾਂ ਸਾਡਾ ਮਾਰਗਦਰਸ਼ਨ ਕਰਦੀਆਂ ਲਿਵਿੰਗ ਐਗਜ਼ਾਮਪਲ ਨੇ ਦੁਨੀਆ ਦੇ ਕਿਸੇ ਹੋਰ ਕੋਨੇ ਦੇ ਵਿੱਚ ਕਿਸੇ ਖੇਤੇ 'ਚ ਤੁਹਾਨੂੰ ਇਹੋ ਜਿਹੇ ਐਗਜ਼ਾਮਪਲ ਕਦੀ ਵੀ ਨਹੀਂ ਮਿਲਣਗੇ ਆਪਾ ਨਿਸ਼ਾਰਤਾ ਕਲਗੀਧਰ ਪਾਸ਼ਾ ਨੇ ਆਪਾ ਪੂਰਾ ਦਾ ਪੂਰਾ ਤੁਹਾਡੇ ਬੱਚੇ ਨੂੰ ਸੱਟ ਲੱਗੇ ਨਾ ਤੁਸੀਂ ਸੋਚ ਕੇ ਹੀ ਦੇਖ ਲੋ ਯਾਰ ਇਹੇ ਜੇ ਐਗਜ਼ਾਮਪਲ ਇਹੇ ਜੇ ਦੁਰਲਭ ਐਗਜ਼ਾਮਪਲ ਮਤਲਬ ਪਤਾ ਨਹੀਂ ਕਿਹਜੇ ਵਧੀਆ ਕਰਮ ਕੀਤੇ ਨੇ ਜਿਹੜਾ ਬੰਦਾ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਇਆ ਅਸੀਂ ਲੱਖ ਮਾੜੇ ਹੋ ਜੀਏ ਅਸੀਂ ਲੱਖ ਭੁੱਲੇ ਹੋ ਜੀਏ ਲੇਕਿਨ ਸਾਡੀ ਜੈਨੇਟਿਕ ਕੁਆਲਿਟੀ ਸਾਨੂੰ ਵਾਪਸ ਉੱਥੇ ਲੈ ਕੇ ਆਣਗੇ ਹਿੰਮਤ ਹੌਸਲਾ ਛੱਡਣ ਦੀ ਜ਼ਰੂਰਤ ਨਹੀਂ ਹੈ ਇਸ ਤੋਂ ਬਾਅਦ 세ਰੋਟੋਨਿਨ ਸੈਕ੍ਰੀਟ ਕਰਨ ਦਾ ਹੋਰ ਤਰੀਕਾ ਚੜ੍ਹਦੀ ਕਲਾ ਪਰੋਸਾ ਪਰੋਸਾ ਕਿਸੇ ਤੇ ਵੀ ਹੋਵੇ ਤੁਹਾਨੂੰ ਤੁਹਾਡਾ ਭਰੋਸਾ ਕਿਹਦੇ ਤੇ ਹੈ ਉਹਦੇ ਨਾਲ ਫਰਕ ਨਹੀਂ ਪੈਂਦਾ ਤੁਹਾਡਾ ਭਰੋਸਾ ਕਿੰਨਾ ਅਖੰਡ ਹੈ ਮੈਂ ਨਾ ਇੱਕ ਵਾਰ ਹੈ ਸ਼ਾਇਦ ਮੈਂ ਕਿਤਾਬਾਂ ਵਿੱਚ ਲਿਖਿਆ ਤਾਂ ਵੀ ਜਦ ਗੁਰੂ ਸਾਹਿਬ ਨੇ ਦੂਨੀ ਚੰਦ ਨੂੰ ਕਿਹਾ ਆਥੀ ਕੇ ਲੜਨੇ ਵਾਸਤੇ ਤਾਂ ਯਕੀਨ ਨਹੀਂਤਾ ਤੇ ਭੱਜ ਗਿਆ ਤੇ ਭਾਈ ਬਚਿੱਤਰ ਸਿੰਘ ਨੂੰ ਕਿਹਾ ਉਹ ਨੱਚਣ ਲੱਗ ਗਿਆ ਉਹ ਕਹਿੰਦੇ ਵੀ ਅੱਜ ਤਾਂ ਭਾਗਾਂ ਵਾਲਾ ਦੇ ਨੇ ਵੀ ਹਾਥੀ ਤਾਂ ਮਾਰਿਆ ਗਿਆ ਬਸ ਮੇਰੇ ਤੇ ਸੇਵਾ ਲਈ ਗਈ ਕਿੰਨਾ ਯਕੀਨ ਹੈ ਇਹ ਜਿਹੜਾ ਯਕੀਨ ਹੈ ਨਾ ਮੇਰੇ ਜੀਜਾ ਜੀ ਡਾਕਟਰ ਨੇ ਉਹ ਇੱਥੇ ਪਿੰਡ 'ਚ ਕਿਤੇ ਕੰਮ ਕਰਦੇ ਸੀ ਤੋਂ 30 ਸਾਲ ਪੁਰਾਣੀ ਗੱਲ ਹੈ ਉਥੇ ਇੱਕ ਬੰਦੇ ਦੇ ਹਾਰਟ ਦੀਆਂ ਨਾੜੀਆਂ ਬੰਦ ਸੀ ਉਹ ਆ ਗਿਆ ਪੈਸੇ ਹੈ ਨਹੀਂ ਸੀ ਉਹਦੇ ਕੋਲ ਆਪਰੇਸ਼ਨ ਕਰਾਉਣ ਦੇ ਉਹ ਕਹਿੰਦਾ ਮੈਂ ਫਲਾਣੇ ਡੇਰੇ ਤੇ ਜਾਣਾ ਜਿੱਥੇ ਵੀ ਉਹਦਾ ਯਕੀਨ ਹੋਊਗਾ ਕਹਿੰਦਾ ਜੀ ਮੇਰਾ ਬਾਲ ਨਹੀਂ ਬੰਕਾ ਯਕੀਨ ਮੰਨਣਾ ਮਨਜੀਤ ਜੀ ਐਂਜੀਓ ਜਨੈਸਿਸ ਨਾਲ ਵਿਗਿਆਨ ਵੀ ਮੰਨਦਾ ਹੈ ਕਿ ਸਾਈਡ ਤੋਂ ਬੋਡੀ ਆਪਣੇ ਆਪ ਨੂੰ ਬਾਈਪਾਸ ਨਾੜੀਆਂ ਬਣਾ ਲੈਂਦੀ ਹੈ ਉਹ ਠੀਕ ਹੋ ਗਿਆ ਬੰਦਾ ਪਲਸੀਬੋ ਇਫੈਕਟ ਕਹਿੰਦੇ ਨੇ ਇਹਨੂੰ ਮਨ ਤੇ ਬੜਾ ਡਾਕਟਰ ਕੋਈ ਨਹੀਂ ਅੰਦਰ ਤੇ ਹੀ ਸਾਰਾ ਕੁਝ ਜੇ ਤੁਹਾਡਾ ਮਨ ਸਾਥ ਨਹੀਂ ਦਿੰਦਾ ਤੁਸੀਂ ਠੀਕ ਹੋ ਹੀ ਨਹੀਂ ਸਕਦੇ ਆਪਾਂ ਅੱਗੇ ਗੱਲ ਕਰਾਂਗੇ ਉਹਦੀ ਵੀ ਤਾਂ ਵਿਸ਼ਵਾਸ ਜਿਹੜਾ ਹੈਗਾ ਦ੍ਰਿੜ ਵਿਸ਼ਵਾਸ ਜਦੋਂ ਤੁਹਾਡੇ ਕਿਸੇ ਤੇ ਹੈ ਉਸ ਚੀਜ਼ ਨੂੰ ਫਰਕ ਨਹੀਂ ਪੈਂਦਾ ਤੁਹਾਡੇ ਅੰਦਰ ਦੀ ਕੈਮਿਸਟਰੀ ਜ਼ਬਰਦਸਤ ਹੋ ਜਾਂਦੀ ਹੈ ਡਿਵੋਸ਼ਨ ਇਜ਼ ਅ ਲਵ ਅਫੇਅਰ ਜ਼ਬਰਦਸਤ ਲਵ ਅਫੇਅਰ ਆ ਇਹ ਤੁਸੀਂ ਕਿਹਦੇ ਡਿਵੋਟੀ ਹੋ ਕੋਈ ਫਰਕ ਨਹੀਂ ਪੈਂਦਾ ਯਕੀਨ ਸਾਰਾ ਕਿੰਨਾ ਉਹ ਕਹਿੰਦਾ ਪੱਜਾ ਲੋਟਾ ਮਾਰੂੰਗਾ ਧੰਨਾ ਜੱਟ ਕੁਝ ਵੀ ਨਹੀਂ ਆਂਦਾ ਉਹਨਾਂ ਦਾ ਤੁਸੀਂ ਯਕੀਨ ਤੇ ਇੱਕ ਕਹਾਣੀ ਹੋਰ ਸੁਣਾ ਦਿੰਦਾ ਤੁਹਾਨੂੰ ਸੁਣਾ ਦੇ ਇੱਕ ਮਾਤਾ ਸੀ ਕੋਈ ਉਹਦੇ ਉਲਾਦ ਨਹੀਂ ਸੀ ਉਹ ਭਾਲ ਦੀ ਫਿਰਦੀ ਸੀ ਵੀ ਕਿਤੋਂ ਮੈਨੂੰ ਪਤਾ ਲੱਗ ਜੇ ਕੋਈ ਪੁੱਛਿਆ ਦੱਸਿਆ ਕਿਸੇ ਨੇ ਦੱਸਿਆ ਇੱਕ ਸਾਧ ਉਹਦੇ ਕੋਲ ਚਲੀ ਜਾ ਉਹ ਸਾਧ ਕੋਲ ਗਈ ਸਾਧ ਕਹਿੰਦਾ ਮੇਰੇ ਹੱਥ-ਪਾਸ ਕੁਝ ਨਹੀਂ ਮੈਂ ਤਾਂ ਪਰਮਾਤਮਾ ਤੋਂ ਤੇਰੀ ਲਿਖੀ ਹੋਈ ਕਿਸਮਤ ਪੁੱਛ ਕੇ ਦੱਸ ਸਕਦਾ ਅਗਲੇ ਦਿਨ ਆਇਆ ਕਹਿੰਦਾ ਮਾਤਾ ਤੇਰੇ ਕਰਮਾਂ ਦੇ ਵਿੱਚ ਰੱਬ ਕਹਿੰਦਾ ਵੀ ਔਲਾਦ ਦਾ ਸੁਖ ਨਹੀਂ ਉਹ ਮਾਤਾ ਬੜੀ ਸਬਰ ਸੰਤੋਖ ਵਾਲੀ ਸੀ ਦ੍ਰਿੜ ਨਿਸ਼ਚੇ ਵਾਲੀ ਮਾਤਾ ਸੀ ਉਸੇ ਤਰ੍ਹਾਂ ਸੇਵਾ ਕਰਦੀ ਰਹੀ ਸੈਰਟੋਨੀਅਨ ਵੇਲੇ ਇੱਕ ਦਿਨ ਕੋਈ ਫੱਕੜ ਆ ਗਿਆ ਪ੍ਰਸੰਨ ਹੋ ਗਿਆ ਫੱਕੜ ਕਹਿੰਦਾ ਮਾਤਾ ਕੋਈ ਇੱਛਾ ਹੈ ਤਾਂ ਦੱਸ ਕਹਿੰਦੀ ਜੀ ਪ੍ਰਭੂ ਦਾ ਦਿੱਤਾ ਸਾਰਾ ਕੁਝ ਹੈ ਬਸ ਔਲਾਦ ਦੀ ਕਮੀ ਹੈ ਕਹਿੰਦਾ ਜਾ ਤੇਰੇ ਪੰਜ ਬੱਚੇ ਹੋਣਗੇ ਇੱਕ ਨਹੀਂ ਅੱਧਾ ਪੰਜ ਬੱਚੇ ਕੁਝ ਸਾਲਾਂ ਬਾਅਦ ਮਾਤਾ ਪੰਜੇ ਬੱਚੇ ਮੋਢੇ ਤੇ ਘੋਟਣਾ ਲੈ ਕੇ ਪਹੁੰਚ ਗਈ ਓਏ ਆਹ ਕੀ ਹੈ ਆ ਪਿੱਛੇ ਉਹ ਸਾਧੂ ਚੱਕਰਾ ਗਿਆ ਉਹ ਗਿਆ ਰਬੂ ਗੁਰ ਉਹਨੂੰ ਪੁੱਛਦਾ ਵੀ ਮਹਾਰਾਜ ਜੀ ਕੀ ਕਰਿਆ ਤੁਸੀਂ ਮੇਰੀ ਤਾਂ ਦਾੜੀ ਪਟਵਾਤੀ ਤੁਸੀਂ ਲੱਗੋ ਕਹਿੰਦਾ ਉਹ ਵੀ ਠੀਕ ਸੀ ਇਹ ਵੀ ਠੀਕ ਹੈ ਕਹਿੰਦਾ ਜੀ ਖੋਲੋ ਭੇਦ ਕਹਿੰਦਾ ਐ ਨਹੀਂ ਇੱਕ ਕੌਲੀ ਇਨਸਾਨ ਦੇ ਖੂਨ ਦੀ ਲੈ ਕੇ ਆ ਅੱਜ ਤੋਂ ਬਾਅਦ ਤੈਨੂੰ ਜਵਾਬ ਹੀ ਤਾਂ ਮਿਲਣਗੇ ਉਸ ਤੋਂ ਪਹਿਲਾਂ ਹੁਣ ਤੇਰੀ ਸਾਡਾ ਕੋਈ ਸੰਵਾਦ ਨਹੀਂ ਉਹ ਵਾਪਸ ਆਇਆ ਆ ਕੇ ਹੁਣ ਮੰਗਣ ਲੱਗ ਗਿਆ ਅਸੀਂ ਜਾਣੇ ਉੱਥੇ ਆ ਜਿੱਥੇ ਸਾਨੂੰ ਕੁਝ ਮਿਲਣ ਦੀ ਆਸ ਹੋਵੇ ਪੈ ਪੀਤ ਮੰਗਤੇ ਆ ਅਸੀਂ ਗੁਸਤਾਖੀ ਮਾਫ ਮੈਨੂੰ ਮੈਂ ਆਪਣੇ ਬਾਰੇ ਕਹਿ ਰਿਹਾ ਤੁਹਾਡੇ ਬਾਰੇ ਨਹੀਂ ਹੁਣ ਹੌਲੀ ਹੌਲੀ ਉਹਦੇ ਕੋਲ ਦੱਸਣ ਵਾਸਤੇ ਤਾਂ ਕੁਝ ਨਹੀਂ ਸੀ ਸਾਰਾ ਮੇਲਾ ਵਿਛੜ ਗਿਆ ਕੱਲਾ ਰਹਿ ਗਿਆ ਸੜਕ ਤੇ ਆ ਗਿਆ ਖਾਣ ਪੀਣ ਦੇ ਵੀ ਲਾਲੇ ਹੋ ਗਏ ਤੇ ਇੱਕ ਦਿਨ ਕੋਈ ਫੱਕੜ ਜ਼ਰੂਰੀ ਨਹੀਂ ਹੋ ਕੋਈ ਫੱਕੜ ਉਹਨੂੰ ਟੱਕਰਿਆ ਕਹਿੰਦਾ ਕੀ ਚੱਕਰ ਐ ਉਹਨੇ ਕਹਾਣੀ ਸੁਣਾਈ ਪੱਕੜ ਨੇ ਕੱਟ ਕੇ ਨਾਸ ਕਹਿੰਦਾ ਰੱਬ ਨੂੰ ਚਾਹੀਦਾ ਪਰਲਾ ਕੋਲੀ ਗੱਲ ਕੀ ਐ ਬਾਲਟੀ ਪਰਲਾ ਉਹ ਲੈ ਕੇ ਰੱਬ ਕੋਲ ਪਹੁੰਚਿਆ ਜਦੋਂ ਰੱਬ ਦੇ ਕੋਲ ਉਹਨੇ ਕੋਲੀ ਦਿੱਤੀ ਖੂਨ ਦੀ ਕਹਿੰਦਾ ਬਸ ਇਹੀ ਫਰਕ ਐ ਖੂਨ ਤਾਂ ਤੇਰੇ 'ਚ ਵੀ ਸੀ ਕਹਿੰਦਾ ਜਿਹੜਾ ਮੇਰੇ ਨਾਲ ਪਿਆਰ ਕਰਦਾ ਨਾ ਮੈਂ ਲੇਖ ਵੀ ਬਦਲ ਦਿੰਨਾ ਇਹ ਫੈਕਟ ਨਹੀਂ ਹੈ ਸਟੋਰੀ ਪਰ ਟਰੂਥ ਹੈ ਜੇ ਤੁਹਾਡਾ ਜਦੋਂ ਤੁਹਾਡਾ ਵਿਸ਼ਵਾਸ ਪ੍ਰਬਲ ਤੁਹਾਡੇ ਅੰਦਰ ਸੈਰੋਟੋਨਿਨ ਸੈਕ੍ਰੀਟ ਹੋ ਰਿਹਾ ਹੈ ਤੁਹਾਡੀ ਮਤ ਕੰਮ ਕਰ ਰਹੀ ਹੈ ਤਾਂ ਸਿਚੁਏਸ਼ਨ ਉਹੀ ਹੈ ਸਿਚੁਏਸ਼ਨ ਅਲੱਗ ਨਹੀਂ ਹੋਈ ਦੋ ਤਰ੍ਹਾਂ ਦੀ ਸੋਚ ਹੁੰਦੀ ਹੈ ਇੱਕ ਸੋਚ ਹੁੰਦੀ ਹੈ ਵੀ ਉਹ ਸਿਚੁਏਸ਼ਨ ਤੁਹਾਨੂੰ ਡਰਾਈ ਜਾਂਦੀ ਹੈ ਵੀ ਮਰ ਗਿਆ ਗਿਆ ਬਰਬਾਦ ਇੱਕ ਤੁਹਾਡੀ ਮਤ ਕੰਮ ਕਰੀਏ ਤਾਂ ਹੈ ਇਹਦੇ ਚੋ ਹੱਲ ਕੀ ਕੱਢਣਾ ਇੱਕ ਡਾਇਵਰਜੈਂਟ ਸ਼ੋਰ ਚ ਹੁੰਦੀ ਹੈ ਇੱਕ ਕਨਵਰਜੈਂਟ ਸ਼ੋਰ ਚੋਂਗੀ ਕਨਵਰਜੈਂਟ ਸ਼ੋਰ ਚ ਉਦੋਂ ਹੀ ਕੰਮ ਕਰੂਗੀ ਜਦ ਤੁਹਾਨੂੰ ਭਰੋਸਾ ਔਰ ਸਭ ਤੋਂ ਵੱਡੀ ਚੀਜ਼ ਸ਼ੁਕਰਾਨੇ ਗ੍ਰੈਟੀਟਿਊਡ ਕਲਗੀ ਤਰਪਾਸ਼ਾ ਜੰਗਲ ਦੇ ਵਿੱਚ ਬੈਠੇ ਨੇ ਕੋਈ ਮਜਬੂਰੀ ਥੋੜਾ ਸੀ ਉਹ ਤਾਂ ਸਾਨੂੰ ਜੀ ਕੇ ਦਿਖਾ ਰਹੇ ਸੀਗੇ ਕਿ ਜੀਵਨ ਇਸ ਤਰ੍ਹਾਂ ਜੀਣਾ ਇਸੈਰਟੋਨੀਅਮ ਦੀ ਸੈਕ੍ਰੀਸ਼ਨ ਵਿਗਿਆਨ ਪੜਾ ਰਹੇ ਸੀ ਸਾਨੂੰ ਸ਼੍ਰੀ ਰਾਮ ਨੂੰ ਜੰਗਲ ਚ ਜਾਣ ਦੀ ਕੋਈ ਜ਼ਰੂਰਤ ਨਹੀਂ ਸੀ ਪੰਚਮ ਪਾਸ਼ਾ ਤਤੀ ਤਵੀ ਤੇ ਬੈਠੇ ਨੇ ਸਾਨੂੰ ਤਾਂ ਮਾਲਾ ਦਾ ਸੇਕਾਂ ਨਹੀਂ ਲੱਗਦਾ ਏਸੀ ਚ ਗਰਮੀ ਲੱਗੀ ਜਾਂਦੀ ਹੈ ਸਾਨੂੰ ਫਿਰ ਇਹਦੇ ਕਿੱਥੇ ਆ ਸੀ ਡੋਪਾਮਿਨ ਔਰ ਕorticol ਰਸ ਦੇ ਵਿੱਚ ਤੋਂ ਜਦੋਂ ਸੈਰੋਟੋਨਿਨ ਘਟ ਜਾਂਦਾ ਹੈ ਤੁਹਾਡੇ ਦਿਮਾਗ ਦੇ ਅੰਦਰ ਡੋਪਾਮਿਨ ਦੇ ਰਿਸੈਪਟਰਸ ਅਨਗੈਂਟ ਨੇ ਜਿੰਨੀ ਮਰਜ਼ੀ ਡੋਪਾਮਿਨ ਬਣ ਸਕਦੀ ਹੈ ਜਦ ਡੋਪਾਮਿਨ ਵੱਧ ਗਿਆ ਸਟ्रेस ਆਊਗਾ ਹੀ ਆਊਗਾ ਜਦ ਤੁਸੀਂ ਪਲੇਅਰ ਦੇ ਮਗਰ ਭੱਜਦੇ ਮਤ ਤੁਹਾਡੀ ਮਾਰੀ ਗਈ ਡੋਪਾਮਿਨ ਸੈਕ੍ਰੀਟ ਹੋਈ ਜਾਊਗਾ ਤਾਂ ਤੁਹਾਨੂੰ ਐਡਿਕਸ਼ਨ ਹੁੰਦੀ ਹੈ ਲਤ ਲੱਗਦੀ ਹੈ ਜਦੋਂ ਆਟੋਇਮਿਊਨ ਤੁਹਾਡਾ ਸਪਰੈਸ ਹੁੰਦਾ ਉਦੋਂ ਤੁਹਾਨੂੰ ਅਸਥਮਾ ਹੁੰਦਾ ਜਦੋਂ ਐਕਟੀਵੇਟ ਹੁੰਦਾ ਉਦੋਂ ਖੁਜਲੀਆਂ ਵਰਗੀਆਂ ਬਿਮਾਰੀਆਂ ਜਦੋਂ ਆਟੋਇਮਿਊਨ ਹੋ ਗਿਆ ਤਾਂ ਬੇੜੇ ਕਰਕੇ ਕਿਤੇ ਵੀ ਕਿਸੇ ਵੀ ਸੈੱਲ ਨੂੰ ਖਾਊਗਾ ਡੋਪਾਮਿਨ ਸੈਕ੍ਰੀਸ਼ਨ ਹੋ ਗਿਆ ਐਡਿਕਸ਼ਨ ਹੋਊਗਾ ਤੁਹਾਨੂੰ ਲਤ ਲੱਗੂਗੀ ਜਦੋਂ ਤੁਹਾਡਾ 세ਰੋਟੋਨਿਨ ਸੈਕਰੀਟ ਨਹੀਂ ਹੋ ਰਿਹਾ ਇਹਦੇ ਅੰਦਰ ਰਿਸੈਪਟਰ ਵੀ ਗਿਣਤੀ ਦੇ ਹੁੰਦੇ ਨੇ ਔਰ ਸਮੇਂ ਦੇ ਨਾਲ ਹੀ ਮਰ ਵੀ ਜਾਂਦੇ ਨੇ ਉਦੋਂ ਤੁਹਾਨੂੰ ਡਿਪਰੈਸ਼ਨ ਹੁੰਦਾ ਉਦੋਂ ਦਵਾਈ ਦਿੰਦੇ ਨੇ ਐਸਐਸਆਰਆਈ ਸਿਲੈਕਟਿਵ 세ਰੋਟੋਨਿਨ ਰੀਅਪਟੇਕ ਇੰਟੀਗ੍ਰੇਸ਼ਨ ਮਤਲਬ ਕਿ ਜਿਹੜਾ ਉਹ ਨਿਕਲ ਰਿਹਾ ਅੰਦਰ ਪਸੀਨਾ ਉਹ ਵਾਪਸ ਅੰਦਰ ਚਲਾ ਜਾਵੇ ਲੇਕਿਨ ਦਵਾਈ ਕਿੰਨੀ ਦੇਰ ਕੰਮ ਕਰਦੀ ਹੈ ਜਿੰਨੀ ਦੇਰ ਦਵਾਈ ਖਾਓਗੇ ਉਨੀ ਦੇਰ ਹੀ ਅਸਰ ਕਰੋਗੇ ਔਰ ਦਵਾਈ ਤੁਸੀਂ ਜਿਹੜੀ ਵੀ ਕੈਮੀਕਲ ਵਾਲੀ ਦਵਾਈ ਲੈਂਦੇ ਹੋ ਚਾਹੇ ਸ਼ੂਗਰ ਦੀ ਚਾਹੇ ਹਾਰਟ ਦੀ ਚਾਹੇ ਕਿਹੜੀ ਸਿੱਧੀ ਲਿਵਰ ਚ ਜਾਂਦੀ ਆ ਕਿਉਂਕਿ ਸਰੀਰ ਉਹਨੂੰ ਜ਼ਹਿਰ ਸਮਝਦਾ ਸਰੀਰ ਔਰ ਉਸ ਕੈਮੀਕਲ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ ਕੁਝ ਉਹ ਦਵਾਈ ਮਰਦੀ ਹੈ ਔਰ ਕੁਝ ਉਹ ਤੁਹਾਡੇ ਅੰਗਾਂ ਨੂੰ ਲਿਵਰ ਨੂੰ ਕਿਡਨੀ ਨੂੰ ਡੈਮੇਜ ਕਰਦੀ ਹੈ ਤਾਂ ਹੀ ਐਲੋਪੈਥੀ ਵਾਲੇ ਕਹਿੰਦੇ ਨੇ ਕਿ ਜ਼ਿੰਦਗੀ ਭਰ ਦਵਾਈ ਲੈਣੀ ਪਊਗੀ ਔਰ ਇਹਦੀ ਡੋਜ਼ ਵਧੂਗੀ ਕਿਉਂਕਿ ਹੌਲੀ ਹੌਲੀ ਉਹ ਉਹਦਾ ਅਸਰ ਘਟਾ ਦਿੰਦਾ ਲਿਵਰ ਲਿਵਰ ਖੁਦ ਵੀ ਮਰ ਰਿਹਾ ਹੈ। ਔਰ ਤੁਸੀਂ ਅੱਜ ਸੈਰੋਟੋਨਿਨ ਲੈ ਲਿਆ ਕਿੰਨੀ ਦੇਰ ਅਸਰ ਕਰੂਗਾ। ਥੋੜੀ ਦੇਰ ਬਾਅਦ ਫੇਰ ਇਨਸੂਲਿਨ ਦਾ ਟੀਕਾ ਹੁਣ ਲੈ ਲਿਆ ਥੋੜੀ ਪਰ ਫੇਰ ਤਾਂ ਹੀ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹ ਹਮੇਸ਼ਾ ਤੁਹਾਨੂੰ ਕਦੀ ਕਿਉਰ ਦਾ ਵਰਡ ਨਹੀਂ ਯੂਜ਼ ਕਰਦੇ ਠੀਕ ਹੋਣ ਦਾ। ਉਹ ਕਹਿੰਦੇ ਮੈਨੇਜ ਮੈਨੇਜ ਕਰ ਸਕਦੇ ਆ। ਉਹ ਇੱਕ ਹਾਰੀ ਹੋਈ ਲੜਾਈ ਹੈ। ਜਿਹੜੀ ਜਦ ਤੱਕ ਤੁਸੀਂ ਜਿਉਂਦੇ ਹੋ ਉਦੋਂ ਤੱਕ ਤੁਹਾਨੂੰ ਜਿਉਂਦੇ ਰੱਖਣ ਦੀ ਇੱਕ ਬੜੀ ਹੀ ਮਤਲਬ ਇਹ ਸਮਝ ਲਓ ਕਿ ਮਾੜੀ ਕੋਸ਼ਿਸ਼ ਹੈ ਬਹੁਤ ਅੱਖਰ ਨਹੀਂ ਲੱਭ ਰਿਹਾ ਮੈਨੂੰ ਇੱਕ ਹਾਰੀ ਹੋਈ ਲੜਾਈ ਹੈ ਕੋਸ਼ਿਸ਼ ਕਰ ਰਿਹਾ ਤੁਹਾਨੂੰ 6 ਮਹੀਨੇ ਜ਼ਿੰਦਾ ਰੱਖ ਸਕਦਾ ਹੈ 6 ਸਾਲ ਜ਼ਿੰਦਾ ਰੱਖ ਸਕਦਾ ਹੈ ਲੇਕਿਨ ਹਰ ਥੋੜੇ ਟਾਈਮ ਦੇ ਨਾਲ ਤੁਹਾਡੀ ਕੁਆਲਿਟੀ ਆਫ ਲਾਈਫ ਘਟੀ ਜਾਊਗੀ ਕਿਉਂਕਿ ਪੁਰਜ਼ਿਆਂ ਤੇ ਉਹਦਾ ਅਸਰ ਹੈ ਬਾਹਰ ਕਿਵੇਂ ਨਿਕਲੋਗੇ ਜਦ ਤੱਕ ਉਹ ਪੁਰਜ਼ੇ ਸਹੀ ਨਹੀਂ ਹੁੰਦੇ ਉਹ ਪੁਰਜ਼ੇ ਕਿਵੇਂ ਸਹੀ ਹੋਣਗੇ ਖਾਣ ਪੀਣ ਸੈਰ ਦੇ ਨਾਲ ਤਾਂ ਸਹੀ ਹਾਰਮੋਨ ਸੈਕ੍ਰੀਸ਼ਨ ਵੀ ਤਾਂ ਸਹੀ ਚਾਹੀਦੀ ਹੈ ਜਦ ਹਰ ਵੇਲੇ ਸਟ्रेस ਦੇ ਵਿੱਚ ਤੁਸੀਂ ਉਹਨਾਂ ਨੂੰ ਡੈਮੇਜ ਕਰੀ ਜਾ ਰਹੇ ਹੋ ਉਹਨਾਂ ਨੂੰ ਡੈਮੇਜ ਹੀ ਕਰੀ ਜਾ ਰਹੇ ਹੋ ਇੱਕ ਲਾਸਟ ਗੱਲ ਨਾਲ ਆਪਾਂ ਇਹਦਾ ਨਵੇੜਾ ਬੈਟੀ ਬੈਟੀ ਵਾਲਾ ਇੱਕ ਮੁੱਦਾ ਜੇ ਆਪਾਂ ਹੁਣ ਛੇੜ ਲਈ ਗੱਲ ਦਵਾਈਆਂ ਦੀ ਤਾਂ ਤੁਹਾਡੇ ਸਰੀਰ ਦੇ ਅੰਦਰ ਜੀਵਾਣੂ ਨੇ ਜਿਵੇਂ ਹਵਾ ਦੇ ਵਿੱਚ ਜੀਵਾਣੂ ਹੈ ਹੁਣ ਤੁਹਾਡੇ ਜੇ ਰਸੋਈ ਦੇ ਵਿੱਚ ਰੋਟੀ ਪਈ ਹੈ ਮੰਨ ਲਓ ਰੋਟੀ ਚ ਕੀ ਹੈ ਨਮੀ ਹੈ ਪਾਣੀ ਹੈ ਖਾਣਾ ਹੈ ਜਦੋਂ ਉਹਦਾ ਸਹੀ ਟੈਂਪਰੇਚਰ ਮਿਲ ਗਿਆ ਤਾਪਮੈਨ ਮਿਲ ਗਿਆ ਉਹਨੂੰ ਉਲੀ ਲੱਗ ਜਾਂਦੀ ਹੈ ਕਿੱਥੋਂ ਆਈ ਉਲੀ ਹਵਾ ਚ ਹੀ ਤਾਂ ਸੀ ਨਾ ਉਹ ਉਹ ਸੂਖਸ਼ਮ ਜੀਵ ਹੈ ਜਿਹੜਾ ਆਪਾਂ ਦੇਖ ਹੀ ਨਹੀਂ ਸਕਦੇ ਮਿੱਟੀ ਚ ਵੀ ਨੇ ਉਹ ਰੇਹ ਬਣਾਉਂਦੇ ਨੇ ਪੱਤਿਆਂ ਨੂੰ ਕੱਟ ਕੇ ਸਾਡੇ ਸਰੀਰ ਦੇ ਅੰਦਰ ਵੀ ਜੀਵਾਣੂ ਨੇ ਉਹ ਕਿਹੜੇ ਨੇ ਜਿਹੜੇ ਬਾਹਰੋਂ ਜੀਵਾਣੂ ਸਾਡੇ ਤੇ ਅਟੈਕ ਕਰਦੇ ਨੇ ਜਿਹੜੀ ਉਲੀ ਅਟੈਕ ਕਰਦੀ ਉਹਦੇ ਨਾਲ ਲੜਨ ਵਾਸਤੇ ਨੇ ਕਰੋਨਾ ਅਟੈਕਰ ਦਾ ਉਹਦੇ ਨਾਲ ਲੜਨ ਵਾਸਤੇ ਨੇ ਔਰ ਬਹੁਤ ਸਾਰੇ ਇਹ ਜੇ ਖਾਣਿਆਂ ਦੇ ਵਿੱਚੋਂ ਤੱਤ ਕੱਢਦੇ ਨੇ ਉਹ ਜਿਹੜਾ ਸਾਡਾ ਸਰੀਰ ਨਹੀਂ ਕੱਢ ਸਕਦਾ ਸਾਡੇ ਸਰੀਰ ਨੂੰ ਬਣਾਉਣਾਸੇ ਕਿੰਨੇ ਤੱਤ ਚਾਹੀਦੇ ਨੇ ਕਿੰਨਾ ਕੁਝ ਬਣਿਆ ਮਾਸ ਮੰਜ ਹੱਡੀਆਂ ਅੱਖਾਂ ਬਹੁਤ ਤਰ੍ਹਾਂ ਦੇ ਤੱਤ ਚਾਹੀਦੇ ਨੇ ਔਰ ਕੁਝ ਤੱਤ ਨਹੀਂ ਸਿਰਫ ਉਹ ਜੀਵਾਣੂ ਹੀ ਬਣਾ ਸਕਦੇ ਨੇ ਹੁਣ ਮੰਨ ਲਓ ਕਿਸੇ ਵੇਲੇ ਤੁਹਾਡੇ ਤੇ ਸੂਖਸ਼ਮ ਜੀਵਾਣੂਆਂ ਦਾ ਅਟੈਕ ਹੋ ਗਿਆ ਜੇ ਨੂੰ ਕਹਿੰਦੇ ਇਨਫੈਕਸ਼ਨ ਹੋ ਗਈ ਉਹ ਹਾ ਵੀ ਹੋਗੇ ਤੁਹਾਡੇ ਤੇ ਹਨਾ ਤੁਹਾਡਾ ਸਰੀਰ ਆਪਣੇ ਆਪ ਉਹਨਾਂ ਨੂੰ ਲੜ ਕੇ ਮਾਰ ਸਕਦਾ ਜਦੋਂ ਟੱਕ ਲੱਗਿਆ ਪੀਕ ਪੈ ਗਈ ਉਹ ਪੀਕ ਕੀ ਹੈ ਮਰੇ ਹੋਏ ਤੁਹਾਡੇ ਵਾਈਟ ਬਲੱਡ ਸੈੱਲ ਤੁਹਾਡੇ ਵਾਲੇ ਜਵਾਣੂ ਤੇ ਉਹ ਉਹੀ ਪੀਕ ਬਣਦੀ ਹੈ ਉੱਪਰ ਹਨਾ ਇਸੇ ਤਰ੍ਹਾਂ ਸਰੀਰ ਦੇ ਅੰਦਰ ਹੀ ਤੁਹਾਨੂੰ ਇਨਫੈਕਸ਼ਨ ਹੋ ਗਈ ਤਾਂ ਡਾਕਟਰ ਤੁਹਾਨੂੰ ਮੋਟਾ ਸਾਰਾ ਕੈਪਸੂਲ ਦਿੰਦਾ ਐਂਟੀਬਾਇਓਟਿਕ ਐਂਟੀ ਮਤਲਬ ਖਿਲਾਫ ਬਾਇਓਟਿਕ ਮਤਲਬ ਜਿੰਦਾ ਜਦੋਂ ਤੁਸੀਂ ਉਹ ਗੋਲੀ ਖਾਂਦੇ ਹੋ ਪਹਿਲੀ ਗੱਲ ਤਾਂ ਸਿੱਧੀ ਲਿਵਰ 'ਚ ਜਾਣੀ ਹੈ ਜ਼ਹਿਰ ਮੰਨ ਰਿਹਾ ਸਰੀਰ ਉਹਨੂੰ ਜੜੀ ਬੂਟੀ ਨੂੰ ਜ਼ਹਿਰ ਨਹੀਂ ਮੰਨਦਾ ਉਹ ਇਹ ਨੂੰ ਜ਼ਹਿਰ ਮੰਨਦਾ ਉਹ ਉਹ ਤਾਂ ਲੜਾਈ ਆਪਣੀ ਜਗ੍ਹਾ ਦੂਜਾ ਇਹ ਜਿਵਾਣੂਆਂ ਨੂੰ ਮਾਰੂਗਾ ਉਹ ਚੰਗੇ ਤੇ ਮਾੜੇ 'ਚ ਭੇਦ ਨਹੀਂ ਕਰਦਾ ਸਾਰੇ ਚੱਕੂਗਾ ਔਰ ਜੇ ਤੁਸੀਂ ਐਂਟੀਬਾਇਓਟਿਕਸ ਜ਼ਿਆਦਾ ਖਾ ਲਏ ਤੁਹਾਡੇ ਅੰਦਰ ਦੇ ਇੱਕ ਖਾਸ ਤਰ੍ਹਾਂ ਦੇ ਐਂਟੀਬਾਇਓਟਿਕਸ ਮੰਨ ਕੇ ਮਾਰਗੇ ਜਿਹੜੇ ਮੰਨ ਲਓ ਤੁਹਾਡੇ ਤੁਹਾਡੇ 'ਚ ਆ ਜਿਹੜੀ ਖੁਜਲੀ ਹੁੰਦੀ ਹੈ ਜਿਹੜੀ ਤੁਹਾਨੂੰ ਖਾਰਿਸ਼ ਦੀ ਸ਼ਿਕਾਇਤ ਹੋ ਜਾਂਦੀ ਹੈ ਉਹਦੇ ਨਾਲ ਲੜਨ ਵਾਸਤੇ ਨਹੀਂ ਜਦੋਂ ਖਤਮ ਹੀ ਹੋ ਗਏ ਤਾਂ ਫਿਰ ਉਹ ਹੁੰਦੀ ਹੋਰ ਹੋਗੀ ਉਹ ਕੋਈ ਦਵਾਈ ਕੰਮ ਨਹੀਂ ਕਰੂਗੀ ਉਹਦੇ ਤੇ ਉਹਨੂੰ ਫਿਰ ਕਹਿੰਦੇ ਤੈਨੂੰ ਅਲਰਜੀ ਹੋ ਗਈ ਹੈ ਅਲਰਜੀ ਅੱਲਾ ਦੀ ਮਰਜ਼ੀ ਵੀ ਇਹ ਤਾਂ ਐਂ ਹੀ ਰਹੂ ਭਾਈ ਤੋ ਤਾਂ ਸਾਰ ਲੇ ਤੋ ਐਂਟੀਬਾਇਓਟਿਕਸ ਜਿਹੜੇ ਨੇ ਉਹ ਅੰਦਰ ਜਾ ਕੇ ਉਹੀ ਕੰਮ ਕਰਦੇ ਨੇ ਜਿਹੜਾ ਆਰਓ ਫਿਲਟਰ ਕਰਦਾ ਤੁਹਾਡਾ ਆਰਓ ਦੇ ਵਿੱਚ ਕੀ ਨੇ ਪਾਣੀ ਦੇ ਵਿੱਚ ਮਾੜੇ ਤੱਤ ਵੀ ਨੇ ਚੰਗੇ ਤੱਤ ਵੀ ਨੇ ਆਰਓ ਕੀ ਕਰਦਾ ਚੰਗੇ ਔਰ ਮਾੜੇ ਤੱਤ ਚ ਭੇਦ ਨਹੀਂ ਕਰਦਾ ਜੇ 100 ਤੱਤ ਨੇ ਉਹ ਚੋਂ 80 ਬਾਹਰ ਕੱਢ ਦਿੰਦਾ ਪਿੱਛੇ ਢੋਲ ਦਿੰਦਾ 20 ਤੁਹਾਨੂੰ ਦੇ ਦਿੰਦੇ ਤੋ ਐਂਟੀਬਾਇਓਟਿਕ ਦਾ ਵੀ ਇਹੀ ਹਾਲ ਹੈ ਤਾਂ ਜਿਹੜੀ ਤੁਹਾਡੀ ਐਲੋਪੈਥੀ ਦੀ ਦਵਾਈ ਹੈ ਉਹ ਠੀਕ ਹੈ ਐਕਸੀਡੈਂਟ ਦੇ ਵਿੱਚ ਕੰਮ ਕਰਦੀ ਹੈ ਜਾਂ ਤੁਸੀਂ ਪੁਰਜਾ ਖਰਾਬ ਕਰ ਲਿਆ ਕੰਮ ਕਰਦੀ ਹੈ ਜਾਂ ਤੁਸੀਂ ਬਿਮਾਰ ਹੋ ਐਲੋਪੈਥੀ ਤੋਂ ਬਗੈਰ ਤੁਹਾਡਾ ਗੁਜ਼ਾਰਾ ਨਹੀਂ ਹੈ ਪਰ ਜੇ ਐਲੋਪੈਥੀ ਤੇ ਤੁਸੀਂ ਲੱਗੇ ਤਾਂ ਸਾਰੀ ਜ਼ਿੰਦਗੀ ਉਹਦਾ ਖੜਾ ਨਹੀਂ ਛੁੱਟ ਸਕਦਾ ਔਰ ਤੁਹਾਡੇ ਸਰੀਰ ਨੂੰ ਹੋਰ ਜ਼ਿਆਦਾ ਘਟਾਈ ਜਾਊਗੀ ਮੈਨੇ ਖਬਰ ਪੜ ਰਹਾ ਦਾ ਉੱਥੇ ਉਹ ਕਿਸੇ ਕੁੜੀ ਕੇ ਗੁਰਦੇ ਹੋ ਗਏ ਤੇ ਕੰਮ ਕਰਨਾ ਤੇ ਉਹ ਪਤਾ ਲਗਿਆ ਵੀ ਉਹ ਨੂੰ ਬੁਖਾਤ ਆਪ ਚੜਿਆ ਤਾਂ ਡਾਕਟਰ ਨੇ ਇੰਨੀ ਜ਼ਬਰਦਸਤ ਐਂਟੀਬਾਇਓਟਿਕ ਦਈ ਕਹਿੰਦੇ ਗੁਰਦੇ ਕੰਮ ਕਰਨਾ ਛੱਡ ਗਏ ਦੇਖੋ ਹੁਣ ਜੇ ਤੁਸੀਂ ਡਾਕਟਰਾਂ ਦੀ ਗੱਲ ਛੇੜ ਲਈ ਡਾਕਟਰ ਥੋੜੇ ਮੈਂ ਮੇਰੇ ਖਿਆਲ ਹੈ ਡਾਕਟਰਾਂ ਦੀ ਗੱਲ ਛੇੜੇ ਲਈ ਤਾਂ ਵੀ ਮੌਕਾ ਦਿੰਨਾ ਡਾਕਟਰ ਨੰਬਰ ਲੈਣ ਵਾਸਤੇ ਪੜ੍ਹਾਈ ਕਰਦੇ ਆਂ ਪੈਸੇ ਕਮਾਉਣ ਵਾਸਤੇ ਡਾਕਟਰੀ ਚੂਜ਼ ਕਰਦੇ ਆ ਹਨਾ ਤਾਂ ਉਹ ਕੋਈ ਰੱਬ ਤਾਂ ਹੈ ਨਹੀਂ ਨਾ ਉਹਨਾਂ ਦੀ ਕੋਈ ਬਾੜੀ ਰਿਸਰਚ ਹੈ ਵਧੀਆ ਬੰਦੇ ਨੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਕੋਈ ਡਾਕਟਰ ਤੁਹਾਨੂੰ ਮਾਰਨ ਵਾਸਤੇ ਦਵਾਈ ਨਹੀਂ ਦਿੰਦਾ ਮੈਂ ਇਸ ਚੀਜ਼ ਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਪਰ ਹਰੇਕ ਦਵਾਈ ਦੇ ਉੱਪਰ ਦੋ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਇੱਕ ਲਿਖਿਆ ਹੁੰਦਾ ਏ ਡੀ ਆਰ ਐਡਵਰਸ ਡਰਗ ਰਿਐਕਸ਼ਨ ਸਾਈਡ ਇਫੈਕਟ ਹਰ ਇੱਕ ਦਵਾਈ ਦੇ ਸਾਈਡ ਇਫੈਕਟ ਹੋ ਸਕਦੇ ਨੇ 20% ਤੋਂ ਘੱਟ ਮੈਂ ਕੋਈ ਦਵਾਈ ਦੇਖੀ ਨਹੀਂ ਵੀ ਮਤਲਬ 100 ਚੋਂ 20 ਨੂੰ ਹੋਣਾ ਹੀ ਹੋਣਾ ਇਹ ਕਹਿੰਦਾ ਐਨ ਐਨ ਟੀ ਨੰਬਰ ਨੀਡਿਡ ਟੂ ਟਰੀਟ ਮੰਨ ਲਓ ਜੇ 30 ਲਿਖਿਆ ਹੋਇਆ ਹੈ ਤਾਂ ਮਤਲਬ ਇਹ ਹੈ ਕਿ ਜੇ 30 ਬੰਦਿਆਂ ਨੂੰ ਤੁਸੀਂ ਉਹ ਦਵਾਈ ਦਿਓਗੇ ਤਾਂ ਹੋ ਸਕਦਾ ਇੱਕ ਤੇ ਕੰਮ ਕਰੇ ਔਰ ਮੈਂ ਇਹ ਜੀ ਦਵਾਈ ਵੀ ਦੇਖੀ ਹੈ ਜਿਹਦੇ ਤੇ 3200 ਐਨ ਐਨ ਟੀ ਸੀ ਮਤਲਬ 3200 ਲੋਕਾਂ ਨੂੰ ਦਿਓਗੇ ਤਾਂ ਸ਼ਾਇਦ ਇੱਕ ਤੇ ਅਸਰ ਕਰੇ ਔਰ ਉਹਦਾ ਜਿਹੜਾ ਏਡੀਆਰ ਸੀ ਸਾਈਡ ਇਫੈਕਟ 75% ਲੋਕਾਂ ਤੇ ਹੋ ਸਕਦਾ ਸੀ। ਤੋ ਇਹੋ ਜਿਹਾ ਵੀ। ਕਿਹੜੀ ਦਵਾਈ ਕਰਾਉਣਾ? ਤੋ ਆਪਾਂ ਇੱਕ ਲਾਸਟ ਗੱਲ ਕਰਦੇ ਆ ਜਿਹਦੇ ਨਾਲ ਇਹਨੂੰ ਸਮੇਟਦੇ ਆ। ਤੇ ਆਪਾਂ ਨਾ ਹੁਣ ਜਦੋਂ ਆਨੇ ਜਾਂਦੇ ਆ ਇੰਨਾ ਕੁਝ ਦੇਖਦੇ ਆ ਪਰ ਕੁਝੀ ਚੀਜ਼ਾਂ ਸਾਨੂੰ ਯਾਦ ਰਹਿੰਦੀਆਂ ਨੇ। ਸਭ ਕੁਝ ਸਾਨੂੰ ਯਾਦ ਨਹੀਂ ਰਹਿੰਦਾ। ਜਿਵੇਂ ਹੁਣ ਤੁਸੀਂ ਗੰਦ ਦੇ ਢੇਰ ਦੇ ਪਿੱਛੇ ਰਹਿੰਦੇ ਤੁਹਾਨੂੰ ਬਦਬੂ ਆਣੀ ਬੰਦ ਹੋ ਜਾਂਦੀ ਹੈ ਨਾ। ਕੋਈ ਰੇਲਵੇ ਸਟੇਸ਼ਨ ਦੇ ਮਗਰ ਰਹਿੰਦਾ ਉਹਨੂੰ ਰੇਲ ਦੀ ਆਵਾਜ਼ ਆਣੀ ਬੰਦ ਹੋ ਜਾਂਦੀ ਹੈ। ਤੋ ਕੁਦਰਤ ਨੇ ਕਿਵੇਂ ਸਾਡੇ ਸਿਸਟਮ ਲਾਇਆ ਹੋ ਅੰਦਰ ਉਹਨੂੰ ਥੈਲਮਸ ਕਹਿੰਦੇ ਨੇ ਮੈਂ ਡਾਕਟਰੀ ਭਾਸ਼ਾ ਨਾਲ ਤਾਂ ਵਰਤ ਰਿਹਾ ਕਿ ਵੀ ਇਹ ਕੋਈ ਫਿਲਾਸਫੀ ਨਹੀਂ ਮਾਰ ਰਿਹਾ ਮੈਂ ਇਹਨੂੰ ਤੁਸੀਂ ਕੋਈ ਵੀ ਬੰਦਾ ਚੈੱਕ ਕਰ ਸਕਦਾ ਉਹ ਕੀ ਕਰਦਾ ਫਿਲਟਰ ਹੈ ਉਹ ਜਿਹੜੀ ਚੀਜ਼ ਨੂੰ ਤੁਸੀਂ ਨਾ ਜ਼ਰੂਰੀ ਗੈਰ ਜ਼ਰੂਰੀ ਸਮਝਦੇ ਉਹਨੂੰ ਫਿਲਟਰ ਕਰ ਦਿੰਦਾ ਉਹ ਉਹ ਇਨਫੋਰਮੇਸ਼ਨ ਅੱਗੇ ਜਾਣ ਹੀ ਨਹੀਂ ਦਿੰਦਾ ਜੇ ਤੁਸੀਂ ਬਚਪਨ ਤੋਂ ਹੀ ਇਹ ਸੋਚਦੇ ਹੋ ਵੀ ਮੈਂ ਮੈਂ ਕਾਮਯਾਬ ਨਹੀਂ ਹੋ ਸਕਦਾ ਮੈਂ ਠੀਕ ਨਹੀਂ ਹੋ ਸਕਦਾ ਜਾਂ ਨਹੀਂ ਹੋ ਸਕਦੀ ਮੈਨੂੰ ਪੈਸੇ ਦੀ ਲੋੜ ਨਹੀਂ ਹੈਗੀ ਤਾਂ ਤੁਸੀਂ ਠੀਕ ਹੋ ਹੀ ਨਹੀਂ ਸਕਦੇ ਤੁਸੀਂ ਪੈਸੇ ਕਮਾ ਹੀ ਨਹੀਂ ਸਕਦੇ ਕਿਉਂਕਿ ਉਹ ਜਿਹੜੀ ਵੀ ਓਪਰਚੁਨਿਟੀ ਆਊਗੀ ਉਹਨੇ ਉਹਨੂੰ ਫਿਲਟਰ ਆਊਟ ਕਰ ਦੇਣਾ ਅੱਗੇ ਜਾਣ ਹੀ ਨਹੀਂ ਦੇਣਾ ਤਾਂ ਚੜ੍ਹਦੀ ਕਲਾ ਜਿਹੜੀ ਹੈਗੀ ਹੈ ਤੁਹਾਡੀ ਉਹਦੀ ਐਡੀ ਵੱਡੀ ਤਾਕਤ ਹੈ ਕਿ ਜਦੋਂ ਤੁਸੀਂ ਆਪਣੇ ਮਨ ਨੂੰ ਕਦੀ ਹਾਰਨ ਨਹੀਂ ਦੇਣਾ ਬੁੱਧੀ ਦੀ ਚਲਾਨੀ ਹੈ ਜਦੋਂ ਤੁਹਾਨੂੰ ਇਹ ਯਕੀਨ ਹੋ ਗਿਆ ਕਿ ਮੈਂ ਇਹਦੇ ਚੋਂ ਬਾਹਰ ਨਿਕਲੂਗਾ ਜਦੋਂ ਮੈਂ ਬਿਮਾਰ ਸੀ ਡਾਕਟਰਾਂ ਨੇ ਕਹਤੀਆਂ ਸੀ ਲੱਤਾਂ ਇਧੀਆਂ ਕੱਟਣੀਆਂ ਪੈਣਗੀਆਂ ਇਹ ਪਤਾ ਮੈਨੂੰ ਕੀ ਕੀ ਦਿਖਾ ਰਿਆ ਸੀਗਾ ਲੱਤਾਂ ਕੱਟੀਆਂ ਹੋਈਆਂ ਕੀੜੇ ਚੱਲ ਰਹੇ ਪਤਾ ਨਹੀਂ ਕਿਆ-ਕਿਆ ਦਿਖਾ ਰਿਆ ਸੀਗਾ ਉਦੋਂ ਮੈਨੂੰ ਇਹ ਵਿਸ਼ਵਾਸ ਸੀਗਾ ਵੀ ਨਹੀਂ ਇਹ ਸਫਰ ਹੈ ਮੈਂ ਇਹਦੇ ਚੋਂ ਬਾਹਰ ਨਿਕਲੂਗਾ ਨਹੀਂ ਤਾਂ ਮੈਨੂੰ ਡਿਪਰੈਸ਼ਨ ਲੈ ਕੇ ਬੈਠ ਜਾਂਦੀ ਤਾਂ ਚੜਦੀ ਕਲਾ ਜਿਹੜੀ ਹੈ ਕਿਉਂਕਿ ਜੋ ਤੁਹਾਡੇ ਨਾਲ ਹੋਇਆ ਇਸ ਤੋਂ ਮਾੜਾ ਹੋ ਸਕਦਾ ਬਸ ਇਹ ਸੋਚੋ ਜੋ ਪ੍ਰਮਾਤਮਾ ਨੇ ਕਰਿਆ ਉਹਦੇ ਸ਼ੁਕਰ ਉਹਦੇ ਸ਼ੁਕਰਾਨੇ ਦੇ ਵਿੱਚ ਸਾਰੇ ਸਮਾਜ ਵਾਸਤੇ ਵੰਡ ਛਕੋ ਇਹ ਫਿਲਾਸਫੀ ਨਹੀਂ ਹੈ 세ਰੋਟੋਨਿਨ ਸੈਕ੍ਰੀਸ਼ਨ ਪਲਸੀਬੋ ਇਫੈਕਟ ਤੇ ਨਸੀਬੋ ਇਫੈਕਟ ਦੋ ਕਹਿੰਦੇ ਆ ਪਲਸੀਬੋ ਚੜ੍ਹਦੀ ਕਲਾ ਤੇ ਨਸੀਬੋ ਜਿਹੜਾ ਉਹ ਟੈਂ ਦੀ ਕਲਾ ਤਾਂ ਹੀ ਕਹਿੰਦੇ ਨੇ ਕਿ ਤੁਹਾਡੇ ਭਾਗ ਨੇ ਮੱਥੇ ਤੇ ਲਿਖੇ ਹੋਏ ਨੇ ਪਰ ਸਥਿਤੀ ਨੂੰ ਦੇਖ ਕੇ ਹਥਿਆਰ ਤਾਂ ਕਦੀ ਵੀ ਛੱਡ ਦੋ ਔਰ ਜਿਹੜੇ ਮਰਜੀ ਕਾਮਯਾਬ ਬੰਦੇ ਦੀ ਕਹਾਣੀ ਦੇਖ ਲਓ ਉਹਨੂੰ ਹਰੇਕ ਮੁਸ਼ਕਲਾਂ ਦਾ ਸਾਹਮਣਾ ਕਰਕੇ ਅਉ ਅੱਗੇ ਪਹੁੰਚਿਆ ਇਹ ਉਹਦੀ ਪੀੜ੍ਹੀ ਨੇ ਨਾ ਕੀਤਾ ਹੋਵੇ ਉਹਦੀ ਪੀੜ੍ਹੀ ਨੇ ਕੀਤਾ ਹੋਵੇ ਉਸ ਤੋਂ ਅਗਲੀ ਨੇ ਕਦੀ ਕੋਈ ਤੁਸੀਂ ਲੈਂਟਰ ਹਵਾ 'ਚ ਦੇਖਿਆ ਜਿੰਨਾ ਉੱਚਾ ਲੈਂਟਰ ਹੋਊਗਾ ਉਹਦੀ ਨਿਓ ਜਿਹੜੀ ਉਹ ਉਨੀ ਗਹਿਰੀ ਹੋਵੇ ਤੋ ਤਾਂ ਹੀ ਕਹਿੰਦੇ ਆ ਕਿ ਤੀਸਰਾ ਨੇਤਰ ਮਤਲਬ ਅੰਦਰ ਕੀ ਚੱਲ ਰਿਹਾ ਹੈ ਤੁਸੀਂ ਐਂ ਦੇਖਣਾ ਵੀ ਤੁਹਾਡਾ ਮਨ ਕੀ ਬੋਲ ਰਿਹਾ ਹੈ ਬੁੱਧੀ ਨੂੰ ਪਤਾ ਹੈ ਕੀ ਡਿਸੀਜਨ ਲੈਣਾ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਨਹੀਂ ਹੁੰਦੀ ਅੱਖਾਂ ਬੰਦ ਤਾਂ ਪਹਿਲਾਂ ਹੀ ਨੇ ਸਾਡੀਆਂ ਦੇਖਣ 'ਚ ਖੁੱਲੀਆਂ ਨਜ਼ਰ ਆ ਰਹੀਆਂ ਨੇ ਟਿੱਕਾ ਵੀ ਸ਼ਾਇਦ ਤਾਂ ਹੀ ਲਗਾਣੇ ਆ ਇਹਦੇ ਤੇ ਤੋ ਜੇ ਤੁਸੀਂ ਟੈਨਸ਼ਨ ਲੈਂਦੇ ਹੋ 슈ગર ਖਾਂਦੇ ਹੋ ਚੀਨੀ ਖਾਂਦੇ ਹੋ ਔਰ ਬਿਨਾ ਤੱਤਾਂ ਵਾਲਾ ਖਾਣਾ ਫੋਕਾ ਖਾਣਾ ਜਿਹੜਾ ਪੈਕਡ ਫੂਡ ਹੈ ਨੂਡਲ 버ਗਰ ਹੈਗੇ ਨੇ ਜਿਹਦੇ ਨਾਲ ਤੁਹਾਨੂੰ ਕਦੀ ਰੱਜ ਆ ਹੀ ਨਹੀਂ ਸਕਦਾ ਮਤਲਬ ਤੁਹਾਨੂੰ ਸੈਟਾਇਟੀ ਦੀ ਫੀਲਿੰਗ ਆ ਹੀ ਨਹੀਂ ਸਕਦੀ ਔਰ ਬੈਕਟਰਨ ਵਾਲਾ ਤੁਹਾਡਾ ਜੀਵਨ ਸ਼ੈਲੀ ਹੈ ਕੈਮੀਕਲ ਕਿਸੇ ਵੀ ਤਰ੍ਹਾਂ ਮੂੰਚ ਪਾ ਰਹੇ ਹੋ ਚਾਹੇ ਪੈਸਟਿਸਾਈਡ ਚਾਹੇ ਸੋਲਟ ਚਾਹੇ ਮੈਡੀਸਨ ਤਾਂ ਮੈਂ ਗਾਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਤੁਸੀਂ ਬਿਮਾਰ 101% ਕਿੰਨੇ ਪਰਸੈਂਟ ਉਹ ਪਤਾ ਨਹੀਂ ਤੁਸੀਂ ਐਂ ਕਹੋਗੇ ਹੁਣ ਤਾਂ ਠੀਕ ਸੀ ਯਾਰ ਔਰ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਸਾਰੀਆਂ ਭੈਣ ਭਰਾ ਨੇ ਇੱਕ ਨਹੀਂ ਲੱਗਦੀ ਤਾਂ ਦੋ ਤਰੀਕੇ ਨੇ ਸਾਡੇ ਕੋਲੇ ਇੱਕ ਤਾਂ ਹਿੰਦੁਸਤਾਨ ਦੀ ਪ੍ਰਾਚੀਨ ਜਿਹੜੀ ਸਾਡੀ ਜੀਵਨ ਸ਼ੈਲੀ ਹੈ ਚੜਦੀ ਕਲਾ ਸ਼ੁਕਰਾਨੇ ਕੰਪੈਸ਼ਨ ਹਾਰਡ ਵਰਕ ਕਿਰਤ ਕਰੋ ਵੰਡ ਛਕੋ ਨਾਮ ਚੋ ਮਾਈਂਡਫੁਲ ਮਾਈਂਡਫੁਲ ਡਬਲ ਐਲ ਨਾਲ ਜਦੋਂ ਮਾਈਂਡਫੁਲ ਲਿਖਦੇ ਆ ਮਤਲਬ ਭਰੇ ਹੋਏ ਮਨ ਨਾਲ ਸਿੰਗਲ ਲੈਨ ਨਾਲ ਲਿਖਦੇ ਆ ਮਤਲਬ ਪੂਰੇ ਮਨ ਦੇ ਨਾਲ ਇਹਦੇ ਚੋ ਮਿਲੂਗਾ ਤੁਹਾਨੂੰ ਹੈਪੀਨੈਸ ਬਲੈਸ ਐਕਸਟੇਸੀ ਚੰਗੀ ਸਿਹਤ ਵਧੀਆ ਜੀਵਨ ਸ਼ੈਲੀ ਤੇ ਜਾਂ ਦੂਸਰਾ ਤਰੀਕਾ ਹੈਗਾ ਕਰੀ ਜਾਓ ਇਕੱਠਾ ਸਾਰਾ ਕੁਝ ਡੋਪਾਮਿਨ ਉਹਦੇ ਨਾਲ ਸਟ्रेस ਆਊਗੀ ਥੋੜੀ ਜੀਵਨ ਹੈ ਥੋੜੀ ਮਰਜੀ ਹੈ ਅਗਲੀ ਵਾਰੀ ਜਦੋਂ ਮਿਲਾਂਗੇ ਉਦੋਂ ਆਪਾਂ ਗੱਲ ਕਰਾਂਗੇ ਕਿ ਆਪਣੇ ਮਨ ਨੂੰ ਆਪਣਾ ਦੋਸਤ ਕਿਵੇਂ ਬਣਾਣਾ ਕਿਉਂਕਿ ਜਦ ਤੱਕ ਮਨ ਤੁਹਾਡਾ ਭਾਗੀਦਾਰੀ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਕੋਈ ਵੀ ਚੀਜ਼ ਚ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ 95% ਤਾਕਤ ਇਹਦੀ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਸਾਰੀ ਖੇੜ ਖੜੀ ਇੱਥੇ ਹੈ ਕਿ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹਨੂੰ ਕਿਵੇਂ ਪਛਾਨਣੀ ਹੈ ਉਹਨੂੰ ਫਰੈਂਡ ਰਿਕੁਐਸਟ ਕਿਵੇਂ ਭੇਜੀਏ ਅਗਲੇ ਮੌਕੇ ਤੇ ਤੁਹਾਡੇ ਨਾਲ ਤੇ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਇਹਨੂੰ ਸਾਂਝਾ ਕਰਾਂਗੇ ਤੁਸੀਂ ਆਏ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਸਾਰੇ ਲੋਕਾਂ ਤੱਕ ਪਹੁੰਚਾਣ ਦਾ ਤੁਹਾਡੇ ਬਹੁਤ ਬਹੁਤ ਨੰਦ ਆ ਜੀ ਤੁਹਾਰਾ ਬਤਾਂ ਕਮਾਲ ਦੀਆਂ ਸੋ ਲੈ ਵੀ ਤੁਹਾਡੇ ਸਾਰਿਆਂ ਨੇ ਸੁਣਿਆ ਸੋ ਜਿਹੜੀਆਂ ਆਪਣੀਆਂ ਰਵਾਇਤਾਂ ਪਰੰਪਰਾਵਾਂ ਉਹ ਬਹੁਤ ਕਮਾਲtੀਆਂ ਪਰ ਹਮੇ ਜੱਤੇ ਵੈਸਟਰਨ ਵਰਲਡ ਕੀ ਜਿਹੜੀ ਸਾਰੀ ਐਜੂਕੇਸ਼ਨ ਹਾਈ ਇੰਟੈਲੈਕਚੁਅਲ ਬਣਾਤੇ ਉਸਨੇ ਮਾਨੂੰ ਜੈਕੀ ਜੌਨ ਪਤਾ ਨਹੀਂ ਕਿਹੜੇ ਕਿਹੜੇ ਗੈਲ ਉਹਨਾਂ ਚੱਕਰਾਂ ਵਿੱਚ ਇਹ ਜੇ ਉਲਝੇ ਵੀ ਆਪਣੇ ਸਾਰੀਆਂ ਉਹ ਸ਼ੁਕਰਾਨੇ ਤੇ ਜਦ ਤੱਕ ਜਿਹੜਾ ਪਹਿਲਾਂ ਬਾਤ ਕਰ ਰਹੇ ਦੇ ਬੀਜ ਪਾਣ ਜਹੇ ਦੇ ਹਾਲੀਆਂ ਪਾਲੀਆਂ ਕੇ ਭਾਗੀ ਉਹ ਸਾਰਾ ਕੁਝ ਭੁੱਲ ਗਏ ਸਾਰਾ ਕੁਝ ਉਸ ਵੇਸ ਮਾਨੂੰ ਮਿਲਣਾ ਚਾਹੀਦਾ ਪੂਰੇ ਤੇ ਸਾਰੀ ਤਬਾਹੀ ਸ਼ੁਰੂ ਹੋਈ ਅਗਲੀ ਵਾਰੀ ਫੇਰ ਬਖਣੀ ਸਾਹਿਬ ਚੰਗਾੜੇ ਸੁਣेंगे ਬਹੁਤ ਬਹੁਤ ਧੰਨਵਾਦ ਜੀ